दोस्तों, इस 3 दिना दी अभ्यास वर्कशॉप विच तुहाडा स्वागत है। असीं इत्थे 3 दिन अभ्यास करके ये देखांगे कि अभ्यास साडे अते साडे जीवन लई की कुछ कर सकता है। शुरू करन तो पहला सानू ये जानना चाहिदा है कि अभ्यास की है, अभ्यास करना की है। जे मैं 10 लोगों तो ये प्रश्न पूछता हाँ तो मैनू आम तौर पर 10 तरह के ही जवाब मिलते हैं। ਉਹ ਵੱਖੋ ਵੱਖਰੇ ਕਿਸਮ ਦੇ ਯੋਗ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਇਸ ਢੰਗ ਨਾਲ ਜਾਂ ਉਸ ਵਿਧੀ ਨਾਲ ਅਭਿਆਸ ਕਰਦੇ ਹਾਂ। ਸਾਡੇ ਅਭਿਆਸ ਦੇ ਵੱਖੋ ਵੱਖ ਤਰੀਕੇ ਹਨ ਅਤੇ ਇਸੇ ਕਰਕੇ ਜਦੋਂ ਅਸੀਂ ਇਸ ਨੂੰ ਸਿਰਫ ਅਭਿਆਸ ਦੀ ਵਰਕਸ਼ਾਪ ਕਹਿੰਦੇ ਹਾਂ ਤਾਂ ਇਹ ਸਪਸ਼ਟ ਨਹੀਂ ਹੁੰਦਾ ਕਿ ਅਸੀਂ ਇੱਥੇ ਕਿਹੋ ਜਿਹਾ ਅਭਿਆਸ ਕਰਨ ਜਾ ਰਹੇ ਹਾਂ। ਮੈਂ ਡਿਕਸ਼ਨਰੀ ਖੋਲ੍ਹ ਕੇ ਵੇਖਿਆ ਕਿ ਮੈਡੀਟੇਸ਼ਨ ਜਾਂ ਅਭਿਆਸ ਦਾ ਕੀ ਮਤਲਬ ਹੈ। ਮੈਡੀਟੇਸ਼ਨ ਜਾਂ ਅਭਿਆਸ ਕਰਨਾ ਕੀ ਹੁੰਦਾ ਹੈ? ਇਹ ਬਹੁਤ ਹੀ ਆਸਾਨ ਹੈ। ਮੈਡੀਟੇਟ ਕਰਨ ਦਾ ਅਰਥ ਹੈ ਕਿਸੇ ਚੀਜ਼ ਬਾਰੇ ਸੋਚਣਾ। ਤੁਸੀਂ ਜਿਸ ਕਿਸੇ ਚੀਜ਼ ਬਾਰੇ ਸੋਚਦੇ ਹੋ ਤੁਸੀਂ ਉਸ ਉੱਤੇ ਮੈਡੀਟੇਟ ਕਰ ਰਹੇ ਹੁੰਦੇ ਹੋ। ਇਸ ਨਾਲ ਇਹ ਬਹੁਤ ਹੀ ਸਰਲ ਬਣ ਗਿਆ। ਇਸ ਨੇ ਮੈਡੀਟੇਸ਼ਨ ਜਾਂ ਅਭਿਆਸ ਦੀ ਪੂਰੀ ਪਰਿਭਾਸ਼ਾ ਨੂੰ ਹੀ ਸਰਲ ਕਰ ਦਿੱਤਾ ਕਿ ਤੁਸੀਂ ਜਿਸ ਬਾਰੇ ਸੋਚਦੇ ਹੋ ਤੁਸੀਂ ਉਸ ਉੱਤੇ ਮੈਡੀਟੇਟ ਕਰ ਰਹੇ ਹੁੰਦੇ ਹੋ। ਅਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚਦੇ ਹਾਂ, ਇਸ ਲਈ ਅਸੀਂ ਸਾਰੇ ਜਾਣੇ ਸਾਰਾ ਸਮਾਂ ਮੈਡੀਟੇਟ ਕਰ ਰਹੇ ਹੁੰਦੇ ਹਾਂ। ਸੋਚਣਾ ਹਰ ਸਮੇਂ ਚੱਲਦਾ ਰਹਿੰਦਾ ਹੈ, ਇਸ ਲਈ ਅਸੀਂ ਹਰ ਵਕਤ ਮੈਡੀਟੇਟ ਕਰਦੇ ਰਹਿੰਦੇ ਹਾਂ। ਫਿਰ ਇਸ ਵਿੱਚ ਕਿਹੜੀ ਵੱਡੀ ਗੱਲ ਹੈ? ਅਸੀਂ ਸਾਰੇ ਪਹਿਲਾਂ ਹੀ ਮੈਡੀਟੇਟ ਜਾਂ ਅਭਿਆਸ ਕਰ ਰਹੇ ਹਾਂ। ਅਸੀਂ ਆਪਣੇ ਘਰਾਂ 'ਤੇ ਮੈਡੀਟੇਟ ਕਰਦੇ ਹਾਂ। ਅਸੀਂ ਆਪਣੇ ਮਕਾਨਾਂ, ਕਾਰਾਂ, ਦੋਸਤਾਂ, ਸਾਕ ਸੰਬੰਧੀਆਂ, ਬੱਚਿਆਂ, ਮਾਪਿਆਂ ਉੱਤੇ ਮੈਡੀਟੇਟ ਕਰਦੇ ਹਾਂ। ਅਸੀਂ ਹਰ ਸਮੇਂ ਮੈਡੀਟੇਟ ਕਰਦੇ ਹਾਂ। ਇਸ ਲਈ ਜੇ ਅਭਿਆਸ ਜਾਂ ਮੈਡੀਟੇਟ ਕਰਨਾ ਸਿਰਫ ਕਿਸੇ ਚੀਜ਼ ਬਾਰੇ ਸੋਚਣਾ ਹੈ ਤਾਂ ਅਸੀਂ ਇਹ ਤਾਂ ਪਹਿਲਾਂ ਤੋਂ ਹੀ ਕਰ ਰਹੇ ਹਾਂ। ਤਾਂ ਫਿਰ ਅਭਿਆਸ ਜਾਂ ਮੈਡੀਟੇਸ਼ਨ ਲਈ ਇੱਕ ਵਿਸ਼ੇਸ਼ ਵਰਕਸ਼ਾਪ ਕਿਉਂ? ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਅਸੀਂ ਵਿਚਾਰ ਹੀ ਨਹੀਂ ਕਰਦੇ ਅਤੇ ਇਸ ਵਿਸ਼ੇ ਬਾਰੇ ਗਹਿਰਾਈ ਨਾਲ ਵਿਚਾਰ ਕਰਨ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਉਹ ਕਿਹੜਾ ਖੇਤਰ ਜਾਂ ਵਿਸ਼ਾ ਹੈ ਜਿਸ 'ਤੇ ਅਸੀਂ ਮੈਡੀਟੇਟ ਨਹੀਂ ਕਰਦੇ? ਅਸੀਂ ਖੁਦ ਉੱਤੇ ਮੈਡੀਟੇਟ ਨਹੀਂ ਕਰਦੇ, ਅਸੀਂ ਹੋਰ ਚੀਜ਼ਾਂ 'ਤੇ ਮੈਡੀਟੇਟ ਕਰਦੇ ਹਾਂ। ਅਸੀਂ ਲੋਕਾਂ, ਦੂਸਰੇ ਲੋਕਾਂ 'ਤੇ ਮੈਡੀਟੇਟ ਕਰਦੇ ਹਾਂ, ਅਸੀਂ ਵਸਤੂਆਂ 'ਤੇ ਮੈਡੀਟੇਟ ਕਰਦੇ ਹਾਂ, ਪਰ ਅਸੀਂ ਆਪਣੇ ਆਪ ਸਵੈ 'ਤੇ ਕਦੇ ਵੀ ਮੈਡੀਟੇਟ ਨਹੀਂ ਕਰਦੇ। ਅਸੀਂ ਕੌਣ ਹਾਂ? ਅਸੀਂ ਕਿੱਥੇ ਹਾਂ? ਸਾਡੀ ਅਸਲੀਅਤ ਕੀ ਹੈ? ਕੀ ਇਹ ਸਰੀਰ ਹੀ ਸਾਡੀ ਅਸਲੀਅਤ ਹੈ? ਕੀ ਇਹ ਸਥੂਲ ਸਰੀਰ ਹੈ ਜਿਸ ਉੱਤੇ ਸਾਨੂੰ ਮੈਡੀਟੇਟ ਕਰਨਾ ਚਾਹੀਦਾ ਹੈ? ਕਿ ਇਸ ਤੋਂ ਵੱਧ ਵੀ ਕੁਛ ਹੋਰ ਹੈ? ਸਥੂਲ ਸਰੀਰ ਦਾ ਜੀਵਨ ਬਹੁਤ ਹੀ ਸੀਮਤ ਹੈ। ਜਨਮ ਤੋਂ ਪਹਿਲਾਂ ਅਸੀਂ ਕਿੱਥੇ ਸਾਂ? ਜੇ ਅਸੀਂ ਅਮਰ ਆਤਮਾ ਹਾਂ ਤਾਂ ਆਤਮਾ ਕਿੱਥੇ ਹੈ? ਆਤਮਾ ਕੀ ਹੈ? ਅਸੀਂ ਉਸਨੂੰ ਕਿੱਥੋਂ ਲੱਭ ਸਕਦੇ ਹਾਂ? ਜੇ ਅਸੀਂ ਉਹ ਆਤਮਾ ਹਾਂ ਤਾਂ ਅਸੀਂ ਆਤਮਾ ਨੂੰ ਕਿਉਂ ਨਹੀਂ ਜਾਣ ਸਕਦੇ? ਜੇ ਆਤਮਾ ਸਰੀਰ ਵਿੱਚ ਕੰਮ ਕਰ ਰਹੀ ਹੈ ਤਾਂ ਅਸੀਂ ਉਸ ਨਾਲ ਕੋਈ ਸੰਪਰਕ ਕਿਉਂ ਨਹੀਂ ਕਰ ਸਕਦੇ? ਅਸੀਂ ਆਪਣੇ ਆਪ ਨਾਲ ਸੰਪਰਕ ਕਿਵੇਂ ਗਵਾ ਲਿਆ? ਜੇਕਰ ਸਾਡੀ ਅਮਰ ਆਤਮਾ ਹੀ ਸਾਡਾ ਅਸਲ ਸਰੂਪ ਹੈ ਤਾਂ ਅਸੀਂ ਕਿਸ ਤਰ੍ਹਾਂ ਆਪਣੇ ਆਪ ਨਾਲ ਸੰਪਰਕ ਗਵਾ ਲਿਆ? ਆਪਣੀ ਆਤਮਾ ਉੱਤੇ ਮੈਡੀਟੇਟ ਕਰਨ ਲਈ, ਆਪਣੇ ਆਪ ਉੱਤੇ ਮੈਡੀਟੇਟ ਕਰਨ ਲਈ, ਉਸ ਉੱਤੇ ਮੈਡੀਟੇਟ ਕਰਨ ਲਈ ਜਿਸ ਨੇ ਸਾਨੂੰ ਸਥੂਲ ਸਰੀਰ ਦਾ ਅਨੁਭਵ ਦਿੱਤਾ, ਉਸ ਉੱਤੇ ਮੈਡੀਟੇਟ ਕਰਨ ਲਈ ਜਿਸ ਨੇ ਸਾਨੂੰ ਇਸ ਸਥੂਲ ਸਰੀਰ ਦੀਆਂ ਗਿਆਨ ਇੰਦਰੀਆਂ ਦੇ ਅਨੁਭਵ ਦਿੱਤੇ। ਇਹ ਸਾਰੀਆਂ ਚੀਜ਼ਾਂ ਬਾਰੇ ਜਾਣਨਾ ਇਸ ਅਭਿਆਸ ਵਰਕਸ਼ਾਪ ਵਿੱਚ ਇੱਕ ਚੰਗਾ ਵਿਸ਼ਾ ਹੋਵੇਗਾ। ਅਸੀਂ ਆਪਣੇ ਆਪ ਨੂੰ ਖੋਜਣ ਲਈ ਇੱਥੇ ਆਏ ਹਾਂ। ਅਸੀਂ ਇਹ ਦੇਖਣ ਲਈ ਇੱਥੇ ਆਏ ਹਾਂ ਕਿ ਅਸੀਂ ਆਪਣੇ ਬਾਰੇ ਕਿਵੇਂ ਸੋਚ ਸਕਦੇ ਹਾਂ ਅਤੇ ਉਸ ਆਪੇ ਦਾ ਜੋ ਕਿ ਸਾਡੀ ਆਤਮਾ ਹੈ ਉਸਦਾ ਅਸਲ ਅਨੁਭਵ ਕਿਵੇਂ ਕਰ ਸਕਦੇ ਹਾਂ। ਜੇ ਅਸੀਂ ਇਹ ਪਤਾ ਕਰ ਸਕੀਏ ਕਿ ਅਸੀਂ ਕੌਣ ਹਾਂ, ਜੇ ਅਸੀਂ ਇਹ ਜਾਣ ਸਕੀਏ ਕਿ ਸਾਡਾ ਸਵੈ ਅਸਲ ਵਿੱਚ ਕੀ ਹੈ, ਤਾਂ ਅਸੀਂ ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਪਾ ਲਵਾਂਗੇ। ਕਿਉਂਕਿ ਸਾਡੇ ਇਹ ਸਾਰੇ ਪ੍ਰਸ਼ਨ ਸਾਡੀ ਆਪੇ ਦੀ ਅਗਿਆਨਤਾ ਤੋਂ ਪੈਦਾ ਹੁੰਦੇ ਹਨ। ਜੇ ਸਾਨੂੰ ਆਪਣੇ ਬਾਰੇ ਪਤਾ ਹੁੰਦਾ ਤਾਂ ਅਸੀਂ ਪ੍ਰਸ਼ਨ ਹੀ ਨਾ ਕਰਦੇ। ਅਸੀਂ ਹਰ ਚੀਜ਼ ਬਾਰੇ ਪ੍ਰਸ਼ਨ ਪੁੱਛਦੇ ਹਾਂ ਕਿਉਂਕਿ ਹਰ ਚੀਜ਼ ਸਾਡੇ ਤੋਂ ਦੂਰ ਹੈ। ਜਦੋਂ ਵੀ ਕੋਈ ਚੀਜ਼ ਦੂਰ ਹੁੰਦੀ ਹੈ ਤਾਂ ਅਸੀਂ ਉਸ ਬਾਰੇ ਪ੍ਰਸ਼ਨ ਕਰਦੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਉਹ ਕੀ ਹੈ।
ਚਾਹੇ ਅਸੀਂ ਉਸ ਨੂੰ ਵੇਖ ਸਕਦੇ ਹੋਈਏ ਜਾਂ ਨਹੀਂ ਵੇਖ ਸਕਦੇ ਹੋਈਏ, ਚਾਹੇ ਅਸੀਂ ਇਸ ਨੂੰ ਛੂ ਸਕਦੇ ਹੋਈਏ ਜਾਂ ਨਾ ਛੂ ਸਕਦੇ ਹੋਈਏ, ਚਾਹੇ ਉਸ ਬਾਰੇ ਸਾਡੀ ਕੋਈ ਧਾਰਨਾ ਹੋਵੇ ਜਾਂ ਨਾ ਹੋਵੇ, ਜੇ ਉਹ ਸਿੱਧੇ ਤੌਰ 'ਤੇ ਸਾਡੇ ਕੋਲ ਨਹੀਂ ਹੁੰਦੀ ਤਾਂ ਸਾਡੇ ਕੋਲ ਉਸ ਬਾਰੇ ਬਹੁਤ ਪ੍ਰਸ਼ਨ ਹੁੰਦੇ ਹਨ। ਹੁਣ ਆਪਣੀ ਜ਼ਿੰਦਗੀ ਬਾਰੇ ਸੋਚੋ, ਤੁਹਾਡੇ ਸਾਰੇ ਪ੍ਰਸ਼ਨ ਕਿਸ ਤਰ੍ਹਾਂ ਦੇ ਹਨ? ਤੁਸੀਂ ਜਦੋਂ ਵੀ ਕੋਈ ਪ੍ਰਸ਼ਨ ਪੁੱਛਿਆ ਉਹ ਬਾਹਰ ਦੀ ਕੋਈ ਚੀਜ਼ ਬਾਰੇ ਹੀ ਸੀ, ਜੋ ਚੀਜ਼ ਤੁਹਾਡੇ ਤੋਂ ਦੂਰ ਸੀ। ਤੁਸੀਂ ਕਦੇ ਇਹ ਪ੍ਰਸ਼ਨ ਨਹੀਂ ਪੁੱਛਿਆ ਕਿ ਪ੍ਰਸ਼ਨ ਪੁੱਛਣ ਵਾਲਾ ਕੌਣ ਹੈ, ਕੌਣ ਹੈ ਜੋ ਇਹ ਸਭ ਕੁਝ ਪੁੱਛ ਰਿਹਾ ਹੈ। ਅਸੀਂ ਉਸ ਗਹਿਰਾਈ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ ਜਿੱਥੋਂ ਇਹ ਸਾਰੇ ਪ੍ਰਸ਼ਨ ਉੱਭਰ ਰਹੇ ਹਨ? ਸਾਡੇ ਕੋਲ ਨਾ ਕੇਵਲ ਅਜੀਬ ਪ੍ਰਸ਼ਨ ਹੁੰਦੇ ਹਨ ਬਲਕਿ ਸ਼ੱਕ ਦੇ ਅਨੁਭਵ ਵੀ ਹਨ। ਸ਼ੱਕ ਕੀ ਹੈ? ਅਸੀਂ ਕਿਸੇ ਚੀਜ਼ 'ਤੇ ਬੇਇਤਬਾਰੀ ਕਿਉਂ ਕਰਦੇ ਹਾਂ? ਅਸੀਂ ਕਿਸੇ ਚੀਜ਼ 'ਤੇ ਭਰੋਸਾ ਕਿਉਂ ਨਹੀਂ ਕਰਦੇ? ਅਸੀਂ ਕੋਈ ਚੀਜ਼ ਵੇਖਦੇ ਹਾਂ ਤਾਂ ਉਸ 'ਤੇ ਸ਼ੱਕ ਕਰਦੇ ਹਾਂ, ਅਸੀਂ ਕੁਝ ਸੁਣਦੇ ਹਾਂ ਅਤੇ ਉਸ 'ਤੇ ਸ਼ੱਕ ਕਰਦੇ ਹਾਂ, ਅਸੀਂ ਕੋਈ ਸਪਸ਼ਟ ਸੰਦੇਸ਼ ਸੁਣਦੇ ਹਾਂ ਤਾਂ ਉਸ 'ਤੇ ਸ਼ੱਕ ਕਰਦੇ ਹਾਂ। ਇਹ ਸ਼ੱਕ ਕਿੱਥੋਂ ਪੈਦਾ ਹੋ ਰਿਹਾ ਹੈ? ਕੀ ਹੈ ਇਸ ਦਾ ਕੋਈ ਹੱਲ? ਕੀ ਇਹ ਇਸ ਤੱਥ ਤੋਂ ਨਹੀਂ ਪੈਦਾ ਹੋ ਰਿਹਾ ਕਿ ਅਸੀਂ ਆਪਣੇ ਆਪ ਦੇ ਨਜ਼ਦੀਕ ਨਹੀਂ ਹਾਂ ਅਤੇ ਇਹ ਪਤਾ ਨਹੀਂ ਲਗਾ ਪਾ ਰਹੇ ਕਿ ਇਹ ਸ਼ੱਕ ਕਿੱਥੋਂ ਪੈਦਾ ਹੋ ਰਿਹਾ ਹੈ? ਜਦੋਂ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਸ ਸਮੱਸਿਆ ਦੀ ਜੜ੍ਹ ਤੱਕ ਜਾਂਦੇ ਹਾਂ, ਉਸ ਬਾਰੇ ਪਤਾ ਲਗਾ ਕੇ ਉਸ ਨੂੰ ਹੱਲ ਕਰਦੇ ਹਾਂ। ਅੱਜ ਵੀ ਸਾਡੇ ਸਾਹਮਣੇ ਇੱਕ ਸਮੱਸਿਆ ਹੈ, ਸਾਡੇ ਸਾਹਮਣੇ ਸ਼ੱਕ ਕਰਨ ਦੀ ਸਮੱਸਿਆ ਹੈ, ਬੇਵਿਸ਼ਵਾਸੀ ਦੀ ਸਮੱਸਿਆ ਹੈ, ਕਿਸੇ ਚੀਜ਼ ਅਤੇ ਕਿਸੇ 'ਤੇ ਭਰੋਸਾ ਨਾ ਕਰਨ ਦੀ ਸਮੱਸਿਆ ਹੈ। ਇਹ ਕਿੱਥੋਂ ਆ ਰਹੀ ਹੈ ਕਿ ਅਸੀਂ ਆਪਣੀ ਬੇਵਿਸ਼ਵਾਸੀ ਦੀ ਜੜ੍ਹ ਤੱਕ ਪਹੁੰਚ ਕੇ ਉਸ ਬਾਰੇ ਪਤਾ ਲਗਾ ਕੇ ਉਸ ਤੋਂ ਬਾਅਦ ਹਮੇਸ਼ਾ ਭਰੋਸਾ ਰੱਖਣ ਵਾਲੇ ਨਹੀਂ ਹੋ ਸਕਦੇ? ਅਸੀਂ ਬਿਮਾਰ ਹਾਂ, ਅਸੀਂ ਆਪਣੀ ਬਿਮਾਰੀ ਦਾ ਕਾਰਨ ਕਿਉਂ ਨਹੀਂ ਲੱਭਦੇ? ਅਸੀਂ ਡਰਦੇ ਹਾਂ, ਇਹ ਡਰ ਕਿੱਥੋਂ ਆ ਰਿਹਾ ਹੈ? ਅਸੀਂ ਕਿਉਂ ਡਰ ਦੀ ਜੜ੍ਹ ਤੱਕ ਜਾ ਕੇ ਇਹ ਪਤਾ ਨਹੀਂ ਲਗਾ ਸਕਦੇ ਕਿ ਸੱਚਮੁੱਚ ਡਰਨਾ ਚਾਹੀਦਾ ਹੈ ਜਾਂ ਨਹੀਂ? ਅਸੀਂ ਇਸ ਲਈ ਡਰਦੇ ਹਾਂ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਡਰ ਕਿੱਥੋਂ ਪੈਦਾ ਹੋ ਰਿਹਾ ਹੈ। ਇਹਨਾਂ ਸਾਰੇ ਅਨੁਭਵਾਂ ਦੀ ਜੜ੍ਹ ਦੀ ਅਗਿਆਨਤਾ ਹੀ ਇਹਨਾਂ ਸਾਰੇ ਡਰਾਂ ਦੇ ਅਨੁਭਵ ਦਾ ਕਾਰਨ ਹੋ ਸਕਦੀ ਹੈ, ਕਿਉਂਕਿ ਅਸੀਂ ਇਹਨਾਂ ਅਨੁਭਵਾਂ ਦੇ ਕੇਂਦਰ ਤੋਂ ਦੂਰ ਹਾਂ ਅਤੇ ਸਾਡੇ ਆਪੇ ਦੀ ਚੇਤਨਾ ਦੀ ਹੋਂਦ ਵਿੱਚ ਕੋਈ ਸ਼ੱਕ ਨਹੀਂ। ਮੈਂ ਕਦੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲਿਆ ਜਿਸ ਨੇ ਕਿਹਾ ਹੋਵੇ ਮੈਨੂੰ ਸ਼ੱਕ ਹੈ ਕਿ ਮੈਂ ਹਾਂ ਜਾਂ ਮੇਰੀ ਹੋਂਦ ਹੈ। ਮੈਂ ਕਈ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ ਜੋ ਕਹਿੰਦੇ ਹਨ ਮੈਨੂੰ ਸ਼ੱਕ ਹੈ ਕਿ ਮੇਰਾ ਸਰੀਰ ਹੈ, ਮੈਨੂੰ ਸ਼ੱਕ ਹੈ ਕਿ ਮੇਰਾ ਸੁਪਨਾ ਅਸਲੀ ਜਾਂ ਨਕਲੀ ਸੀ, ਪਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲਿਆ ਜੋ ਕਹਿੰਦਾ ਹੋਵੇ ਮੈਂ ਨਹੀਂ ਹਾਂ, ਮੇਰੀ ਹੋਂਦ ਨਹੀਂ ਹੈ। ਫਿਰ ਤੁਸੀਂ ਉਹ ਕੌਣ ਹੋ ਜੋ ਮੈਨੂੰ ਇਹ ਦੱਸ ਰਹੇ ਹੋ? ਸਾਡੇ ਸਾਰਿਆਂ ਕੋਲ ਯਕੀਨਨ ਇੱਕ ਹੀ ਅਜਿਹੀ ਭਾਵਨਾ, ਕੇਵਲ ਇੱਕ ਨਿਸ਼ਚਿਤਤਾ ਹੈ ਜੋ ਕਿਸੇ ਕਿਸਮ ਦੇ ਸ਼ੱਕ ਤੋਂ ਪਰੇ ਹੈ, ਅਤੇ ਉਹ ਭਾਵਨਾ ਹੈ ਕਿ ਅਸੀਂ ਹਾਂ, ਸਾਡੀ ਹੋਂਦ ਹੈ। ਉਹ ਕਿੱਥੋਂ ਆ ਰਹੀ ਹੈ ਇਹ ਭਾਵਨਾ ਕਿ ਅਸੀਂ ਹਾਂ, ਉਹ ਕਿੱਥੋਂ ਆ ਰਹੀ ਹੈ? ਮੰਨ ਲਓ ਹਜ਼ਾਰਾਂ ਲੋਕ ਆ ਕੇ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਨਹੀਂ ਹੋ, ਤੁਸੀਂ ਉਹਨਾਂ 'ਤੇ ਵਿਸ਼ਵਾਸ ਨਹੀਂ ਕਰੋਗੇ। ਤੁਹਾਨੂੰ ਆਪਣੀ ਹੋਂਦ ਦਾ ਅਨੁਭਵ ਹੈ ਅਤੇ ਤੁਸੀਂ ਇਸ ਅਨੁਭਵ 'ਤੇ ਵਿਸ਼ਵਾਸ ਕਰੋਗੇ। ਉਹ ਕਿਹੜੀ ਚੀਜ਼ ਹੈ ਜੋ ਤੁਹਾਨੂੰ ਆਪਣੀ ਹੋਂਦ ਦਾ ਅਨੁਭਵ ਦਿੰਦੀ ਹੈ? ਇਹ ਸਪਸ਼ਟ ਹੈ ਕਿ ਤੁਹਾਡੇ ਆਪੇ ਦੀ ਹੋਂਦ ਹੀ ਨਿਸ਼ਚਿਤ ਹੈ, ਹੋਰ ਕੁਛ ਵੀ ਨਿਸ਼ਚਿਤ ਨਹੀਂ ਹੈ। ਯਕੀਨਨ ਭਰੋਸੇ ਲਈ, ਸ਼ੱਕ ਕੱਢਣ ਲਈ ਬਾਕੀ ਸਾਰੀਆਂ ਚੀਜ਼ਾਂ ਦਾ ਪਤਾ ਲਗਾਉਣਾ ਪੈਂਦਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਹੋਂਦ ਹੈ। ਅਸੀਂ ਮੌਜੂਦ ਹਾਂ, ਅਸੀਂ ਇੱਕ ਸਵੈ ਹਾਂ, ਅਤੇ ਇਹ ਸਵੈ ਹੀ ਸ਼ੰਕਾ ਅਤੇ ਡਰ ਸਮੇਤ ਹਰ ਚੀਜ਼ ਦਾ ਅਨੁਭਵ ਕਰ ਰਿਹਾ ਹੈ। ਅਸੀਂ ਆਪਣੇ ਆਪ ਦੀ ਖੋਜ ਕਿਉਂ ਨਹੀਂ ਕਰਦੇ? ਅਸੀਂ ਕਿਉਂ ਨਹੀਂ ਜਾ ਕੇ ਲੱਭਦੇ ਕਿ ਸਾਡਾ ਆਪਾ ਕਿੱਥੇ ਹੈ? ਆਪਣੇ ਆਪ ਨੂੰ ਲੱਭਣਾ ਬਹੁਤ ਮੁਸ਼ਕਲ ਨਹੀਂ? ਜਦੋਂ ਅਸੀਂ ਸਥੂਲ ਸਰੀਰ ਵਿੱਚ ਹੁੰਦੇ ਹੋਏ ਆਲੇ ਦੁਆਲੇ ਵੇਖਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਕਿਤੇ ਬਾਹਰ ਨਹੀਂ ਦੇਖਦੇ। ਸਵੈ ਇਸ ਦੇਹੀ ਦੇ ਅੰਦਰ ਹੀ ਹੈ। ਕਿਸੇ ਨੇ ਕਦੇ ਵੀ ਆਪਣੇ ਆਪ ਨੂੰ ਕਿਸੇ ਹੋਰ ਜਗ੍ਹਾ 'ਤੇ ਅਨੁਭਵ ਨਹੀਂ ਕੀਤਾ। ਸਵੈ ਨੂੰ ਹਮੇਸ਼ਾ ਆਪਣੇ ਸਰੀਰ ਦੇ ਅੰਦਰ ਹੀ ਅਨੁਭਵ ਕੀਤਾ ਜਾਂਦਾ ਹੈ। ਅਸੀਂ ਸਰੀਰ ਦੇ ਅੰਦਰ ਹੀ ਸੋਚਦੇ ਹਾਂ, ਪੁੱਛਦੇ ਹਾਂ, ਅਭਿਆਸ ਕਰਦੇ ਹਾਂ। ਇਸ ਲਈ ਘੱਟੋ ਘੱਟ ਜਾਂਚ ਦੇ ਇਸ ਖੇਤਰ ਨੂੰ ਇਸ ਸਥੂਲ ਸਰੀਰ ਤੱਕ ਸੀਮਿਤ ਕੀਤਾ ਜਾ ਸਕਦਾ ਹੈ, ਅਤੇ ਜੇ ਅਸੀਂ ਸਵੈ ਨੂੰ ਲੱਭਣਾ ਹੋਵੇ ਤਾਂ ਇਹ ਖੋਜ ਕੇਵਲ ਇਸ ਸੀਮਤ ਦਾਇਰੇ ਵਿੱਚ ਹੀ ਕੀਤੀ ਜਾ ਸਕਦੀ ਹੈ। ਥੋੜ੍ਹੇ ਜਿਹੇ ਖੇਤਰ ਵਿੱਚ
ਜੋ ਕਿ ਕੁਛ ਹੀ ਫੁੱਟ ਲੰਬਾ ਹੈ, ਥੋੜ੍ਹਾ ਜਿਹਾ ਹੀ ਚੌੜਾ ਹੈ, ਜਿਸ ਨੂੰ ਅਸੀਂ ਮਨੁੱਖੀ ਸਰੀਰ ਕਹਿੰਦੇ ਹਾਂ। ਅਤੇ ਜੇਕਰ ਆਪੇ ਜਾਂ ਸਵੈ ਨੂੰ ਲੱਭਣਾ ਹੈ ਤਾਂ ਉਹ ਇੱਥੇ ਹੀ ਮਿਲੇਗਾ, ਹੋਰ ਕਿਤੇ ਨਹੀਂ। ਇਹ ਸਵੈ ਦੀ ਹੋਂਦ ਹੀ ਇੱਕੋ ਇੱਕ ਚੀਜ਼ ਹੈ ਜਿਸ ਬਾਰੇ ਸਾਨੂੰ ਕੋਈ ਸ਼ੱਕ ਸੰਦੇਹ ਨਹੀਂ। ਇਸ ਲਈ ਆਓ ਅਸੀਂ ਉਸ ਤੋਂ ਹੀ ਸ਼ੁਰੂਆਤ ਕਰੀਏ ਜਿਸ ਨੂੰ ਅਸੀਂ ਨਿਸ਼ਚਿਤ ਤੌਰ 'ਤੇ ਜਾਣਦੇ ਹਾਂ, ਬਜਾਏ ਕਿ ਇੱਕ ਅਜਿਹੇ ਆਧਾਰ ਤੋਂ ਸ਼ੁਰੂਆਤ ਕਰੀਏ ਜਿਸ ਦੀ ਹੋਂਦ 'ਤੇ ਸਾਨੂੰ ਪਹਿਲਾਂ ਹੀ ਸ਼ੱਕ ਹੋਵੇ। ਸੋ ਆਓ ਉਸ ਤੋਂ ਸ਼ੁਰੂਆਤ ਕਰੀਏ ਜਿੱਥੇ ਸਾਨੂੰ ਸਵੈ ਦੀ ਹੋਂਦ 'ਤੇ ਪੂਰਾ ਯਕੀਨ ਹੈ। ਤਾਂ ਆਓ ਉਸ ਨੂੰ ਜਾਣੀਏ ਅਤੇ ਆਪੇ ਜਾਂ ਸਵੈ ਨੂੰ ਖੋਜੀਏ। ਹੁਣ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਥੂਲ ਸਰੀਰ ਵਿੱਚ ਸਵੈ ਕਿੱਥੇ ਹੈ ਤਾਂ ਇਹ ਵੀ ਔਖਾ ਨਹੀਂ, ਕਿਉਂਕਿ ਸਵੈ ਜੋ ਕੁਛ ਕਰ ਰਿਹਾ ਹੈ ਉਹ ਬਿਲਕੁਲ ਸਪਸ਼ਟ ਹੈ। ਉਦਾਹਰਣ ਲਈ, ਇਹ ਸਵੈ ਪ੍ਰਸ਼ਨ ਕਰ ਰਿਹਾ ਹੈ, ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ। ਸਵੈ ਬੋਲਦਾ ਹੈ ਅਤੇ ਪੁੱਛਗਿੱਛ ਕਰਦਾ ਹੈ ਕਿ ਇਹ ਕੀ ਹੈ, ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ। ਸਵੈ ਸੋਚਦਾ ਹੈ, ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ। ਸਵੈ ਵਸਤੂਆਂ ਦਾ ਧਿਆਨ ਕਰਦਾ ਹੈ, ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ। ਇਹ ਸਭ ਤਿੰਨ ਚੀਜ਼ਾਂ ਕਿੱਥੇ ਹੋ ਰਹੀਆਂ ਹਨ? ਇੱਕ ਵਿਅਕਤੀ ਦੇ ਸਿਰ ਵਿੱਚ, ਗਲੇ ਵਿੱਚ ਨਹੀਂ, ਸਰੀਰ ਦੇ ਵੱਖ ਵੱਖ ਚੱਕਰਾਂ ਵਿੱਚ ਨਹੀਂ, ਅੰਗਾਂ ਵਿੱਚ ਨਹੀਂ, ਕਿਤੇ ਹੋਰ ਨਹੀਂ। ਜਦੋਂ ਅਸੀਂ ਸੋਚਦੇ ਹਾਂ ਤਾਂ ਅਸੀਂ ਕਿੱਥੋਂ ਸੋਚਦੇ ਹਾਂ? ਅਸੀਂ ਲੋਕਾਂ 'ਤੇ ਨਜ਼ਰ ਮਾਰਦੇ ਹਾਂ ਅਤੇ ਉਹਨਾਂ ਬਾਰੇ ਸੋਚਦੇ ਹਾਂ। ਇਹ ਜਾਣਨਾ ਮੁਸ਼ਕਿਲ ਨਹੀਂ ਕਿ ਅਸੀਂ ਕਿੱਥੋਂ ਦੀ ਸੋਚ ਵਿਚਾਰ ਕਰ ਰਹੇ ਹਾਂ। ਅਸੀਂ ਸਿਰ ਦੇ ਅੰਦਰੋਂ ਸੋਚਦੇ ਹਾਂ। ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਸੋਚਦੇ ਹਾਂ ਤਾਂ ਇਹ ਵਿਚਾਰ ਕਿਤੋਂ ਤਾਂ ਆ ਰਿਹਾ ਹੁੰਦਾ ਹੈ। ਨੱਕ ਸਾਡੇ ਹੇਠਾਂ ਹੈ, ਮੂੰਹ ਸਾਡੇ ਹੇਠਾਂ ਹੈ, ਅਸੀਂ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ। ਅੱਖਾਂ ਬੰਦ ਕਰਕੇ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ। ਬੰਦ ਅੱਖਾਂ ਨਾਲ ਅਭਿਆਸ ਕਰਦੇ ਸਮੇਂ ਅਸੀਂ ਜਾਣ ਸਕਦੇ ਹਾਂ ਕਿ ਇਹ ਸੋਚਣ ਦੀ ਪ੍ਰਕਿਰਿਆ, ਕਿਸੇ ਵੀ ਤਰੀਕੇ ਨਾਲ ਸਵੈ ਨੂੰ ਜ਼ਾਹਰ ਕਰਨ ਦੀ ਪ੍ਰਕਿਰਿਆ ਸਾਡੇ ਸਥੂਲ ਸਰੀਰ ਦੇ ਅੰਦਰ ਇੱਕ ਬਹੁਤ ਹੀ ਛੋਟੇ ਭਾਗ ਵਿੱਚੋਂ ਹੋ ਰਹੀ ਹੈ। ਵਾਹ, ਇਹ ਤਾਂ ਬਹੁਤ ਹੀ ਸੌਖਾ ਹੋ ਗਿਆ। ਸਾਡੀ ਖੋਜ ਦਾ ਖੇਤਰ ਸਾਡੇ ਸਥੂਲ ਸਿਰ ਅੰਦਰ ਬਹੁਤ ਹੀ ਥੋੜ੍ਹੀ ਜਗ੍ਹਾ, ਕੁਛ ਕੁ ਇੰਚਾਂ ਤੱਕ ਸੀਮਤ ਹੋ ਗਿਆ ਹੈ। ਉਹ ਚੀਜ਼ ਜਿਸ ਦੀ ਹੋਂਦ ਬਾਰੇ ਸਾਨੂੰ ਪੂਰਾ ਯਕੀਨ ਹੈ, ਉਹ ਇਸ ਛੋਟੇ ਜਿਹੇ ਖੇਤਰ ਜਿਸ ਨੂੰ ਅਸੀਂ ਸਥੂਲ ਸਿਰ ਕਹਿੰਦੇ ਹਾਂ ਵਿੱਚ ਮੌਜੂਦ ਹੁੰਦੀ ਹੈ। ਆਓ ਥੋੜ੍ਹਾ ਹੋਰ ਅੱਗੇ ਵਧੀਏ। ਇਹ ਸਾਰੀ ਪ੍ਰਕਿਰਿਆ ਅਸੀਂ ਸਥੂਲ ਸਿਰ ਵਿੱਚ ਕਿੱਥੋਂ ਕਰ ਰਹੇ ਹਾਂ? ਕੀ ਇਹ ਸਾਰੇ ਸਿਰ ਵਿੱਚ ਹੋ ਰਿਹਾ ਹੈ? ਕੀ ਇਹ ਅੱਖਾਂ ਵਿੱਚੋਂ ਹੋ ਰਿਹਾ ਹੈ? ਕੀ ਇਹ ਕੰਨਾਂ ਵਿੱਚੋਂ ਹੋ ਰਿਹਾ ਹੈ? ਕੀ ਅਸੀਂ ਆਪਣੀ ਸੋਚ ਦੀ ਵਿਧੀ ਨੂੰ, ਆਪਣੇ ਆਪ ਨੂੰ ਜ਼ਾਹਿਰ ਕਰਨ ਦੀ ਪ੍ਰਣਾਲੀ ਨੂੰ, ਜਿਸ ਰਾਹੀਂ ਅਸੀਂ ਪ੍ਰਸ਼ਨ ਪੁੱਛਦੇ ਹਾਂ, ਕੀ ਅਸੀਂ ਉਸਨੂੰ ਆਪਣੇ ਸਿਰ ਵਿੱਚ ਕਿਤੇ ਵੀ ਰੱਖ ਸਕਦੇ ਹਾਂ? ਜਾਂ ਕਿ ਅਸੀਂ ਉਸ ਖੇਤਰ ਨੂੰ ਹੋਰ ਸੀਮਤ ਕਰ ਸਕਦੇ ਹਾਂ ਜਿੱਥੇ ਇਹ ਸਭ ਹੋ ਰਿਹਾ ਹੈ? ਇਹ ਜਾਣਨ ਲਈ ਬਹੁਤਾ ਲੰਬਾ ਸਮਾਂ ਨਹੀਂ ਲੱਗਦਾ। ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਇਸ ਉੱਤੇ ਵਿਚਾਰ ਕਰਦੇ ਹੋ ਕਿ ਮੈਂ ਕਿੱਥੋਂ ਸੋਚ ਰਿਹਾ ਹਾਂ, ਮੈਂ ਕਿੱਥੋਂ ਗੱਲ ਕਰ ਰਿਹਾ ਹਾਂ, ਮੈਂ ਆਪਣੇ ਸਰੀਰ ਨੂੰ ਕੰਮ ਕਰਨ ਲਈ ਕਿੱਥੋਂ ਸੰਦੇਸ਼ ਭੇਜ ਰਿਹਾ ਹਾਂ, ਇਹ ਸਭ ਕਿੱਥੇ ਹੋ ਰਿਹਾ ਹੈ? ਇਹ ਸਿਰ ਦੇ ਅੰਦਰ ਕਿਤੋਂ ਬਹੁਤੀ ਦੂਰੋਂ ਨਹੀਂ ਹੋ ਰਿਹਾ ਹੁੰਦਾ, ਇਹ ਸਿਰ ਦੇ ਬਿਲਕੁਲ ਮੱਧ ਵਿੱਚ ਹੋ ਰਿਹਾ ਹੈ। ਇਹ ਪਤਾ ਲਗਾਉਣਾ ਬਹੁਤਾ ਲੰਬਾ ਸਮਾਂ ਨਹੀਂ ਲੈਂਦਾ। ਕੋਈ ਵੀ ਇਹ ਸੋਚ ਵਿਚਾਰ ਕਰ ਸਕਦਾ ਹੈ ਅਤੇ ਪਤਾ ਲਗਾ ਸਕਦਾ ਹੈ ਕਿ ਸਵੈ ਦੀ ਚੇਤਨ ਸੰਚਾਲਨ ਦੀ ਪੂਰੀ ਪ੍ਰਕਿਰਿਆ ਅੱਖਾਂ ਦੇ ਪਿੱਛੇ ਇਸ ਸਥੂਲ ਸਿਰ ਦੇ ਮੱਧ ਵਿੱਚ ਹੋ ਰਹੀ ਹੈ। ਜੇ ਤੁਸੀਂ ਦੋ ਅੱਖਾਂ ਰਾਹੀਂ ਸਿਰ ਵਿੱਚ ਪਿੱਛੇ ਤੱਕ ਸਿੱਧੀਆਂ ਲਕੀਰਾਂ ਖਿੱਚੋ ਅਤੇ ਕੰਨਾਂ ਦੇ ਵਿਚਕਾਰ ਇੱਕ ਬਾਰ ਲਗਾ ਦਿਓ, ਅਸੀਂ ਉਸ ਬਾਰ ਦੇ ਸੈਂਟਰ ਉੱਤੇ ਅੱਖਾਂ ਦੇ ਪਿੱਛੇ ਬੈਠੇ ਹਾਂ ਅਤੇ ਇਹ ਹੀ ਉਹ ਜਗ੍ਹਾ ਹੈ ਜਿੱਥੋਂ ਸਵੈ ਸਾਰੀ ਪ੍ਰਕਿਰਿਆ ਕਰ ਰਿਹਾ ਹੈ। ਇਹ ਸਭ ਜਾਣਨਾ ਬਹੁਤ ਮੁਸ਼ਕਲ ਨਹੀਂ। ਜੇ ਸਾਨੂੰ ਆਪਣੇ ਆਪ ਦੇ ਸਥਾਨ ਬਾਰੇ ਪਤਾ ਲੱਗ ਜਾਵੇ ਤਾਂ ਸਾਨੂੰ ਆਪਣੇ ਬਾਰੇ ਪਤਾ ਕਰਨਾ ਆਸਾਨ ਹੋ ਜਾਵੇਗਾ ਕਿ ਅਸੀਂ ਕੌਣ ਹੈ। ਲੋਕ ਕਹਿੰਦੇ ਆਏ ਹਨ, ਆਪਣੇ ਆਪ ਨੂੰ ਜਾਣੋ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਇਹ ਪਤਾ ਲਗਾਓ ਕਿ ਕੰਨਾਂ ਦੇ ਵਿਚਕਾਰ ਅਤੇ ਅੱਖਾਂ ਦੇ ਪਿੱਛੇ ਉਸ ਬਾਰ 'ਤੇ ਕੌਣ ਬੈਠਾ ਹੈ। ਇਹ ਦੋਵੇਂ ਅੱਖਾਂ ਉਸ ਜਗ੍ਹਾ 'ਤੇ ਇਕੱਠੀਆਂ ਹੁੰਦੀਆਂ ਹਨ। ਇਹ ਬਹੁਤ ਅਜੀਬ ਹੈ ਕਿ ਇਹ ਅੱਖਾਂ ਜੋ ਸਿੱਧਾ ਬਾਹਰ ਦੇਖਦੀਆਂ ਹਨ
ਅਤੇ ਕਈ ਤਸਵੀਰਾਂ ਨੂੰ ਅਬਜ਼ੋਰਵ ਜਾਂ ਜਜ਼ਬ ਕਰਦੀਆਂ ਹਨ। ਫਿਰ ਇਹਨਾਂ ਵੱਖ ਵੱਖ ਤਸਵੀਰਾਂ ਨੂੰ ਜੋੜ ਕੇ ਸਿਰਫ ਇੱਕ 3D ਜਾਂ 4D ਤਸਵੀਰ ਬਣਾਈ ਜਾਂਦੀ ਹੈ। ਉਹ ਕਿੱਥੇ ਹੁੰਦਾ ਹੈ? ਸਥੂਲ ਅੱਖਾਂ ਇੱਕ ਤਸਵੀਰ ਨੂੰ ਕਿੱਥੋਂ ਦੇਖਦੀਆਂ ਹਨ? ਖੈਰ, ਉਹ ਕਹਿੰਦੇ ਹਨ ਕਿ ਉਹ ਕੈਮਰੇ ਬਣਾਉਂਦੇ ਹਨ ਜਿਨ੍ਹਾਂ ਨਾਲ ਦੋ ਤਸਵੀਰਾਂ ਵੇਖੀਆਂ ਜਾਂਦੀਆਂ ਹਨ, ਥੋੜ੍ਹੇ ਅਲੱਗ ਢੰਗ ਨਾਲ। ਇਹ ਸਭ ਨੂੰ ਦੋ ਅੱਖਾਂ ਨੂੰ ਸਾਹਮਣੇ ਰੱਖ ਕੇ ਬਣਾਇਆ ਗਿਆ ਹੈ ਜੋ ਕਿ ਇੱਕ ਦੂਸਰੇ ਨਾਲੋਂ ਅਲੱਗ ਹਨ। ਅੱਖਾਂ ਦੀਆਂ ਪੁਤਲੀਆਂ ਪੂਰੀ ਤਰ੍ਹਾਂ ਵੇਖ ਨਹੀਂ ਸਕਦੀਆਂ। ਇੱਕ ਪੁਤਲੀ ਉਹ ਨਹੀਂ ਵੇਖ ਸਕਦੀ ਜੋ ਦੂਜੀ ਵੇਖਦੀ ਹੈ, ਥੋੜ੍ਹਾ ਫਰਕ ਰਹਿੰਦਾ ਹੈ। ਤੁਸੀਂ ਤਸਵੀਰ ਲੈਣ ਲਈ ਦੋ ਅੱਖਾਂ ਵਾਲਾ ਕੈਮਰਾ ਵਰਤਦੇ ਹੋ ਤਾਂ ਦੋਵੇਂ ਤਸਵੀਰਾਂ ਵੱਖ ਵੱਖ ਹੁੰਦੀਆਂ ਹਨ। ਜੇ ਤੁਸੀਂ ਉਹਨਾਂ ਤਸਵੀਰਾਂ ਨੂੰ ਇਕੱਠੇ ਦੇਖਦੇ ਹੋ ਤਾਂ ਉਹ ਇੱਕ ਬਣ ਨਜ਼ਰ ਆਉਂਦੀ ਹੈ। ਜੇ ਤੁਸੀਂ ਉਸ ਨੂੰ ਕੁਛ ਦੂਰੀ ਤੋਂ ਵੇਖਦੇ ਹੋ ਤਾਂ ਉਹ ਇੱਕ 3D ਤਸਵੀਰ ਵਾਂਗੂ ਜਾਪਦੀ ਹੈ। ਅੱਜ ਕੱਲ੍ਹ ਜੇ ਅਸੀਂ ਕੋਈ 3D ਫਿਲਮ ਦੇਖਣ ਜਾਂਦੇ ਹਾਂ ਤਾਂ ਸਾਨੂੰ ਲਾਲ ਅਤੇ ਹਰੇ ਰੰਗ ਦੀਆਂ ਐਨਕਾਂ ਦਿੱਤੀਆਂ ਜਾਂਦੀਆਂ ਹਨ। ਉਹ ਇਸ ਲਈ ਕਿਉਂਕਿ ਇੱਕ ਫਿਲਮ ਲਾਲ ਰੰਗ ਦੀ ਹੋਈ ਹੈ ਅਤੇ ਦੂਜੀ ਹਰੇ ਰੰਗ ਦੀ। ਜਦੋਂ ਅਸੀਂ ਉਹਨਾਂ ਦੋ ਰੰਗਾਂ ਦੀਆਂ ਐਨਕਾਂ ਨਾਲ ਵੇਖਦੇ ਹਾਂ ਤਾਂ ਉਹ ਮਿਲ ਕੇ 3D ਤਸਵੀਰ ਬਣਾ ਦਿੰਦੇ ਹਨ। ਹੁਣ ਉਹਨਾਂ ਨੇ ਹੋਰ ਵੀ ਸੁਧਾਰ ਕਰ ਦਿੱਤਾ। ਹੁਣ ਪੋਲਾਰੋਇਡ ਐਨਕਾਂ ਦੀ ਵਰਤੋਂ ਹੁੰਦੀ ਹੈ। ਪੋਲਾਰੋਇਡ ਨਜ਼ਰ ਨੂੰ ਦੋ ਦਿਸ਼ਾਵਾਂ ਵਿੱਚ ਮੋੜ ਸਕਦੀ ਹੈ ਅਤੇ ਇਸ ਲਈ ਇਸ ਨੂੰ ਪੋਲਾਰੋਇਡ ਕਿਹਾ ਜਾਂਦਾ ਹੈ। ਦਿਸ਼ਾਵਾਂ ਬਦਲ ਦਿੱਤੀਆਂ ਜਾਂਦੀਆਂ ਹਨ। ਜਦੋਂ ਤੁਸੀਂ ਉਹਨਾਂ ਐਨਕਾਂ ਨਾਲ ਵੇਖਦੇ ਹੋ ਤਾਂ ਤੁਸੀਂ ਦਿਸ਼ਾਵਾਂ ਨੂੰ ਬਦਲ ਦਿੰਦੇ ਹੋ। ਹਰ ਚੀਜ਼ 3D ਹੋ ਜਾਂਦੀ ਹੈ। ਦੋ ਤਸਵੀਰਾਂ ਇੱਕ ਬਣ ਕੇ ਨਜ਼ਰ ਆਉਂਦੀ ਹੈ। ਦੋਵੇਂ ਅੱਖਾਂ ਅਜੇ ਵੀ ਦੋ ਤਸਵੀਰਾਂ ਦੇਖ ਰਹੀਆਂ ਹਨ। ਉਹ ਦੋ ਤਸਵੀਰਾਂ ਕਿਸ ਜਗ੍ਹਾ 'ਤੇ ਇੱਕ ਬਣ ਰਹੀਆਂ ਹਨ? ਸਾਡੇ ਸਿਰ ਦੇ ਅੰਦਰ ਆਪਟੀਕਲ ਸਿਸਟਮ ਵਿੱਚ ਇਹਨਾਂ ਤਸਵੀਰਾਂ ਦਾ ਸੁਮੇਲ ਕਿੱਥੇ ਹੁੰਦਾ ਹੈ? ਇਹ ਆਪਟਿਕ ਨਾੜੀਆਂ ਵਿੱਚ ਬਿਲਕੁਲ ਨਹੀਂ ਹੁੰਦਾ। ਆਪਟਿਕ ਨਾੜੀਆਂ ਅੱਖਾਂ ਤੋਂ ਸਿਰ ਵਿੱਚ ਜਾਂਦੀਆਂ ਹਨ। ਕੀ ਅਸੀਂ ਸਭ ਕੁਝ ਆਪਟਿਕ ਦਿਮਾਗ ਦੇ ਉਸ ਹਿੱਸੇ ਵਿੱਚ ਵੇਖਦੇ ਹਾਂ? ਨਹੀਂ, ਅਸੀਂ ਅੱਖਾਂ ਦੇ ਸਾਹਮਣੇ ਤੋਂ ਵੇਖਦੇ ਹਾਂ। ਅਸੀਂ ਉਹਨਾਂ ਨੂੰ ਕਿੱਥੇ ਦੇਖਦੇ ਹਾਂ? ਇਸ ਬਾਰੇ ਜਾਂਚ ਕਰੋ, ਸੋਚੋ। ਅਸੀਂ ਇਸ ਦੁਨੀਆ ਨੂੰ ਆਪਣੀਆਂ ਸਥੂਲ ਅੱਖਾਂ ਨਾਲ ਕਿੱਥੇ ਦੇਖਦੇ ਹਾਂ? ਇਹ ਸਭ ਅਸੀਂ ਉਸ ਥਾਂ 'ਤੇ ਦੇਖਦੇ ਹਾਂ ਜਿੱਥੇ ਅਸੀਂ ਬੈਠੇ ਹਾਂ। ਸਾਡਾ ਸਵੈ ਦੋਵਾਂ ਕੰਨਾਂ ਦੇ ਵਿਚਕਾਰ ਅਤੇ ਇਹਨਾਂ ਦੋਹਾਂ ਅੱਖਾਂ ਦੇ ਪਿੱਛੇ ਬਾਰ ਉੱਤੇ ਬੈਠਾ ਹੋਇਆ ਹੈ। ਉਹ ਇਹ ਅੱਖਾਂ ਹਨ ਜੋ ਅਸਲ ਵਿੱਚ ਵੇਖਦੀਆਂ ਹਨ। ਉਹ ਸਾਹਮਣੇ ਵਾਲੀਆਂ ਅੱਖਾਂ ਨੂੰ ਦੇਖਣ ਲਈ ਇੱਕ ਸਾਧਨ ਦੇ ਤੌਰ 'ਤੇ ਵਰਤਦੀਆਂ ਹਨ। ਦੇਖਣ ਦੀ ਪ੍ਰਕਿਰਿਆ ਤਾਂ ਅੰਦਰੋਂ ਹੀ ਹੋ ਰਹੀ ਹੁੰਦੀ ਹੈ। ਦੁਨੀਆ ਦੇਖਣ ਦੀ ਪ੍ਰਕਿਰਿਆ ਅੰਦਰੋਂ ਮੱਧ ਵਿੱਚੋਂ ਹੋ ਰਹੀ ਹੁੰਦੀ ਹੈ। ਅਸਲ ਵਿੱਚ ਇਹ ਹੀ ਹੈ ਉਹ ਅੱਖ ਜੋ ਦੇਖਦੀ ਹੈ। ਸਾਹਮਣੇ ਵਾਲੀਆਂ ਦੋਵੇਂ ਨੇ ਉਹ ਕੇਵਲ ਇੱਕ ਸੰਕੇਤ ਦਿੰਦੀਆਂ ਹਨ ਜਿਸ ਨੂੰ ਇੱਕ ਨਜ਼ਰ ਬਣਾਇਆ ਜਾਂਦਾ ਹੈ। ਉਸ ਬੈਂਚ 'ਤੇ, ਉਸ ਲਕੀਰ 'ਤੇ ਜੋ ਦੋਨਾਂ ਕੰਨਾਂ ਦੇ ਵਿਚਕਾਰ ਅਤੇ ਅੱਖਾਂ ਦੇ ਪਿੱਛੇ, ਜਿਵੇਂ ਕਿ ਉਹ ਤੀਜੀ ਅੱਖ ਹੋਵੇ। ਇਹ ਤੀਜੀ ਅੱਖ ਉਹ ਦੇਖਦੀ ਹੈ ਜੋ ਸਾਹਮਣੇ ਵਾਲੀਆਂ ਦੋ ਅੱਖਾਂ ਉਸ ਨੂੰ ਪੇਸ਼ ਕਰਦੀਆਂ ਹਨ। ਬਹੁਤ ਢੁਕਵੇਂ ਤਰੀਕੇ ਨਾਲ ਉਸਨੂੰ ਤੀਜੀ ਅੱਖ ਕਿਹਾ ਗਿਆ ਹੈ। ਸਾਰੇ ਮਹਾਂਪੁਰਸ਼ਾਂ ਨੇ ਤੀਜੀ ਅੱਖ ਦੀ ਗੱਲ ਕੀਤੀ ਹੈ। ਉਹ ਕਈ ਵਾਰੀ ਇੱਕ ਅੱਖ ਦੀ ਵੀ ਗੱਲ ਕਰਦੇ ਹਨ। ਇੱਕ ਮਹਾਤਮਾ ਕਹਿੰਦੇ ਹਨ, ਜੇ ਤੇਰੀ ਅੱਖ ਇੱਕ ਹੋ ਜਾਵੇ ਤਾਂ ਤੇਰਾ ਸਾਰਾ ਸਰੀਰ ਰੋਸ਼ਨੀ ਨਾਲ ਭਰ ਜਾਵੇਗਾ। ਇਸ ਦਾ ਕੀ ਮਤਲਬ ਹੈ? ਜੇ ਤੁਹਾਡੇ ਕੋਲ ਇੱਕ ਹੀ ਅੱਖ ਹੋਵੇ, ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਸਥੂਲ ਅੱਖ ਨੂੰ ਨਸ਼ਟ ਕਰ ਦਿਓ। ਅੰਨੇ ਲੋਕ ਇੱਕ ਅੱਖ ਬੰਦ ਹੋਣ 'ਤੇ ਕੋਈ ਰੋਸ਼ਨੀ ਨਹੀਂ ਦੇਖਦੇ। ਇਸ ਦਾ ਅਰਥ ਹੈ ਕਿ ਜੇ ਤੁਸੀਂ ਇਹਨਾਂ ਦੋਨਾਂ ਅੱਖਾਂ ਦੇ ਪਿੱਛੇ ਇੱਕ ਅੱਖ ਬਾਰੇ ਜਾਣ ਲੈਂਦੇ ਹੋ ਤਾਂ ਸਾਰਾ ਸਰੀਰ ਰੋਸ਼ਨ ਹੋ ਜਾਵੇਗਾ। ਜੇ ਤੁਸੀਂ ਉੱਥੇ ਮੌਜੂਦ ਹੋ ਸਕਦੇ ਹੋ ਜਿੱਥੇ ਇਹ ਤੀਜੀ ਅੱਖ ਹੈ ਤਾਂ ਸਾਰਾ ਸਰੀਰ ਰੋਸ਼ਨੀ ਨਾਲ ਭਰ ਜਾਵੇਗਾ। ਇਸ ਤੋਂ ਵੀ ਜ਼ਿਆਦਾ ਰੋਸ਼ਨੀ ਜੋ ਬਾਹਰ, ਜੋ ਸੰਸਾਰ ਵਿੱਚ ਮੌਜੂਦ ਹੈ। ਇਹ ਇੱਕ ਅਨੁਭਵ ਹੈ। ਅਸੀਂ ਇੱਥੇ ਕੋਈ ਥੋਰੈਟੀਕਲ ਜਾਂ ਸਿਧਾਂਤਕ ਮਾਡਲ ਨਹੀਂ ਪੇਸ਼ ਕਰ ਰਹੇ। ਰੋਸ਼ਨੀ ਕਿੱਥੋਂ ਆਉਂਦੀ ਹੈ? ਚਾਨਣਾ ਕੀ ਹੈ? ਇਸ ਬਾਰੇ ਬਹੁਤ ਸਾਰੇ ਸਵਾਲ ਹੋ ਸਕਦੇ ਹਨ। ਰੋਸ਼ਨੀ ਕਿਵੇਂ ਬਣਦੀ ਹੈ? ਰੋਸ਼ਨੀ ਦਾ ਸੋਮਾ ਕਿੱਥੇ ਹੈ?
ਹਜ਼ਾਰਾਂ ਹੀ ਪ੍ਰਸ਼ਨ ਉੱਠ ਸਕਦੇ ਹਨ, ਪਰ ਸੱਚ ਇਹ ਹੈ ਕਿ ਜੇ ਤੁਹਾਡੀ ਅੱਖ ਇੱਕ ਹੈ, ਜਿਸ ਦਾ ਭਾਵ ਹੈ ਕਿ ਤੁਸੀਂ ਦੇਖਣ ਦੀ ਸ਼ਕਤੀ ਇਹਨਾਂ ਦੋਹਾਂ ਅੱਖਾਂ ਤੋਂ ਖਿੱਚ ਕੇ ਇਹਨਾਂ ਦੇ ਪਿੱਛੇ ਤੀਜੀ ਅੱਖ 'ਤੇ ਲਿਜਾ ਚੁੱਕੇ ਹੋ, ਜਿਸ ਨਾਲ ਤੁਸੀਂ ਆਪਣੀ ਸਾਰੀ ਜ਼ਿੰਦਗੀ ਦੇਖਦੇ ਰਹੇ ਹੋ, ਇਹ ਕੋਈ ਨਵੀਂ ਗੱਲ ਨਹੀਂ। ਤੁਸੀਂ ਹਰ ਸਮੇਂ ਦੋਵੇਂ ਸਾਹਮਣੇ ਵਾਲੀਆਂ ਅੱਖਾਂ ਦੀ ਵਰਤੋਂ ਕਰਕੇ ਸਿਰ ਦੇ ਅੰਦਰ ਉਸ ਇੱਕ ਅੱਖ ਨਾਲ ਦੇਖਦੇ ਹੋ। ਇਹ ਸਰੀਰ ਦੇ ਕਿਸੇ ਅੰਗ ਨਾਲ ਸੰਬੰਧਿਤ ਨਹੀਂ, ਇਹ ਪੈਟਿਊਟਰੀ ਬੋਡੀ ਨਾਲ ਵੀ ਸੰਬੰਧਿਤ ਨਹੀਂ, ਇਹ ਉਸਦੇ ਨੇੜੇ ਹੁੰਦੀ ਹੈ। ਦਿਮਾਗ ਵਿੱਚ ਪੀਨੀਅਲ ਗਲੈਂਡ ਅਤੇ ਪੀਟਿਊਟਰੀ ਬੋਡੀ ਇਸਦੇ ਬਹੁਤ ਨੇੜੇ ਹਨ, ਪਰ ਉਹ ਇਹ ਕੰਮ ਨਹੀਂ ਕਰਦੇ। ਇਹ ਆਪਟਿਕ ਨਰਵ ਦਾ ਅਖੀਰਲਾ ਹਿੱਸਾ ਨਹੀਂ ਹੈ। ਇਸ ਲਈ ਜਦੋਂ ਅਸੀਂ ਤੀਜੀ ਅੱਖ ਨਾਲ ਦੇਖਦੇ ਹਾਂ ਅਤੇ ਜਦੋਂ ਅਸੀਂ ਤੀਜੀ ਅੱਖ ਤੋਂ ਜਾਣੂ ਹੁੰਦੇ ਹਾਂ ਤਾਂ ਸਾਡਾ ਸਾਰਾ ਸਰੀਰ ਰੋਸ਼ਨੀ ਨਾਲ ਭਰ ਜਾਂਦਾ ਹੈ, ਅਸੀਂ ਚਾਨਣ ਦੇਖਦੇ ਹਾਂ। ਮੈਂ ਭਾਰਤ ਵਿੱਚ ਮੇਰੇ ਇੱਕ ਦੋਸਤ ਜੋ ਰੂਹਾਨੀ ਰਸਤੇ 'ਤੇ ਸੀ ਅਤੇ ਵੱਖੋ ਵੱਖ ਕਿਸਮ ਦੇ ਸਿਧਾਂਤਾਂ ਦੀ ਕੋਸ਼ਿਸ਼ ਕਰ ਰਿਹਾ ਸੀ ਨੂੰ ਪੁੱਛਿਆ, ਕਿਉਂ ਨਹੀਂ ਤੁਸੀਂ ਉੱਥੇ ਜਾ ਕੇ ਟਿਕਣ ਦੀ ਕੋਸ਼ਿਸ਼ ਕਰਦੇ, ਆਪਣੇ ਸਿਰ ਨੂੰ ਢੱਕ ਲਓ ਤਾਂ ਜੋ ਕੋਈ ਬਾਹਰੀ ਰੋਸ਼ਨੀ ਨਾ ਆਵੇ। ਉਸਨੇ ਇੱਕ ਮੋਟਾ ਕੰਬਲ ਲਿਆ ਅਤੇ ਉਸ ਨਾਲ ਆਪਣਾ ਸਿਰ ਚੰਗੀ ਤਰ੍ਹਾਂ ਢੱਕ ਲਿਆ। ਫਿਰ ਅੰਦਰ ਇਤਨਾ ਚਾਨਣ ਹੋ ਗਿਆ ਕਿ ਉਸਨੂੰ ਉਹ ਹਟਾ ਦੇਣਾ ਪਿਆ। ਉਹ ਕਿੱਥੋਂ ਆ ਰਿਹਾ ਸੀ? ਉਸਨੇ ਸੋਚਿਆ ਕਿ ਇਹ ਬਾਹਰੋਂ ਆ ਰਿਹਾ ਹੈ। ਉਸ ਮੋਟੇ ਕੰਬਲ ਹੁੰਦਿਆਂ ਹੋਏ ਉਸਨੇ ਬਾਹਰ ਤੋਂ ਵੀ ਵੱਧ ਰੋਸ਼ਨੀ ਵੇਖੀ। ਇਹ ਚਾਨਣ ਸਾਡੇ ਸਾਰਿਆਂ ਵਿੱਚ ਹੈ, ਇਹ ਕੋਈ ਵਿਲੱਖਣ ਪ੍ਰਕਿਰਿਆ ਨਹੀਂ। ਇਹ ਪ੍ਰਕਿਰਿਆ ਇਸ ਲਈ ਨਹੀਂ ਹੁੰਦੀ ਕਿ ਕੁਝ ਲੋਕਾਂ ਨੂੰ ਚਾਨਣ ਦਾ ਤੋਹਫ਼ਾ ਮਿਲਿਆ ਹੈ, ਇਹ ਇਸ ਕਰਕੇ ਹੋਇਆ ਕਿਉਂਕਿ ਉਹ ਤੀਜੀ ਅੱਖ ਤੋਂ ਸੁਚੇਤ ਹੋ ਗਿਆ ਸੀ। ਉਹ ਜਾਣ ਗਿਆ ਸੀ ਕਿ ਉਹ ਅੱਖ ਇਹਨਾਂ ਅੱਖਾਂ ਦੇ ਪਿੱਛੇ ਹੈ। ਅਸੀਂ ਉਸ ਬਾਰੇ ਕਿੱਦਾਂ ਜਾਣੂ ਹੋ ਸਕਦੇ ਹਾਂ? ਆਓ ਵਾਪਸ ਚਲੀਏ। ਹੁਣ ਅਸੀਂ ਅਭਿਆਸ ਦੇ ਅਸਲ ਵਿਸ਼ੇ 'ਤੇ ਆਏ ਹਾਂ। ਜਾਗਰੂਕਤਾ ਜਾਂ ਸੋਝੀ ਕੀ ਹੈ? ਅਸੀਂ ਕਿਸੇ ਚੀਜ਼ ਬਾਰੇ ਕਿਵੇਂ ਜਾਣੂ ਹੋ ਸਕਦੇ ਹਾਂ? ਫਰਜ਼ ਕਰੋ ਮੈਂ ਇਸ ਪਾਣੀ ਦੇ ਕੱਪ ਬਾਰੇ ਜਾਣੂ ਹੋਣਾ ਚਾਹੁੰਦਾ ਹਾਂ, ਮੈਂ ਕਿਵੇਂ ਜਾਣੂ ਹੋਵਾਂ? ਇਹ ਮੇਰੇ ਇੱਕ ਪਾਸੇ ਪਿਆ ਹੋਇਆ ਹੈ, ਆਪਣੀ ਸਤੂਲ ਅੱਖ ਦੇ ਕੋਨੇ ਵਿੱਚ ਮੈਂ ਦੇਖ ਸਕਦਾ ਹਾਂ ਕਿ ਉਹ ਕਿੱਥੇ ਹੈ। ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ, ਮੈਨੂੰ ਤੁਹਾਡੇ ਬਾਰੇ ਅਤੇ ਮੇਰੀ ਗੱਲਬਾਤ ਬਾਰੇ ਹੀ ਜਾਣਕਾਰੀ ਸੀ। ਮੈਨੂੰ ਇਸ ਬਾਰੇ ਕਿਵੇਂ ਜਾਣਕਾਰੀ ਹੋਈ? ਮੈਂ ਇਸ ਕੱਪ ਨੂੰ ਚੁੱਕਿਆ ਅਤੇ ਇਸ ਉੱਤੇ ਆਪਣੀ ਤਵੱਜੋ ਦਿੱਤੀ, ਇਸ ਦਾ ਇੱਕ ਘੁੱਟ ਭਰਿਆ, ਮੇਰੀ ਤਵੱਜੋ ਕੱਪ ਦੇ ਵਿੱਚ ਪਾਣੀ 'ਤੇ ਗਈ, ਮੈਂ ਪਾਣੀ ਅਤੇ ਕੱਪ ਬਾਰੇ ਜਾਣੂ ਹੋ ਗਿਆ। ਕਿਸ ਚੀਜ਼ ਨੇ ਪਾਣੀ ਵੱਲ ਮੇਰੀ ਜਾਗਰੂਕਤਾ ਦੀ ਅਗਵਾਈ ਕੀਤੀ? ਮੇਰੀ ਤਵੱਜੋ ਨੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਸਧਾਰਨ ਜਿਹੀ ਚੀਜ਼ ਜਿਸ ਨੂੰ ਤਵੱਜੋ ਜਾਂ ਸੁਰਤ ਕਹਿੰਦੇ ਨੇ, ਇਸ ਨੇ ਹੀ ਮੈਨੂੰ ਪਾਣੀ ਬਾਰੇ ਜਾਣੂ ਕਰਾਇਆ? ਤੁਹਾਨੂੰ ਨਹੀਂ ਲੱਗਦਾ ਕਿ ਇਹੀ ਤਵੱਜੋ ਮੈਨੂੰ ਆਪਣੀ ਤੀਜੀ ਅੱਖ ਬਾਰੇ ਵੀ ਜਾਣੂ ਕਰਾ ਸਕਦੀ ਹੈ? ਮੈਂ ਕਿਸੇ ਵੀ ਚੀਜ਼ ਤੋਂ ਜਾਣੂ ਹੋਣ ਲਈ ਉਸ ਉੱਤੇ ਤਵੱਜੋ ਦੇ ਸਕਦਾ ਹਾਂ। ਮੈਂ ਇੱਕ ਸੰਗੀਤ ਸਮਾਰੋਹ ਵਿੱਚ ਜਾਂਦਾ ਹਾਂ ਅਤੇ ਆਪਣੇ ਪਸੰਦੀਦਾ ਡਰੰਮ ਨੂੰ ਸੁਣਦਾ ਹਾਂ, ਮੈਂ ਆਪਣੀ ਸਾਰੀ ਤਵੱਜੋ ਡਰੰਮ ਉੱਤੇ ਕੇਂਦਰਿਤ ਕਰ ਦਿੰਦਾ ਹਾਂ ਤਾਂ ਇੰਝ ਲੱਗੇਗਾ ਕਿ ਬਾਕੀ ਸਾਰੇ ਸੰਗੀਤ ਸਾਜ਼ ਸ਼ਾਂਤ ਹੋ ਗਏ ਹਨ। ਹੁਣ ਮੈਂ ਡਰੰਮ ਨੂੰ ਸਪਸ਼ਟ ਤੌਰ 'ਤੇ ਸੁਣ ਸਕਦਾ ਹਾਂ। ਉਹਨਾਂ ਨੇ ਆਪਣੀ ਆਵਾਜ਼ ਬਿਲਕੁਲ ਨਹੀਂ ਬਦਲੀ। ਮੇਰੀ ਤਵੱਜੋ ਵਿੱਚ ਕਿਸੇ ਇੱਕ ਚੀਜ਼ ਬਾਰੇ ਜਾਣੂ ਹੋਣ ਦੀ ਹੀ ਸਮਰੱਥਾ ਨਹੀਂ ਹੁੰਦੀ, ਬਲਕਿ ਤਵੱਜੋ ਨੂੰ ਇਸ ਹੱਦ ਤੱਕ ਕੇਂਦਰਿਤ ਕੀਤਾ ਜਾ ਸਕਦਾ ਹੈ ਜਿਵੇਂ ਕਿ ਹੋਰ ਚੀਜ਼ਾਂ ਉੱਧਰ ਮੌਜੂਦ ਹੀ ਨਾ ਹੋਣ। ਇਹ ਆਪਣੇ ਸਿਰਜਣਹਾਰ ਤੋਂ ਸਾਨੂੰ ਸਭ ਤੋਂ ਵਧੀਆ ਦਾਤ ਮਿਲੀ ਹੈ, ਜਿਸ ਨੇ ਵੀ ਇਸ ਸਰੀਰ ਨੂੰ, ਇਸ ਮਨ ਨੂੰ ਅਤੇ ਇਸ ਜਾਗਰੂਕਤਾ ਨੂੰ ਸਿਰਜਿਆ ਹੈ, ਉਸਨੇ ਇਹਨਾਂ ਵਿੱਚ ਇੱਕ ਸਭ ਤੋਂ ਵਧੀਆ ਤੋਹਫ਼ਾ ਰੱਖ ਦਿੱਤਾ। ਤਵੱਜੋ ਦੀ ਸ਼ਕਤੀ ਅਤੇ ਤਵੱਜੋ ਨੂੰ ਕਿਸੇ ਚੀਜ਼ 'ਤੇ ਇਕਾਗਰ ਕਰਨ ਅਤੇ ਉਸ ਬਾਰੇ ਜਾਣੂ ਹੋਣ ਦੀ ਸ਼ਕਤੀ, ਅਸੀਂ ਇਸ ਤਵੱਜੋ ਦੀ ਸ਼ਕਤੀ ਦੀ ਵਰਤੋਂ ਕਰਕੇ ਇਸ ਸੰਸਾਰ ਤੋਂ ਜਾਣੂ ਹੋਏ ਹਾਂ। ਸਾਨੂੰ ਇਸ ਸੰਸਾਰ ਦਾ ਗਿਆਨ ਹੈ ਕਿਉਂਕਿ ਸਾਡੇ ਕੋਲ ਤਵੱਜੋ ਦੀ ਸ਼ਕਤੀ ਹੈ, ਜਿਸ ਨੂੰ ਵਰਤ ਕੇ ਅਸੀਂ ਹਰ ਕਿਸੇ ਚੀਜ਼ ਜਿਸ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਤੋਂ ਜਾਣੂ ਹੋ ਸਕਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਤੋਂ ਆਪਣੀ ਤਵੱਜੋ ਖਿੱਚ ਲੈਂਦੇ ਹਾਂ ਤਾਂ ਉਹ ਚੀਜ਼ ਗਾਇਬ ਹੋ ਜਾਂਦੀ ਹੈ, ਜਦੋਂ ਅਸੀਂ ਉਸ 'ਤੇ ਆਪਣੀ ਤਵੱਜੋ ਦਿੰਦੇ ਹਾਂ ਤਾਂ ਉਹ ਵਾਪਸ ਆ ਜਾਂਦੀ ਹੈ। ਤਵੱਜੋ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਸਾਰੀ ਦੁਨੀਆ ਦਾ, ਪੂਰੇ ਬ੍ਰਹਿਮੰਡ ਦਾ ਹਰੇਕ ਅਨੁਭਵ ਪੈਦਾ ਕਰ ਰਹੀ ਹੈ।
ਸਾਡੇ ਸਾਰੇ ਅਨੁਭਵ ਇਸ ਜਾਗਰੂਕਤਾ ਕਰਕੇ ਹਨ ਜਿਸ ਨੂੰ ਅਸੀਂ ਜਿਸ ਚੀਜ਼ 'ਤੇ ਵੀ ਚਾਹੀਏ ਉਸ ਉੱਤੇ ਕੇਂਦਰਿਤ ਕਰ ਸਕਦੇ ਹਾਂ। ਸਾਡੇ ਕੋਲ ਤਵੱਜੋ ਦੀ ਇਹ ਸ਼ਕਤੀ ਹੈ। ਇਸ ਲਈ ਚਲੋ ਵਾਪਸ ਚੱਲੀਏ। ਜੇਕਰ ਜਾਗਰੂਕਤਾ ਅਤੇ ਤਵੱਜੋ ਹੀ ਮੁੱਖ ਚੀਜ਼ਾਂ ਹਨ ਤਾਂ ਆਓ ਪਿੱਛੇ ਚੱਲ ਕੇ ਦੇਖੀਏ ਕਿ ਅਸੀਂ ਕਿਵੇਂ ਇਸ ਜਾਗਰੂਕਤਾ ਅਤੇ ਤਵੱਜੋ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹਾਂ ਕਿ ਸਾਡਾ ਆਪਾ ਜਾਂ ਸਵੈ ਇਹਨਾਂ ਅੱਖਾਂ ਦੇ ਪਿੱਛੇ ਤੀਸਰੇ ਤਿਲ 'ਤੇ ਕਿੱਥੇ ਬੈਠਾ ਹੈ। ਬਹੁਤ ਆਸਾਨ ਹੈ। ਆਪਣੀਆਂ ਅੱਖਾਂ ਬੰਦ ਕਰ ਲਓ ਤਾਂ ਜੋ ਤਵੱਜੋ ਬਾਹਰ ਨਾ ਭਟਕੇ। ਬਾਹਰ ਵੱਲੋਂ ਧਿਆਨ ਭੰਗ ਹੋਣ ਤੋਂ ਰੋਕਣ ਲਈ ਆਪਣੇ ਆਪ ਨੂੰ ਉਸ ਹਨੇਰੇ ਵਿੱਚ ਲੈ ਆਓ ਜੋ ਤੁਹਾਡੇ ਸਾਹਮਣੇ ਆਉਂਦਾ ਹੈ ਅਤੇ ਸਿਰ ਦੇ ਕੇਂਦਰ ਵਿੱਚ ਆਪਣੀ ਤਵੱਜੋ ਰੱਖੋ। ਇਹ ਔਖਾ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਅਭਿਆਸ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਮੈਂ ਇਸ ਅਭਿਆਸ ਨੂੰ ਕਰਨ ਵਾਸਤੇ ਤੁਹਾਡੇ ਸਾਰਿਆਂ ਵਿੱਚ ਇੱਥੇ ਸ਼ਾਮਲ ਹੋਇਆ ਹਾਂ। ਇਸ ਅਭਿਆਸ ਵਰਕਸ਼ਾਪ ਵਿੱਚ ਅਸੀਂ ਸਿੱਖਾਂਗੇ ਕਿ ਆਪਣੀ ਤਵੱਜੋ ਨੂੰ ਸਿਰ ਦੇ ਕੇਂਦਰ ਵੱਲ, ਦੋਹਾਂ ਅੱਖਾਂ ਅਤੇ ਕੰਨਾਂ ਦੇ ਵਿਚਕਾਰ, ਅੱਖਾਂ ਦੇ ਪਿੱਛੇ ਉਸ ਕੇਂਦਰ 'ਤੇ ਆਪੇ ਦੀ ਖੋਜ ਲਈ ਕਿਵੇਂ ਲਿਜਾਇਆ ਜਾ ਸਕਦਾ ਹੈ। ਅਸੀਂ ਜਾਗਰੂਕਤਾ ਅਤੇ ਤਵੱਜੋ ਦੀ ਜ਼ੋਰਦਾਰ ਸ਼ਕਤੀ ਨਾਲ ਆਪੇ ਦਾ ਪਤਾ ਲਗਾ ਲਵਾਂਗੇ ਅਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਉੱਧਰ ਕੌਣ ਹੈ। ਅਸੀਂ ਇਹ ਪਤਾ ਲਗਾਵਾਂਗੇ ਕਿ ਅਸੀਂ ਕੌਣ ਹਾਂ। ਇਹ ਸਭ ਅਸੀਂ ਆਪਣੇ ਆਪ ਕਰਾਂਗੇ ਸਿੱਧੇ ਤੌਰ 'ਤੇ, ਕਿਸੇ ਹੋਰ ਦੀ ਗਵਾਹੀ ਤੋਂ ਬਿਨਾਂ। ਸਾਨੂੰ ਇਹ ਦੱਸਣ ਲਈ ਕਿ ਅਸੀਂ ਕੌਣ ਹਾਂ ਕਿਸੇ ਸਾਈਕੋ ਐਨਾਲਿਸਟ ਜਾਂ ਮਨੋਵਿਗਿਆਨੀ ਦੀ ਲੋੜ ਨਹੀਂ ਹੈ। ਅਸੀਂ ਖੁਦ ਹੀ ਅੱਖਾਂ ਦੇ ਪਿੱਛੇ ਆਪਣੇ ਆਪ ਨੂੰ ਲੱਭ ਸਕਦੇ ਹਾਂ। ਇਸ ਲਈ ਇਹ ਬਹੁਤ ਹੀ ਸਰਲ ਹੈ। ਅਗਲੇ ਕੁਝ ਮਿੰਟਾਂ ਵਿੱਚ ਅਸੀਂ ਆਪਣਾ ਅਭਿਆਸ ਸ਼ੁਰੂ ਕਰਾਂਗੇ। ਆਪਣੀ ਤਵੱਜੋ ਵਾਪਸ ਸਿਰ ਦੇ ਕੇਂਦਰ ਵੱਲ ਖਿੱਚਾਂਗੇ। ਉੱਥੇ ਖਿੱਚ ਕੇ ਇਹ ਪਤਾ ਲਗਾਵਾਂਗੇ ਕਿ ਅਸੀਂ ਕੌਣ ਹਾਂ। ਫਿਰ ਅਸੀਂ ਕੁਝ ਮਿੰਟਾਂ ਵਿੱਚ ਇਹ ਅਭਿਆਸ ਵਰਕਸ਼ਾਪ ਸਮਾਪਤ ਕਰਕੇ ਅਲਵਿਦਾ ਕਹਿ ਸਕਦੇ ਹਾਂ। ਅਫਸੋਸ, ਇੱਕ ਛੋਟੀ ਜਿਹੀ ਸਮੱਸਿਆ ਹੈ। ਸਮੱਸਿਆ ਇਹ ਹੈ ਕਿ ਅਸਾਂ ਨੇ ਤਵੱਜੋ ਦੀ ਇਸ ਸ਼ਕਤੀ ਨੂੰ ਹਮੇਸ਼ਾ ਚੀਜ਼ਾਂ 'ਤੇ ਹੀ ਕੇਂਦਰਿਤ ਕਰਨ ਲਈ ਕੀਤਾ ਹੈ। ਅਸਾਂ ਨੇ ਕਦੇ ਵੀ ਇਸ ਤਵੱਜੋ ਨੂੰ ਵਾਪਸ ਖਿੱਚਣ ਲਈ ਨਹੀਂ ਵਰਤਿਆ। ਜਨਮ ਤੋਂ ਲੈ ਕੇ ਹੁਣ ਤੱਕ ਅਸਾਂ ਨੇ ਅੱਖਾਂ ਦੇ ਪਿੱਛੇ ਜਾਗਰੂਕਤਾ ਦੇ ਕੇਂਦਰ ਤੋਂ ਆਉਣ ਵਾਲੀ ਤਵੱਜੋ ਨੂੰ ਗਿਆਨ ਇੰਦਰੀਆਂ ਤੱਕ ਲਿਜਾ ਕੇ ਆਪਣੇ ਆਪ ਤੋਂ ਬਾਹਰ ਦੀਆਂ ਚੀਜ਼ਾਂ 'ਤੇ ਲਗਾ ਦਿੱਤਾ ਹੈ। ਜਨਮ ਤੋਂ ਹੁਣ ਤੱਕ ਅਸੀਂ ਇਹੀ ਕਰ ਰਹੇ ਹਾਂ। ਆਪਣਾ ਧਿਆਨ ਬਾਹਰੀ ਚੀਜ਼ਾਂ 'ਤੇ ਲਗਾ ਰਹੇ ਹਾਂ। ਅਸਾਂ ਨੇ ਇਸ ਤਵੱਜੋ ਨੂੰ ਬਾਹਰ ਵਾਲੀਆਂ ਚੀਜ਼ਾਂ 'ਤੇ ਪਾਉਣਾ ਅਤੇ ਇਕਾਗਰ ਕਰਨਾ ਇੰਨੀ ਚੰਗੀ ਤਰ੍ਹਾਂ ਸਿੱਖ ਲਿਆ ਅਤੇ ਹੁਣ ਇਹ ਆਪਣੇ ਆਪ ਹੋਈ ਜਾਂਦਾ ਹੈ। ਅਸੀਂ ਕਦੇ ਵੀ ਤਵੱਜੋ ਨੂੰ ਵਾਪਸ ਖਿੱਚਣ ਦਾ ਅਭਿਆਸ ਨਹੀਂ ਕੀਤਾ। ਕੀ ਇਹ ਕਾਫ਼ੀ ਮੁਸ਼ਕਲ ਹੈ? ਹਾਂ, ਇਹ ਬਿਲਕੁਲ ਇਸ ਦੇ ਉਲਟ ਹੈ ਜੋ ਅਸੀਂ ਕਰਦੇ ਆ ਰਹੇ ਹਾਂ। ਇਹ ਉਸਦੇ ਬਿਲਕੁਲ ਉਲਟ ਹੈ। ਆਪਣੇ ਪੂਰੇ ਜੀਵਨ ਵਿੱਚ ਅਸੀਂ ਆਪਣੀ ਤਵੱਜੋ ਨੂੰ ਬਾਹਰ ਵਸਤੂਆਂ 'ਤੇ ਪਾਉਣ ਅਤੇ ਕੇਂਦਰਿਤ ਕਰਨ ਦੀ ਹੀ ਕੋਸ਼ਿਸ਼ ਕਰਦੇ ਰਹੇ ਹਾਂ ਅਤੇ ਹੁਣ ਅਚਾਨਕ ਅਸੀਂ ਆਪਣੀ ਤਵੱਜੋ ਵਾਪਸ ਖਿੱਚਣਾ ਚਾਹੁੰਦੇ ਹਾਂ। ਅਸੀਂ ਆਪਣੀ ਤਵੱਜੋ ਨੂੰ ਅੰਦਰ ਵੱਲ ਆਪਣੀ ਕਲਪਨਾ ਅਨੁਸਾਰ ਕਿਸੇ ਸਥਾਨ 'ਤੇ ਨਹੀਂ ਪਾਵਾਂਗੇ, ਬਲਕਿ ਅਸੀਂ ਆਪਣੀ ਤਵੱਜੋ ਖਿੱਚ ਕੇ ਵਾਪਸ ਉੱਥੇ ਲਿਜਾਵਾਂਗੇ ਜਿੱਥੋਂ ਇਹ ਤਵੱਜੋ ਬਾਹਰ ਵਗ ਰਹੀ ਹੈ। ਅਸੀਂ ਆਪਣੀ ਤਵੱਜੋ ਨੂੰ ਆਪਣੇ ਆਪ 'ਤੇ ਪਾਉਣਾ ਚਾਹੁੰਦੇ ਹਾਂ। ਸਵੈ ਚੇਤਨ, ਉਹ ਸਵੈ ਜਿਸ ਕੋਲ ਜਾਗਰੂਕਤਾ ਹੈ, ਜੋ ਜੀਵਤ ਹੈ ਅਤੇ ਵਸਤੂਆਂ ਨੂੰ ਦੇਖ ਸਕਦਾ ਹੈ ਅਤੇ ਉਹਨਾਂ ਬਾਰੇ ਸੋਚ ਸਕਦਾ ਹੈ ਅਤੇ ਉਹਨਾਂ ਬਾਰੇ ਸੁਚੇਤ ਹੋ ਸਕਦਾ ਹੈ। ਉਹ ਸੁਚੇਤ ਸਵੈ ਬਾਹਰ ਵੱਲ ਨੂੰ ਤਵੱਜੋ ਦੇ ਰਿਹਾ ਹੈ। ਅਸੀਂ ਉਸ ਤਵੱਜੋ ਨੂੰ ਵਾਪਸ ਖਿੱਚ ਕੇ ਉਸ ਆਪੇ 'ਤੇ ਪਾਉਣਾ ਹੈ। ਸਾਨੂੰ ਆਪਣੇ ਅੰਦਰ ਕਿਸੇ ਜਗ੍ਹਾ 'ਤੇ ਆਪਣੇ ਆਪੇ ਨੂੰ ਦੇਖਣ ਦੀ ਲੋੜ ਨਹੀਂ, ਕਿਉਂਕਿ ਜੇਕਰ ਅਸੀਂ ਕਹਿੰਦੇ ਹਾਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਅਤੇ ਆਪਣੇ ਸੁਰਤ ਜਾਂ ਤਵੱਜੋ ਨੂੰ ਅੰਦਰ ਖਿੱਚ ਲਿਆ ਹੈ ਅਤੇ ਆਪਣੀ ਇੱਕ ਤਸਵੀਰ ਦੇਖ ਰਹੇ ਹਾਂ, ਤਾਂ ਅਸੀਂ ਆਪਣੇ ਸਵੈ ਨੂੰ ਨਹੀਂ ਦੇਖ ਰਹੇ, ਅਸੀਂ ਇੱਕ ਤਸਵੀਰ ਨੂੰ ਦੇਖ ਰਹੇ ਹਾਂ। ਸਵੈ ਜਾਂ ਆਪਾ ਕਿੱਥੇ ਹੈ? ਸਵੈ ਉਹ ਹੈ ਜੋ ਅੰਦਰ ਉਸ ਤਸਵੀਰ ਨੂੰ ਦੇਖ ਰਿਹਾ ਹੈ। ਅਸੀਂ ਆਪਣੀ ਤਵੱਜੋ ਨੂੰ ਵਾਪਸ ਆਪਣੇ ਸਵੈ ਵੱਲ ਖਿੱਚਣਾ ਹੈ। ਅਸੀਂ ਇਹ ਕਦੇ ਨਹੀਂ ਕੀਤਾ। ਮੁਸ਼ਕਲ ਇਸ ਲਈ ਨਹੀਂ ਕਿਉਂਕਿ ਸਾਨੂੰ ਪਤਾ ਨਹੀਂ ਕਿ ਕੀ ਕਰਨਾ ਹੈ, ਬਲਕਿ ਮੁਸ਼ਕਲ ਇਹ ਹੈ ਕਿ ਅਸੀਂ ਇਹ ਪਹਿਲਾਂ ਕਦੇ ਕੀਤਾ ਹੀ ਨਹੀਂ।
ਅਸੀਂ ਹਮੇਸ਼ਾ ਇਸ ਦੇ ਉਲਟ ਹੀ ਕੀਤਾ ਹੈ। ਅਸੀਂ ਹਮੇਸ਼ਾ ਬਾਹਰ ਵੱਲ ਹੀ ਤਵੱਜੋ ਨੂੰ ਕੇਂਦਰਿਤ ਕੀਤਾ ਹੈ। ਹੁਣ ਸਾਨੂੰ ਤਵੱਜੋ ਖਿੱਚਣ ਦੀ ਲੋੜ ਪੈਂਦੀ ਹੈ। ਤਵੱਜੋ ਨੂੰ ਕਿਤੇ ਹੋਰ ਕੇਂਦਰਿਤ ਕਰਨ ਦੇ ਬਜਾਏ ਆਪਣੇ ਸਰੋਤ ਤੇ ਲਗਾਉਣ ਦੀ ਲੋੜ ਹੈ, ਜਿੱਥੋਂ ਇਸ ਦਾ ਪ੍ਰਵਾਹ ਆ ਰਿਹਾ ਹੈ। ਹੁਣ ਇਹ ਥੋੜ੍ਹਾ ਔਖਾ ਹੋ ਗਿਆ। ਹੁਣ ਇਸ ਬਦਲਾਵ ਦੇ ਕਾਰਨ ਅਭਿਆਸ ਥੋੜ੍ਹਾ ਔਖਾ ਹੋ ਗਿਆ ਹੈ। ਜੇ ਅਭਿਆਸ ਸਿਰਫ ਤਵੱਜੋ ਦਾ ਕਲਪਨਾ ਵਿੱਚ ਕਿਸੇ ਵਸਤੂ ਤੇ ਕੇਂਦਰਿਤ ਕਰਨਾ ਹੀ ਹੁੰਦਾ ਤਾਂ ਇਹ ਕਾਰਜ ਬਹੁਤ ਆਸਾਨ ਸੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਹਨੇਰੇ ਵਿੱਚ ਹੋ ਅਤੇ ਕਹਿ ਸਕਦੇ ਹੋ, ਮੈਂ ਹੁਣ ਆਪਣੇ ਸਿਰ ਦੇ ਅੰਦਰ ਹਾਂ, ਜਿੱਥੇ ਮੈਂ ਵਿਚਕਾਰ ਕੁਰਸੀ ਤੇ ਬੈਠਾ ਹਾਂ, ਉਸ ਦੇ ਆਲੇ ਦੁਆਲੇ ਸਭ ਹਨੇਰਾ ਹੈ, ਮੈਂ ਦੇਖ ਸਕਦਾ ਹਾਂ। ਇਹ ਇੰਜ ਨਹੀਂ ਹੈ, ਤੁਸੀਂ ਆਪਣੇ ਸਵੈ ਨੂੰ ਨਹੀਂ ਬਲਕਿ ਉਸ ਤਸਵੀਰ ਵੱਲ ਦੇਖ ਰਹੇ ਹੋ ਜਿਸ ਨੂੰ ਤੁਸੀਂ ਆਪਣੇ ਸਿਰ ਵਿੱਚ ਖੁਦ ਬਣਾਇਆ ਹੈ। ਹੁਣ ਮੈਂ ਤੁਹਾਨੂੰ ਬਹੁਤ ਅਜੀਬ ਗੱਲ ਦੱਸਾਂਗਾ। ਜਦੋਂ ਤੁਸੀਂ ਸੋਚਦੇ ਹੋ ਕਿ ਤੁਸਾਂ ਨੇ ਆਪਣੇ ਸਿਰ ਵਿੱਚ ਆਪਣੀ ਇੱਕ ਤਸਵੀਰ ਬਣਾਈ ਹੈ, ਉਹ ਤਸਵੀਰ ਅਸਲ ਵਿੱਚ ਅਜੇ ਵੀ ਬਾਹਰ ਹੀ ਹੁੰਦੀ ਹੈ। ਤੁਸੀਂ ਸੋਚਦੇ ਹੋ ਕਿ ਆਪਣੀਆਂ ਅੱਖਾਂ ਬੰਦ ਕਰਕੇ ਤੁਹਾਡੇ ਅੱਗੇ ਜੋ ਹਨੇਰਾ ਛਾ ਜਾਂਦਾ ਹੈ ਉਹ ਤੁਹਾਡੇ ਅੰਦਰ ਬਣਿਆ ਹੈ। ਇੰਜ ਨਹੀਂ, ਤੁਹਾਨੂੰ ਸਥੂਲ ਅੱਖਾਂ ਨਾਲ ਦੇਖਣ ਜਾਣਨ ਦੀ ਇਸ ਪ੍ਰਕਾਰ ਦੀ ਆਦਤ ਪੈ ਗਈ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ ਉਦੋਂ ਵੀ ਤੁਸੀਂ ਉਹਨਾਂ ਸਥੂਲ ਅੱਖਾਂ ਨਾਲ ਹੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਬੰਦ ਕਰਕੇ ਇੱਕ ਨਕਲੀ ਹਨੇਰਾ ਬਣਾ ਲਿਆ, ਪਰ ਇਹ ਤੁਹਾਨੂੰ ਅੰਦਰ ਨਹੀਂ ਲੈ ਕੇ ਜਾਂਦਾ। ਇਸ ਲਈ ਜਦੋਂ ਤੁਸੀਂ ਕਹਿੰਦੇ ਹੋ ਮੈਂ ਆਪਣੇ ਅੰਦਰ ਦੇ ਆਪੇ ਨੂੰ ਕੁਝ ਕੁਝ ਦੇਖ ਲਿਆ ਹੈ ਅਤੇ ਉਹ ਮੇਰੇ ਅੰਦਰ ਹੈ ਅਤੇ ਮੈਂ ਉਸ 'ਤੇ ਤਵੱਜੋ ਲਗਾ ਰਿਹਾ ਹਾਂ, ਤਾਂ ਤੁਸੀਂ ਆਪਣੀ ਉਸ ਹਲਕੀ ਜਿਹੀ ਤਸਵੀਰ ਨੂੰ ਦੇਖ ਰਹੇ ਹੁੰਦੇ ਹੋ ਜੋ ਤੁਸੀਂ ਇਹਨਾਂ ਅੱਖਾਂ ਦੇ ਅੱਗੇ ਬਾਹਰ ਬਾਹਰ ਬਣਾਈ ਹੁੰਦੀ ਹੈ ਅਤੇ ਸੋਚ ਰਹੇ ਹੁੰਦੇ ਹੋ ਕਿ ਇਹ ਤਸਵੀਰ ਅੰਦਰ ਹੈ। ਮੈਂ ਕਈ ਵਾਰੀ ਇਹ ਜਾਣਨ ਲਈ ਕਿ ਇਹ ਤਸਵੀਰ ਕਿੱਥੇ ਹੈ ਇੱਕ ਬਹੁਤ ਹੀ ਆਸਾਨ ਪ੍ਰਯੋਗ ਬਾਰੇ ਦੱਸਦਾ ਹਾਂ। ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਕਿੱਥੇ ਹਨ ਤਾਂ ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਨਾਲ ਛੂ ਸਕਦੇ ਹੋ। ਇਹ ਬਹੁਤ ਹੀ ਆਸਾਨ ਹੈ। ਅੱਖਾਂ ਬੰਦ ਹੋਣ 'ਤੇ ਵੀ ਤੁਸੀਂ ਅਜਿਹਾ ਕਰ ਸਕਦੇ ਹੋ ਅਤੇ ਉਹਨਾਂ ਨੂੰ ਛੂ ਸਕਦੇ ਹੋ। ਤੁਹਾਨੂੰ ਅਜੇ ਵੀ ਪਤਾ ਹੁੰਦਾ ਹੈ ਕਿ ਤੁਹਾਡੀਆਂ ਅੱਖਾਂ ਕਿੱਥੇ ਹਨ ਅਤੇ ਆਪਣੇ ਹੱਥਾਂ ਨਾਲ ਤੁਸੀਂ ਉਹਨਾਂ ਨੂੰ ਛੂ ਸਕਦੇ ਹੋ। ਹੁਣ ਜਦੋਂ ਤੁਸੀਂ ਆਪਣੇ ਹੱਥਾਂ ਨੂੰ ਆਪਣੀਆਂ ਅੱਖਾਂ ਵੱਲ ਲੈ ਕੇ ਜਾਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਅੱਖਾਂ ਕਿੱਥੇ ਹਨ। ਜੇਕਰ ਕੋਈ ਚੀਜ਼ ਦੋਹਾਂ ਦੇ ਵਿਚਾਲੇ ਤੋਂ ਗੁਜ਼ਰੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵਸਤੂ ਬਾਹਰ ਸੀ। ਹੁਣ ਆਪਣੀ ਉਸ ਛੋਟੀ ਜਿਹੀ ਤਸਵੀਰ 'ਤੇ ਧਿਆਨ ਲਗਾਓ ਅਤੇ ਕਹੋ, ਮੈਂ ਆਪਣੇ ਆਪ ਨੂੰ ਸਿਰ ਦੇ ਅੰਦਰ ਹਨੇਰੇ ਵਿੱਚ ਬੈਠਾ ਦੇਖ ਰਿਹਾ ਹਾਂ, ਅਤੇ ਫਿਰ ਉਸ ਸਮੇਂ ਹੱਥ ਅੱਗੇ ਲੈ ਕੇ ਆਓ। ਤੁਸੀਂ ਦੇਖੋਗੇ ਕਿ ਤਸਵੀਰ ਤੁਹਾਡੇ ਹੱਥਾਂ ਦੇ ਤੁਹਾਡੀਆਂ ਅੱਖਾਂ ਤੋਂ ਛੂਹਣ ਤੋਂ ਪਹਿਲਾਂ ਹੀ ਪਾਰ ਕਰ ਚੁੱਕੀ ਹੋਵੇਗੀ। ਤਸਵੀਰ ਬਾਹਰ ਹੀ ਸੀ, ਹਨੇਰਾ ਬਾਹਰ ਸੀ, ਅੰਦਰ ਨਹੀਂ। ਅਸੀਂ ਅਜਿਹੀਆਂ ਗਲਤੀਆਂ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਸਿਰਫ ਅੱਖਾਂ ਬੰਦ ਕਰਨ ਨਾਲ ਹੀ ਅਸੀਂ ਅੰਦਰ ਵੱਲ ਖਿੱਚੇ ਜਾ ਸਕਦੇ ਹਾਂ। ਨਹੀਂ, ਤਵੱਜੋ ਉਸ ਜਗ੍ਹਾ 'ਤੇ ਜਾਣੀ ਚਾਹੀਦੀ ਹੈ ਜਿੱਥੋਂ ਅਸੀਂ ਦੇਖ ਰਹੇ ਹੁੰਦੇ ਹਾਂ, ਜਿੱਥੇ ਅਸੀਂ ਹਾਂ। ਚਾਹੇ ਅਸੀਂ ਸੋਚਣ ਵਾਲੀ ਇੱਕ ਮਸ਼ੀਨ ਹਾਂ, ਚਾਹੇ ਅਸੀਂ ਅਨੁਭਵ ਦੇ ਚੇਤਨ ਨਿਰਮਾਤਾ ਹਾਂ, ਚਾਹੇ ਅਸੀਂ ਅਨੁਭਵ ਪ੍ਰਾਪਤ ਕਰਤਾ ਹਾਂ, ਅਸੀਂ ਜਿੱਥੇ ਵੀ ਹਾਂ ਉਸ ਵੱਲ ਤਵੱਜੋ ਖਿੱਚੋ ਜਿੱਥੇ ਤੁਸੀਂ ਹੋ। ਤਦ ਹੀ ਇਹ ਅਭਿਆਸ ਬਣਦਾ ਹੈ, ਨਹੀਂ ਤਾਂ ਇਹ ਸਿਰਫ ਕਲਪਨਾ ਹੀ ਹੈ, ਚੀਜ਼ਾਂ ਦੀ ਕਲਪਨਾ। ਤੁਸੀਂ ਇਹ ਕਲਪਨਾ ਬਾਹਰ ਜਾਂ ਅੰਦਰ ਕਿਤੇ ਵੀ ਕਰ ਸਕਦੇ ਹੋ, ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਸੁਰਤ ਨੂੰ ਆਪਣੇ ਸਵੈ ਵੱਲ ਖਿੱਚਣਾ ਨਹੀਂ ਹੈ। ਜੇ ਤੁਸੀਂ ਕਿਸੇ ਹੋਰ ਵਸਤੂ ਨੂੰ ਦੇਖ ਰਹੇ ਹੋ ਤਾਂ ਆਪਣੇ ਆਪ ਨੂੰ ਕਿਵੇਂ ਜਾਣ ਸਕਦੇ ਹੋ? ਇੰਜ ਕਦੇ ਨਹੀਂ ਹੋ ਸਕਦਾ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਬਾਹਰ ਦੇਖ ਰਹੇ ਹੋ ਜਾਂ ਅੱਖਾਂ ਬੰਦ ਕਰਕੇ ਅੰਦਰ ਦੀਆਂ ਤਸਵੀਰਾਂ ਵੇਖ ਰਹੇ ਹੋ। ਤੁਸੀਂ ਆਪਣੇ ਆਪ ਨੂੰ ਨਹੀਂ ਦੇਖ ਰਹੇ ਹੁੰਦੇ ਅਤੇ ਤੁਸੀਂ ਆਪਣੇ ਆਪ ਨੂੰ ਦੇਖ ਹੀ ਨਹੀਂ ਸਕਦੇ। ਸਥੂਲ ਸਰੀਰ ਵਿੱਚ ਕਦੇ ਵੀ ਕਿਸੇ ਨੇ ਸ਼ੀਸ਼ੇ ਤੋਂ ਸਿਵਾ ਜਾਂ ਪ੍ਰਤੀਬਿੰਬ ਨੂੰ ਛੱਡ ਕੇ ਆਪਣੀਆਂ ਅੱਖਾਂ ਨੂੰ ਸਥੂਲ ਤੌਰ 'ਤੇ ਦੇਖਿਆ ਹੈ? ਇੱਥੇ ਵੇਖਣ ਦੀ ਸ਼ਕਤੀ ਇਹਨਾਂ ਸਥੂਲ ਅੱਖਾਂ ਵਿੱਚ ਹੈ। ਤੁਸੀਂ ਆਪਣੀਆਂ ਅੱਖਾਂ ਨੂੰ ਨਹੀਂ ਦੇਖ ਸਕਦੇ ਕਿਉਂਕਿ ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਚੀਜ਼ਾਂ ਨੂੰ ਵੇਖਦੇ ਹੋ ਜੋ ਅੱਖਾਂ ਤੋਂ ਅਲੱਗ ਹਨ। ਤੁਸੀਂ ਆਪਣੀਆਂ ਅੱਖਾਂ ਨਹੀਂ ਦੇਖ ਸਕਦੇ।
ਉਸੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਨਹੀਂ ਦੇਖ ਸਕਦੇ। ਤੁਸੀਂ ਜਾਣ ਸਕਦੇ ਹੋ ਕਿ ਸਵੈ ਕਿੱਥੇ ਹੈ। ਅਸੀਂ ਜਦੋਂ ਕਹਿੰਦੇ ਹਾਂ ਆਪਣੀ ਤਵੱਜੋ ਨੂੰ ਉਸ ਜਗ੍ਹਾ 'ਤੇ ਵਾਪਸ ਖਿੱਚੋ ਜਿੱਥੇ ਤੁਸੀਂ ਹੋ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਦੇਖ ਸਕੋਗੇ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਉੱਥੇ ਹੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕੌਣ ਹੋ। ਕਿਸੇ ਵਸਤੂ ਨੂੰ ਦੇਖਣ ਦੇ ਯੋਗ ਹੋਣ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਇਸ ਬਾਰੇ ਜਾਣੂ ਹੋਣਾ ਕਿ ਤੁਸੀਂ ਕੌਣ ਹੋ ਅਤੇ ਕਿੱਥੇ ਹੋ ਆਪਣੇ ਸਵੈ ਦੇ ਗਿਆਨ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਨਾ ਕਿ ਹੋਰ ਚੀਜ਼ਾਂ ਦੀ ਸੂਝ ਜਿਨ੍ਹਾਂ ਨੂੰ ਤੁਸੀਂ ਦੇਖ ਜਾਂ ਅਨੁਭਵ ਕਰ ਸਕਦੇ ਹੋ। ਆਖਿਰਕਾਰ ਅਨੁਭਵ ਵੀ ਤਾਂ ਸਵੈ ਵੱਲੋਂ ਕੀਤਾ ਜਾਣ ਵਾਲਾ ਇੱਕ ਕਾਰਜ ਹੀ ਤਾਂ ਹੈ, ਅਤੇ ਸਵੈ ਇਸ ਤਰ੍ਹਾਂ ਦੇ ਕਈ ਕਾਰਜ ਕਰਦਾ ਹੈ। ਇਸ ਲਈ ਆਪਣੇ ਆਪ ਨੂੰ ਜਾਣਨ ਲਈ ਤੁਹਾਨੂੰ ਇਹ ਪਤਾ ਲਗਾਉਣਾ ਪਊਗਾ ਕਿ ਤੁਸੀਂ ਕਿੱਥੇ ਹੋ, ਤੁਸੀਂ ਕੌਣ ਹੋ। ਸਭ ਤੋਂ ਪਹਿਲਾਂ ਪੜ੍ਹ ਦਾ ਔਖਾ ਪ੍ਰਸ਼ਨ ਤਵੱਜੋ ਨੂੰ ਕਿਵੇਂ ਖਿੱਚਣਾ ਹੈ ਥੋੜ੍ਹਾ ਆਸਾਨ ਬਣ ਗਿਆ ਹੈ, ਪਰ ਪੂਰੀ ਤਰ੍ਹਾਂ ਆਸਾਨ ਨਹੀਂ ਹੋਇਆ। ਇਸੇ ਕਰਕੇ ਅਭਿਆਸ ਕਰਨਾ ਆਸਾਨ ਨਹੀਂ ਹੈ। ਆਸਾਨ ਇਸ ਲਈ ਬਣ ਗਿਆ ਕਿਉਂਕਿ ਅਸੀਂ ਤਵੱਜੋ ਕੇਂਦਰਿਤ ਕਰਨ ਦੀ ਸ਼ਕਤੀ ਨੂੰ ਆਪਣੀ ਇੱਕ ਹੋਰ ਸਮਰੱਥਾ ਕਲਪਨਾ ਦੀ ਸ਼ਕਤੀ ਨਾਲ ਜੋੜ ਸਕਦੇ ਹਾਂ। ਅਸੀਂ ਕੁਛ ਵੀ ਕਲਪਨਾ ਕਰ ਸਕਦੇ ਹਾਂ, ਇਹ ਵੀ ਬਹੁਤ ਵਧੀਆ ਹੈ। ਕਲਪਨਾ ਦੀ ਇਹ ਸ਼ਕਤੀ ਉਸੇ ਚੇਤਨ ਆਪੇ ਤੋਂ ਪੈਦਾ ਹੁੰਦੀ ਹੈ ਜੋ ਜਾਗਰੂਕਤਾ ਦੀ ਸ਼ਕਤੀ ਨੂੰ ਜਨਮ ਦਿੰਦਾ ਹੈ, ਜੋ ਤਵੱਜੋ ਦੀ ਸ਼ਕਤੀ ਨੂੰ ਜਨਮ ਦਿੰਦਾ ਹੈ। ਕਲਪਨਾ ਦੀ ਸ਼ਕਤੀ ਕੀ ਕਰ ਸਕਦੀ ਹੈ? ਇਹ ਤਸਵੀਰਾਂ ਬਣਾ ਸਕਦੀ ਹੈ, ਜਿਵੇਂ ਅਸੀਂ ਅੰਦਰ ਜਾਂ ਬਾਹਰ ਇੱਕ ਤਸਵੀਰ ਬਣਾ ਸਕਦੇ ਹਾਂ। ਇਹ ਤੁਹਾਨੂੰ ਇਹ ਵੀ ਮਹਿਸੂਸ ਕਰਵਾ ਸਕਦੀ ਹੈ ਕਿ ਤੁਸੀਂ ਉੱਥੇ ਨਹੀਂ ਜਿੱਥੇ ਤੁਸੀਂ ਹੋ, ਫਿਰ ਤੁਸੀਂ ਕਿਤੇ ਹੋਰ ਵੀ ਹੋ ਸਕਦੇ ਹੋ। ਜੇ ਮੈਂ ਕਹਾਂ ਤੁਸੀਂ ਜਿਹੜੇ ਦਰਵਾਜ਼ੇ ਤੋਂ ਦਾਖਲ ਹੋਏ ਸੀ, ਜੇ ਮੈਂ ਕਹਾਂ ਕਿ ਕਲਪਨਾ ਕਰੋ ਕਿ ਉੱਥੇ ਦਰਵਾਜ਼ੇ ਦੇ ਕੋਲ ਇੱਕ ਚਟਾਨ ਹੈ ਅਤੇ ਤੁਸੀਂ ਚਟਾਨ ਦੇ ਕੋਲ ਖੜ੍ਹੇ ਹੋ, ਹੁਣ ਤੁਸੀਂ ਉੱਥੇ ਸਥੂਲ ਤੌਰ 'ਤੇ ਨਹੀਂ ਜਾ ਰਹੇ, ਬਲਕਿ ਕਲਪਨਾ ਕਰੋ ਕਿ ਤੁਸੀਂ ਚਟਾਨ ਦੇ ਕੋਲ ਖੜ੍ਹੇ ਹੋ। ਤੁਸੀਂ ਇੱਕ ਅਜਿਹੀ ਤਸਵੀਰ ਬਣਾਓਗੇ ਜੋ ਤੁਸੀਂ ਚਟਾਨ ਦੇ ਕੋਲ ਖੜ੍ਹੇ ਹੋ। ਤੁਸੀਂ ਇਹ ਕਿਵੇਂ ਕੀਤਾ? ਤੁਸੀਂ ਇਹ ਤਵੱਜੋ ਨਾਲ ਨਹੀਂ ਕੀਤਾ, ਕਿਉਂਕਿ ਤਵੱਜੋ ਦੇਣ ਲਈ ਉੱਥੇ ਕੁਛ ਵੀ ਨਹੀਂ ਸੀ। ਤੁਸੀਂ ਆਪਣੀ ਕਲਪਨਾ ਦੀ ਸ਼ਕਤੀ ਦਾ ਇਸਤੇਮਾਲ ਕੀਤਾ। ਤੁਸੀਂ ਕਲਪਨਾ ਦੀ ਵਰਤੋਂ ਕਰਦੇ ਹੋਏ ਆਪਣੇ ਆਪ ਨੂੰ ਕਲਪਨਾ ਵਿੱਚ ਇੱਕ ਵਸਤੂ ਤਰ੍ਹਾਂ ਬਣਾਇਆ ਅਤੇ ਫਿਰ ਉਸ 'ਤੇ ਆਪਣੀ ਤਵੱਜੋ ਦਿੱਤੀ। ਸੋ ਤੁਸਾਂ ਨੇ ਦੋ ਚੀਜ਼ਾਂ ਦੀ ਵਰਤੋਂ ਕੀਤੀ, ਕਲਪਨਾ ਅਤੇ ਤਵੱਜੋ। ਅਭਿਆਸ ਵੇਲੇ ਅਸੀਂ ਇਹੀ ਕਰਦੇ ਹਾਂ। ਪਹਿਲਾਂ ਅਸੀਂ ਆਪਣੇ ਆਪੇ ਜਾਂ ਸਵੈ ਦੇ ਸਥਾਨ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕੰਨਾਂ ਦੇ ਵਿਚਕਾਰ, ਅੱਖਾਂ ਦੇ ਪਿੱਛੇ, ਕਿਉਂ ਨਾ ਇਹ ਕਲਪਨਾ ਕਰੀਏ ਕਿ ਅਸੀਂ ਉੱਥੇ ਹਾਂ। ਆਪਣੇ ਆਪ ਨੂੰ ਉੱਥੇ ਦੇਖੋ ਨਹੀਂ, ਕੇਵਲ ਕਲਪਨਾ ਕਰੋ ਕਿ ਅਸੀਂ ਉੱਥੇ ਹਾਂ, ਜਿਵੇਂ ਅਸੀਂ ਕਲਪਨਾ ਕੀਤੀ ਸੀ ਕਿ ਅਸੀਂ ਚਟਾਨ ਦੇ ਨੇੜੇ ਹਾਂ। ਅਸੀਂ ਕਲਪਨਾ ਕਰਦੇ ਹਾਂ ਕਿ ਅਸੀਂ ਉੱਥੇ ਹਾਂ। ਜੇ ਅਸੀਂ ਕਲਪਨਾ ਕਰ ਸਕੀਏ ਕਿ ਅਸੀਂ ਉੱਥੇ ਹਾਂ ਅਤੇ ਦੇਖੀਏ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ, ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਨਾ ਕਰੀਏ ਅਤੇ ਕਹੀਏ ਅਸੀਂ ਕਿਹੋ ਜਿਹੇ ਨਜ਼ਰ ਆਉਂਦੇ ਹਾਂ, ਇੱਥੇ ਮੇਰੀ ਸ਼ਕਲ ਸੂਰਤ ਕਿਹੋ ਜਿਹੀ ਹੈ, ਕੀ ਮੇਰਾ ਕੋਈ ਰੂਪ ਹੈ, ਕੀ ਮੇਰਾ ਇਹ ਰੂਪ ਹੈ, ਮੇਰੀ ਚੇਤਨਾ ਸਿਰਫ ਇੱਕ ਇਸੀ ਪ੍ਰਕਿਰਿਆ ਹੈ ਕਿ ਇਹ ਇੱਕ ਰੂਪ ਹੈ, ਕਿ ਇਹ ਇੱਕ ਸਰੀਰ ਹੈ, ਕਿ ਇਹ ਕੁਝ ਹੋਰ ਹੈ। ਸਾਨੂੰ ਬਹੁਤ ਸਾਰੇ ਜਵਾਬ ਮਿਲਣਗੇ, ਕਿਉਂਕਿ ਅਸੀਂ ਸਿੱਧੇ ਉਹੀ ਅਨੁਭਵ ਕਰ ਰਹੇ ਹੋਵਾਂਗੇ ਜੋ ਅਸੀਂ ਪੁੱਛ ਰਹੇ ਹੋਵਾਂਗੇ। ਅਸੀਂ ਬਿਲਕੁਲ ਆਪਣੇ ਸਵੈ ਦੇ ਗਿਆਨ ਦੇ ਖੇਤਰ ਵਿੱਚ ਹੋਵਾਂਗੇ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਇਹ ਜਾਣਨ ਤੋਂ ਪਹਿਲਾਂ ਕਿ ਆਪਣੇ ਆਪ ਨੂੰ ਜਾਣ ਕੇ ਅਸੀਂ ਕੀ ਕੁਝ ਕਰ ਸਕਦੇ ਹਾਂ, ਕਦਮ ਦਰ ਕਦਮ ਅਭਿਆਸ ਕਰਕੇ ਇਹ ਜਾਣ ਲਈਏ ਕਿ ਅਸੀਂ ਕੌਣ ਹਾਂ। ਜੇ ਅਸੀਂ ਜਾਣ ਸਕੀਏ ਕਿ ਅਸੀਂ ਕੌਣ ਹਾਂ, ਤਾਂ ਸ਼ਾਇਦ ਅਸੀਂ ਬਹੁਤ ਕੁਝ ਕਰ ਸਕਾਂਗੇ, ਜਿਵੇਂ ਕਿ ਇੱਕ ਨਵਾਂ ਬ੍ਰਹਿਮੰਡ ਸਿਰਜਣਾ ਜਾਂ ਇੱਕ ਪਲ ਵਿੱਚ ਸਾਰੇ ਬ੍ਰਹਿਮੰਡ ਨੂੰ ਬਦਲਣਾ। ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਉੱਥੇ ਕੀ ਹੁੰਦਾ ਹੈ, ਇਸ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਅਸਲਾਪਾ ਕਿੰਨਾ ਸ਼ਕਤੀਸ਼ਾਲੀ ਹੈ। ਅਤੇ ਅਸੀਂ ਇਹ ਵੀ ਜਾਣ ਸਕਾਂਗੇ ਕਿ ਬਹੁਤ ਸਾਰੇ ਆਪੇ 1, 2 ਜਾਂ 10 ਹੁੰਦੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਉਸ ਖੇਤਰ ਵਿੱਚ ਲੈ ਜਾਵੋਗੇ ਜਿੱਥੇ ਸਵੈ ਮੌਜੂਦ ਹੈ, ਤਾਂ ਤੁਹਾਨੂੰ ਕਈ ਪ੍ਰਸ਼ਨਾਂ ਦੇ ਸਪਸ਼ਟ ਅਤੇ ਸ਼ੰਕੇ ਰਹਿਤ ਉੱਤਰ ਮਿਲ ਜਾਣਗੇ।
ਇਸ ਲਈ ਜੋ ਅਭਿਆਸ ਦੀ ਪ੍ਰਕਿਰਿਆ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਵਿੱਚ ਅਸੀਂ ਆਪਣੀ ਤਵੱਜੋ ਜਾਂ ਸੁਰਤ ਨੂੰ ਵਾਪਸ ਉਸ ਥਾਂ 'ਤੇ ਖਿੱਚਦੇ ਹਾਂ ਜਿੱਥੋਂ ਅਸੀਂ ਸੰਚਾਲਨ ਹੋ ਰਹੇ ਹਾਂ, ਆਪਣੇ ਸਿਰ ਦੇ ਕੇਂਦਰ ਵਿੱਚ, ਆਪਣੇ ਆਪੇ 'ਤੇ। ਅਤੇ ਅਜਿਹਾ ਕਰਨ ਲਈ ਅਸੀਂ ਆਪਣੀ ਤਵੱਜੋ ਕਿਸੇ ਵੀ ਚੀਜ਼ 'ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਕੇਂਦਰਿਤ ਕਰਨਾ ਬੰਦ ਕਰ ਦਿੰਦੇ ਹਾਂ। ਅਸੀਂ ਕਿਸੇ ਚੀਜ਼ ਨੂੰ ਫੜਨ ਲਈ ਉਸਦੇ ਪਿੱਛੇ ਨਹੀਂ ਦੌੜਦੇ, ਅਸੀਂ ਦੌੜਨਾ ਬੰਦ ਕਰ ਦਿੰਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ। ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਹਾਡਾ ਸਰੀਰ ਕਿੱਥੇ ਹੈ ਅਤੇ ਤੁਸੀਂ ਦੌੜਨਾ ਸ਼ੁਰੂ ਕਰ ਦੇਵੋ, ਮੈਂ ਪੁੱਛਾਂਗਾ ਇਹ ਕੀ ਹੈ? ਮੈਂ ਤੁਹਾਨੂੰ ਸਰੀਰ ਬਾਰੇ ਪੁੱਛਿਆ ਅਤੇ ਤੁਸੀਂ ਦੌੜਨਾ ਸ਼ੁਰੂ ਕਰ ਦਿੱਤਾ। ਅਸੀਂ ਇਹੀ ਕਰ ਰਹੇ ਹਾਂ। ਮੈਂ ਪੁੱਛਦਾ ਹਾਂ ਤੁਹਾਡਾ ਸਵੈ ਜਾਂ ਆਪਾ ਕਿੱਥੇ ਹੈ, ਤਾਂ ਤੁਸੀਂ ਉਸ ਨੂੰ ਲੱਭਣ ਲਈ ਫਿਰ ਕਿਤੇ ਹੋਰ ਦੌੜਨਾ ਸ਼ੁਰੂ ਕਰ ਦਿੰਦੇ ਹੋ। ਸਾਨੂੰ ਉੱਥੇ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਇਸ ਸਮੇਂ ਅਸਲ ਵਿੱਚ ਹਾਂ। ਹੋ ਸਕਦਾ ਹੈ ਕਿਸੇ ਹੋਰ ਸਮੇਂ 'ਤੇ ਅਸੀਂ ਕਿਤੇ ਹੋਰ ਹੋਈਏ। ਹੋ ਸਕਦਾ ਹੈ ਕਿ ਤਦ ਸਾਨੂੰ ਆਪਣੇ ਸਰੀਰ ਬਾਰੇ ਜਾਣਕਾਰੀ ਨਾ ਹੋਵੇ, ਅਸੀਂ ਨਾ ਜਾਣਦੇ ਹੋਈਏ ਕਿ ਸਾਡਾ ਸਿਰ ਕਿੱਥੇ ਹੈ। ਸ਼ਾਇਦ ਅਸੀਂ ਹੋਰ ਕਿਤੇ ਹੋਈਏ, ਸ਼ਾਇਦ ਅਸੀਂ ਸੁਪਨਾ ਦੇਖ ਰਹੇ ਹੋਈਏ, ਸ਼ਾਇਦ ਅਸੀਂ ਉੱਥੇ ਨਾ ਹੋਈਏ। ਕੁਝ ਲੋਕ, ਕੁਝ ਜੋਗੀ ਜਾਨ ਜੋ ਆਪਣੇ ਆਪ ਨੂੰ ਸੁਪਨੇ ਦੇ ਸਮੇਂ ਤੁਰੰਤ ਜਗਾ ਸਕਦੇ ਹਨ, ਜੇਕਰ ਉਸ ਸਮੇਂ ਉਹ ਆਪਣੇ ਸਿਰ ਨੂੰ ਛੂਹਣਾ ਚਾਹੁਣ ਤਾਂ ਉਹ ਆਪਣੇ ਗਲੇ ਨੂੰ ਛੂਹਦੇ ਹਨ। ਉਹਨਾਂ ਦੀਆਂ ਅੱਖਾਂ ਕਿੱਥੇ ਹਨ? ਜਿਵੇਂ ਮੈਂ ਪ੍ਰਯੋਗ ਵਿੱਚ ਕੀਤਾ ਸੀ, ਜਿਸ ਦੇ ਵਿੱਚ ਤਸਵੀਰਾਂ ਬਣਨ ਦੀ ਗੱਲ ਕੀਤੀ ਸੀ, ਤਾਂ ਜੇ ਉਹ ਅੱਖਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨ ਤਾਂ ਉਹ ਆਪਣੇ ਗਲੇ ਨੂੰ ਛੂਹਦੇ ਹਨ। ਉਹ ਦੇਖ ਸਕਦੇ ਹਨ, ਮਹਿਸੂਸ ਕਰ ਸਕਦੇ ਹਨ ਕਿ ਸਥੂਲ ਅੱਖਾਂ ਥੱਲੇ ਚਲੇ ਗਈਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਰ ਸਮੇਂ ਇਸ ਤਰ੍ਹਾਂ ਦੇ ਇੱਕ ਅਸਥਾਈ ਸਰੀਰ ਵਿੱਚ ਰਹਿੰਦੇ ਹਾਂ। ਜੇ ਅਸੀਂ ਅਮਰ ਹਾਂ ਤਾਂ ਅਸਥਾਈ ਸਰੀਰ ਸਾਡਾ ਸਥਾਈ ਘਰ ਨਹੀਂ ਹੈ, ਇਹ ਹਮੇਸ਼ਾ ਲਈ ਨਹੀਂ ਹੁੰਦਾ। ਇਸ ਲਈ ਸਿਰਫ ਸਥੂਲ ਸਰੀਰ ਦੀ ਜਾਗਦੀ ਸਥਿਤੀ ਵਿੱਚ ਅਸੀਂ ਨਿਸ਼ਚਿਤਤਾ ਨਾਲ ਕਹਿ ਸਕਦੇ ਹਾਂ ਕਿ ਸਾਡਾ ਸਵੈ ਅੱਖਾਂ ਦੇ ਪਿੱਛੇ ਸਿਰ ਦੇ ਕੇਂਦਰ ਵਿੱਚ ਹੈ। ਕੇਵਲ ਸਥੂਲ ਸਰੀਰ ਦੀ ਜਾਗਦੀ ਸਥਿਤੀ ਵਿੱਚ ਹੀ ਹੈ ਉਹ ਜਗ੍ਹਾ ਜਿੱਥੇ ਅਸੀਂ ਜਾਣਾ ਹੈ, ਪਰ ਅਸੀਂ ਇਹ ਜਾਗਦੀ ਸਥਿਤੀ ਵਿੱਚ ਬਾਕੀ ਸਥਿਤੀਆਂ ਨਾਲੋਂ ਬਿਹਤਰ ਕਰ ਸਕਦੇ ਹਾਂ। ਸੁਪਨੇ ਦੀ ਸਥਿਤੀ ਦੌਰਾਨ ਇਹ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਉਦੋਂ ਅਸੀਂ ਇੱਛਾ ਸ਼ਕਤੀ ਗੁਆ ਦਿੰਦੇ ਹਾਂ। ਉਸ ਸਮੇਂ ਇੱਛਾ ਸ਼ਕਤੀ ਅਤੇ ਸੁਤੰਤਰ ਮਰਜ਼ੀ ਜਾਂ ਫ੍ਰੀ ਵਿਲ ਦੀ ਘਾਟ ਹੁੰਦੀ ਹੈ। ਜਾਗਰਤ ਅਵਸਥਾ ਵਿੱਚ ਇਹ ਚੀਜ਼ਾਂ ਬਹੁਤ ਮਕਦਾਰ ਵਿੱਚ ਹੁੰਦੀਆਂ ਹਨ। ਇਸ ਲਈ ਸਥੂਲ ਸਰੀਰ ਦੀ ਜਾਗਰਤ ਅਵਸਥਾ ਦਾ ਸਮਾਂ ਆਪਣੇ ਆਪ ਨੂੰ ਅੱਖਾਂ ਦੇ ਪਿੱਛੇ ਲੱਭਣ ਲਈ ਬਹੁਤ ਵਧੀਆ ਹੈ। ਇਸ ਨੂੰ ਸ਼ੁਰੂ ਕਰਨ ਦਾ ਸਭ ਤੋਂ ਸੌਖਾ ਢੰਗ ਇਹ ਕਲਪਨਾ ਕਰਨਾ ਹੈ ਕਿ ਤੁਸੀਂ ਉੱਥੇ ਹੋ। ਹੁਣ ਪ੍ਰਕਿਰਿਆ ਜ਼ਰਾ ਵੱਖਰੀ ਹੈ। ਆਪਣੀ ਕੋਈ ਤਸਵੀਰ ਨਾ ਬਣਾਓ, ਆਪਣੀਆਂ ਅੱਖਾਂ ਬੰਦ ਕਰੋ, ਉੱਥੇ ਰਹੋ ਅਤੇ ਕਹੋ ਮੈਂ ਉੱਥੇ ਹਾਂ। ਇਹੀ ਉਹ ਥਾਂ ਹੈ ਜਿੱਥੋਂ ਮੈਂ ਸੋਚ ਰਿਹਾ ਹਾਂ। ਮੈਂ ਹੋਰ ਵਸਤੂਆਂ ਨੂੰ ਦੇਖ ਸਕਦਾ ਹਾਂ, ਪਰ ਮੈਂ ਆਪਣੇ ਆਪ ਨੂੰ ਨਹੀਂ ਦੇਖ ਸਕਦਾ ਕਿਉਂਕਿ ਮੈਂ ਉੱਥੇ ਹਾਂ। ਪਰ ਮੈਂ ਆਪਣੇ ਸਾਹਮਣੇ ਬਾਕੀ ਸਾਰੀਆਂ ਚੀਜ਼ਾਂ ਨੂੰ ਦੇਖ ਸਕਦਾ ਹਾਂ। ਮੈਂ ਇੱਕ ਪਾਸੇ ਦੇਖ ਸਕਦਾ ਹਾਂ, ਮੈਂ ਆਪਣਾ ਸਿਰ ਘੁਮਾ ਕੇ ਬਿਨਾਂ ਇਸ ਸਥੂਲ ਸਿਰ ਦੇ ਘੁਮਾਏ ਹੋਏ ਵੀ ਦੇਖ ਸਕਦਾ ਹਾਂ। ਲੱਗਦਾ ਹੈ ਕਿ ਨਜ਼ਰ ਦੀ ਸ਼ਕਤੀ ਅੰਦਰ ਸਾਰੇ ਪਾਸੇ ਹੈ। ਆਪਣੇ ਸਥੂਲ ਸਿਰ ਨੂੰ ਘੁਮਾਏ ਬਿਨਾਂ ਤੁਸੀਂ ਉਸ ਖੇਤਰ ਦੇ ਪਾਸਿਆਂ ਨੂੰ ਅਤੇ ਆਲੇ ਦੁਆਲੇ ਦੀਆਂ ਥਾਵਾਂ ਦੀ ਖੋਜ ਕਰ ਸਕਦੇ ਹੋ। ਪ੍ਰੈਕਟਿਸ ਨਾਲ ਤੁਸੀਂ ਘੁੰਮ ਕੇ ਪਿੱਛੇ ਵੱਲ ਵੀ ਦੇਖ ਸਕਦੇ ਹੋ। ਇਹ ਇੱਕ ਚੰਗੀ ਸ਼ੁਰੂਆਤ ਹੈ। ਇੱਕ ਵਾਰ ਜਦੋਂ ਅਸੀਂ ਉੱਥੇ ਹੋਣ ਦਾ ਅਭਿਆਸ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉੱਥੇ ਵੀ ਕਈ ਤਰ੍ਹਾਂ ਦੀਆਂ ਭਟਕਣਾਵਾਂ ਹਨ ਜੋ ਸਾਨੂੰ ਉਸ ਜਗ੍ਹਾ ਤੋਂ ਖਿੱਚਦੀਆਂ ਹਨ, ਜੋ ਸਾਨੂੰ ਸਾਰੀ ਜ਼ਿੰਦਗੀ ਖਿੱਚਦੀਆਂ ਆ ਰਹੀਆਂ ਹਨ। ਇਸ ਲਈ ਅਸੀਂ ਕਦੇ ਵੀ ਆਪਣੇ ਆਪ 'ਤੇ ਅਭਿਆਸ ਨਹੀਂ ਕੀਤਾ, ਕਿਸੇ ਨੇ ਸਾਨੂੰ ਦੱਸਿਆ ਹੀ ਨਹੀਂ, ਅਤੇ ਇਹਨਾਂ ਭਟਕਣਾਂ ਨੇ ਖਿੱਚਿਆ ਅਤੇ ਸਾਨੂੰ ਹਮੇਸ਼ਾ ਦੂਰ ਰੱਖਿਆ। ਇੱਕ ਪਲ ਵੀ ਅੰਦਰ ਸ਼ਾਂਤੀ ਨਹੀਂ ਹੋਣ ਦਿੱਤੀ। ਅਸੀਂ ਘੱਟੋ ਘੱਟ ਆਪਣੇ ਅੰਦਰ ਇੱਕ ਜਗ੍ਹਾ 'ਤੇ ਸ਼ਾਂਤੀ ਚਾਹੁੰਦੇ ਸੀ, ਪਰ ਭਟਕਣਾ ਨੇ ਉੱਥੇ ਵੀ ਸ਼ਾਂਤੀ ਨਾ ਹੋਣ ਦਿੱਤੀ। ਇਹ ਖਿੱਚੋ ਤਾਣ ਜਾਂ ਭਟਕਣਾ ਕੀ ਹੈ? ਇਹ ਬਾਹਰਲੀਆਂ ਚੀਜ਼ਾਂ ਬਾਰੇ ਸੋਚ ਵਿਚਾਰ। ਅਸੀਂ ਨਿਰੰਤਰ ਹਰ ਵੇਲੇ ਦਿਨ ਰਾਤ ਬਾਹਰਲੀਆਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹਾਂ।
ਅਜਿਹਾ ਇਸ ਅਭਿਆਸ ਦੌਰਾਨ ਵੀ ਹੋਵੇਗਾ। ਹਰ ਵਾਰ ਉਹ ਜਦੋਂ ਉਹ ਬਾਹਰਲੇ ਵਿਚਾਰ ਵਿੱਚ ਤੁਹਾਡਾ ਧਿਆਨ ਭਟਕਾਉਂਦੇ ਹਨ ਤਾਂ ਤੁਸੀਂ ਉੱਧਰ ਨਹੀਂ ਰਹਿੰਦੇ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਨੂੰ ਕਲਪਨਾ ਨਾਲ ਵਾਪਸ ਲਿਆਉਣਾ ਪੈਂਦਾ ਹੈ। ਆਪਣੇ ਆਪ ਨੂੰ ਉੱਥੇ ਰੱਖਣ ਲਈ ਤੁਹਾਨੂੰ ਕਈ ਤਰ੍ਹਾਂ ਦੇ ਉਪਰਾਲੇ ਕਰਨ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਸ਼ਬਦਾਂ ਨੂੰ ਵਾਰ ਵਾਰ ਦੁਹਰਾਉਣਾ, ਆਵਾਜ਼ਾਂ ਨੂੰ ਸੁਣਨਾ, ਹੋਰ ਤਰੀਕਿਆਂ ਨਾਲ ਤਵੱਜੋ ਨੂੰ ਕੇਂਦਰਿਤ ਕਰਨਾ, ਆਪਣੇ ਡਿਜ਼ਾਇਨ ਦੀਆਂ ਤਸਵੀਰਾਂ ਨੂੰ ਸੁਣਨਾ, ਉਹਨਾਂ ਤਸਵੀਰਾਂ ਨੂੰ ਸੁਣਨਾ ਜਿਨ੍ਹਾਂ ਦਾ ਕੇਂਦਰ ਨਾਲ ਜ਼ਿਆਦਾ ਸੰਬੰਧ ਹੈ ਆਦਿ। ਇਸ ਤੋਂ ਬਾਅਦ ਬੇਸ਼ੱਕ ਅਭਿਆਸ ਕਈ ਰੂਪ ਧਾਰਦਾ ਹੈ ਅਤੇ ਇਸ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ, ਪਰ ਸ਼ੁਰੂਆਤੀ ਕਦਮ ਉੱਥੇ ਹੋਣਾ ਹੁੰਦਾ ਹੈ। ਇਸ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਲੱਭ ਹੀ ਨਹੀਂ ਰਹੇ। ਸਾਨੂੰ ਇਹਨਾਂ ਵੱਖੋ ਵੱਖਰੇ ਕਿਸਮ ਦੇ ਅਭਿਆਸ ਨਾਲ ਹੋਰ ਕਈ ਕਿਸਮ ਦੇ ਫਾਇਦੇ ਹੋ ਸਕਦੇ ਹਨ। ਇੱਕ ਵਾਰ ਮੈਂ ਆਪਣੇ ਇੱਕ ਮਿੱਤਰ ਦੇ ਘਰ ਗਿਆ ਜੋ ਵਧੀਆ ਅਭਿਆਸੀ ਸੀ ਅਤੇ ਚਾਹੁੰਦਾ ਸੀ ਕਿ ਮੈਂ ਉਸ ਦੇ ਘਰ ਆ ਕੇ ਉਸ ਨਾਲ ਸਿਮਰਨ ਅਭਿਆਸ ਕਰਾਂ। ਉਸ ਦਾ ਮੰਨਣਾ ਸੀ ਕਿ ਇਸ ਇਕੱਠੇ ਅਭਿਆਸ ਕਰਨ ਨਾਲ ਘਰ ਵਿੱਚ ਇੱਕ ਵਧੀਆ ਮਾਹੌਲ ਬਣੇਗਾ ਅਤੇ ਸਕਾਰਾਤਮਕ ਤਰੰਗਾਂ ਦਾ ਸੰਚਾਰ ਹੋਵੇਗਾ। ਇਸ ਲਈ ਮੈਂ ਉੱਥੇ ਗਿਆ। ਮੇਰੇ ਮਿੱਤਰ ਨੇ ਇੱਕ ਸੰਗੀਤ ਚਲਾ ਦਿੱਤਾ ਜਿਸ ਨੂੰ ਉਹ ਸਿਮਰਨ ਅਭਿਆਸ ਵਾਲਾ ਸੰਗੀਤ ਕਹਿੰਦਾ ਸੀ। ਉਹ ਬਹੁਤ ਹੀ ਸ਼ਾਨਦਾਰ ਸੰਗੀਤ ਸੀ। ਅਸੀਂ ਉਸ ਸ਼ਾਂਤਮਈ ਸੰਗੀਤ, ਦਿਲਕਸ਼ ਸੰਗੀਤ ਨੂੰ ਸੁਣਿਆ ਅਤੇ ਬਹੁਤ ਚੰਗਾ ਮਹਿਸੂਸ ਕੀਤਾ, ਪਰ ਸਾਨੂੰ ਆਪਣੇ ਸਵੈ ਜਾਂ ਆਪੇ ਬਾਰੇ ਕੋਈ ਗਿਆਨ ਨਹੀਂ ਹੋਇਆ। ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਕਿ ਅਸੀਂ ਕੌਣ ਹਾਂ। ਉਸ ਅਭਿਆਸ ਦੇ ਬਾਅਦ ਜੇਕਰ ਸਾਨੂੰ ਕੋਈ ਮੰਦਾ ਬੋਲੇ ਤਾਂ ਅਸੀਂ ਪਹਿਲਾਂ ਵਾਂਗ ਹੀ ਗੁੱਸੇ ਹੋਵਾਂਗੇ। ਅਸੀਂ ਬਿਲਕੁਲ ਵੀ ਨਹੀਂ ਬਦਲੇ। ਸਾਡਾ ਗੁੱਸਾ, ਸਾਡੀ ਕਾਮਨਾ, ਸਾਡਾ ਲਾਲਚ, ਸਾਡੀ ਮਲਕੀਅਤ, ਸਾਡਾ ਸੁਭਾਅ ਜੋ ਹਰ ਸਮੇਂ ਇਹਨਾਂ ਚੀਜ਼ਾਂ ਨਾਲ ਸੰਬੰਧ ਰੱਖਦਾ ਸੀ, ਉਹ ਪਹਿਲਾਂ ਵਾਂਗ ਹੀ ਸੀ। ਕੁਝ ਸਮੇਂ ਲਈ ਤਾਂ ਅਭਿਆਸ ਚੰਗਾ ਲੱਗਿਆ ਅਤੇ ਅਸੀਂ ਚੰਗਾ ਮਹਿਸੂਸ ਕੀਤਾ। ਜੇ ਤੁਸੀਂ ਚੰਗਾ ਮਹਿਸੂਸ ਕਰਨ ਵਾਸਤੇ ਅਭਿਆਸ ਸਿੱਖਣ ਲਈ ਇੱਥੇ ਆਏ ਹੋ ਤਾਂ ਅਜਿਹੇ ਕਈ ਤਰ੍ਹਾਂ ਦਾ ਅਭਿਆਸ ਬਾਹਰ ਹਨ ਜੋ ਤੁਸੀਂ ਬਾਹਰ ਚੀਜ਼ਾਂ 'ਤੇ ਕਰ ਸਕਦੇ ਹੋ। ਜੇਕਰ ਤੁਸੀਂ ਇੱਥੇ ਸੱਚ ਦੀ ਖੋਜ, ਪਰਮ ਸੱਚ ਦੀ ਖੋਜ ਵਿੱਚ ਆਏ ਹੋ ਤਾਂ ਅਭਿਆਸ ਤੁਹਾਡੇ ਸਵੈ ਦੀ ਖੋਜ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਉਹ ਆਪਾ ਜਾਂ ਸਵੈ ਜੋ ਸਾਡੇ ਸਾਰਿਆਂ ਕੋਲ ਇੱਕੋ ਇੱਕ ਯਕੀਨ ਹੈ, ਇੱਕੋ ਇੱਕ ਸੱਚਾਈ ਜਿਸ ਬਾਰੇ ਤੁਸੀਂ ਅੱਜ ਜਾਣਦੇ ਹੋ, ਉਹ ਇਹ ਹੈ ਕਿ ਤੁਹਾਡੀ ਹੋਂਦ ਹੈ, ਤੁਸੀਂ ਹੋ, ਤੁਸੀਂ ਸਵੈ ਸਰੂਪ ਹੋ। ਇੱਥੋਂ ਸ਼ੁਰੂ ਕਰੋ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਰਹੇ ਤਾਂ ਤੁਸੀਂ ਅਸਲ ਸੱਚ ਦੀ ਭਾਲ ਨਹੀਂ ਕਰ ਰਹੇ। ਸੱਚਾਈ ਕੀ ਹੈ? ਪਰਮ ਸੱਚ ਕੀ ਹੈ? ਜੇ ਕੋਈ ਚੀਜ਼ ਆ ਸਕਦੀ ਹੈ ਅਤੇ ਫਿਰ ਚਲੀ ਜਾਂਦੀ ਹੈ, ਕੀ ਉਸਨੂੰ ਸੱਚ ਕਹਾਂਗੇ? ਜੇ ਕੋਈ ਚੀਜ਼ ਬਦਲ ਸਕਦੀ ਹੈ ਤਾਂ ਕੀ ਉਸਨੂੰ ਸੱਚ ਕਹਾਂਗੇ? ਮੈਂ ਸਾਰੀ ਦੁਨੀਆ ਵਿੱਚ ਦੇਖਿਆ, ਹਰ ਚੀਜ਼ ਹਰ ਵੇਲੇ ਬਦਲ ਰਹੀ ਹੈ। ਲੋਕ ਬਦਲ ਰਹੇ ਹਨ, ਮੇਰਾ ਸਰੀਰ ਬਦਲ ਰਿਹਾ ਹੈ, ਹਰ ਕਿਸੇ ਦਾ ਸਰੀਰ ਬਦਲ ਰਿਹਾ ਹੈ, ਵਾਤਾਵਰਨ ਬਦਲ ਰਿਹਾ ਹੈ, ਰਚਨਾਵਾਂ ਬਦਲ ਰਹੀਆਂ ਹਨ, ਦੇਸ਼ ਬਦਲ ਰਹੇ ਹਨ, ਆਕਾਸ਼ ਗੰਗਾਵਾਂ ਬਦਲ ਰਹੀਆਂ ਹਨ, ਬ੍ਰਹਿਮੰਡ ਬਦਲ ਰਿਹਾ ਹੈ। ਇਹ ਸਭ ਕੁਝ ਨਿਰੰਤਰ ਕਿਸੇ ਵੀ ਰੋਕ ਤੋਂ ਬਿਨਾਂ ਹਰ ਸਮੇਂ ਬਦਲਦਾ ਰਹਿੰਦਾ ਹੈ। ਇਹ ਸੱਚ ਕਿਵੇਂ ਹੋ ਸਕਦਾ ਹੈ? ਇਹ ਅਸਲ ਸੱਚ ਜਾਂ ਪਰਮ ਸੱਚ ਕਿਵੇਂ ਹੋ ਸਕਦਾ ਹੈ? ਇਸ ਸਾਰੇ ਬਦਲਾਵ ਵਿੱਚ ਇੱਕ ਧਿਆਨ ਯੋਗ ਚੀਜ਼ ਹੈ ਜੋ ਕਦੇ ਨਹੀਂ ਬਦਲਦੀ। ਉਸ ਤਬਦੀਲੀ ਨੂੰ ਦੇਖਣ ਵਾਲਾ ਕਦੇ ਨਹੀਂ ਬਦਲਦਾ, ਆਪਾ ਜਾਂ ਸਵੈ ਕਦੇ ਨਹੀਂ ਬਦਲਦਾ। ਕੋਈ ਬਦਲਣ ਵਾਲੀ ਚੀਜ਼ ਪਰਮ ਸੱਚ ਕਿਵੇਂ ਹੋ ਸਕਦੀ ਹੈ? ਅਤੇ ਇੱਕੋ ਚੀਜ਼ ਜਿਹੜੀ ਬਦਲਦੀ ਨਹੀਂ, ਉਹ ਹੈ ਸਾਡਾ ਆਪਣਾ ਦਰਸ਼ਕ, ਅਨੁਭਵ ਕਰਨ ਵਾਲਾ ਸਵੈ। ਸਿਰਫ ਅਨੁਭਵ ਕਰਨ ਵਾਲਾ ਸਵੈ ਹੀ ਸੱਚ ਹੈ। ਅਤੇ ਜਦੋਂ ਅਸੀਂ ਇਸ ਦੀ ਹੋਰ ਖੋਜ ਕਰਦੇ ਹਾਂ ਅਤੇ ਆਲੇ ਦੁਆਲੇ ਦੀਆਂ ਪਟਨਾਵਾਂ ਇਸ ਤੋਂ ਦੂਰ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸੱਚ ਅਸਲ ਵਿੱਚ ਅਮਰ ਅਤੇ ਸਦੀਵੀ ਹੈ। ਅਤੇ ਅਸੀਂ ਇਸ ਸੱਚ ਨੂੰ ਤਦ ਤੱਕ ਨਹੀਂ ਲੱਭ ਸਕਦੇ ਜਿੰਨਾ ਚਿਰ ਇਸ ਨੂੰ ਪਰਦਿਆਂ ਵਿੱਚ ਹੀ ਦੇਖਦੇ ਹਾਂ। ਸੱਚ 'ਤੇ ਪਏ ਇਹ ਪਰਦੇ ਉਸ ਨੂੰ ਝੂਠ ਬਣਾ ਦਿੰਦੇ ਹਨ ਅਤੇ ਅਸੀਂ ਇਸ ਨੂੰ ਦੇਖ ਹੀ ਨਹੀਂ ਸਕਦੇ। ਇੱਥੇ ਸੱਚ ਉੱਤੇ ਕਈ ਪਰਦੇ ਪਏ ਹਨ।
ਇਹਨਾਂ ਵਿੱਚੋਂ ਤਿੰਨ ਪਰਦਿਆਂ ਨੂੰ ਤਾਂ ਮੈਂ ਬਹੁਤ ਸਪਸ਼ਟ ਤੌਰ 'ਤੇ ਦੇਖ ਸਕਦਾ ਹਾਂ ਜੋ ਸਾਨੂੰ ਸੱਚ ਤੋਂ ਦੂਰ ਰੱਖ ਰਹੇ ਹਨ। ਪਹਿਲਾ ਪਰਦਾ ਸਾਡਾ ਆਪਣਾ ਮਨ ਹੈ ਜੋ ਵਿਚਾਰ ਕਰਦਾ ਹੈ ਅਤੇ ਭਟਕਣਾ ਪੈਦਾ ਕਰਦਾ ਹੈ। ਦੂਜਾ ਪਰਦਾ ਸਾਡੀਆਂ ਗਿਆਨ ਇੰਦਰੀਆਂ ਹਨ ਜੋ ਸਾਡੇ ਅਨੁਭਵਾਂ ਨੂੰ ਉੱਥੇ ਤੱਕ ਹੀ ਸੀਮਿਤ ਕਰ ਦਿੰਦੀਆਂ ਹਨ ਜਿੰਨਾ ਅਸੀਂ ਮਹਿਸੂਸ ਕਰਦੇ ਹਾਂ। ਤੀਜਾ ਪਰਦਾ ਵੱਡਾ ਪਰਦਾ ਸਾਡਾ ਮੋਟਾ ਸਰੀਰ, ਸਾਡਾ ਸਥੂਲ ਸਰੀਰ ਜੋ ਸਿਰਫ ਸਥੂਲ ਹੋਣ ਨੂੰ ਹੀ ਅਸਲੀ ਸੱਚ ਦੱਸਦਾ ਹੈ ਅਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਝੂਠ। ਇਹ ਤਿੰਨ ਪਰਦੇ ਸਾਨੂੰ ਅਸਲ ਸੱਚ ਨੂੰ ਵੇਖਣ ਤੋਂ ਰੋਕ ਰਹੇ ਹਨ, ਇਸ ਲਈ ਸਾਨੂੰ ਇਹਨਾਂ ਪਰਦਿਆਂ ਨੂੰ ਹਟਾਉਣਾ ਪਵੇਗਾ। ਸਭ ਤੋਂ ਪਹਿਲਾ ਪਰਦਾ ਆਸਾਨ ਹੈ। ਕਲਪਨਾ ਦੀ ਸ਼ਕਤੀ ਦੁਆਰਾ ਅੱਖਾਂ ਦੇ ਪਿੱਛੇ ਆਪਣੀ ਤਵੱਜੋ ਲਗਾਓ ਅਤੇ ਮਹਿਸੂਸ ਕਰੋ ਕਿ ਤੁਸੀਂ ਉੱਥੇ ਹੋ। ਜਦੋਂ ਤੁਸੀਂ ਲਗਾਤਾਰ ਕੁਝ ਸਮੇਂ ਲਈ ਅਜਿਹਾ ਕਰਦੇ ਹੋ ਤਾਂ ਕੀ ਹੁੰਦਾ ਹੈ, ਤੁਸੀਂ ਇਸ ਦੀ ਕੋਸ਼ਿਸ਼ ਇਸ ਅਭਿਆਸ ਦੇ ਸੈਸ਼ਨ ਦੌਰਾਨ ਕਰੋਗੇ। ਤੁਸੀਂ ਹੌਲੀ ਹੌਲੀ ਇਸ ਅਸਥਾਨ ਤੋਂ ਬਾਹਰ ਹੋ ਰਹੀਆਂ ਘਟਨਾਵਾਂ ਤੋਂ ਅਣਜਾਣ ਹੋ ਜਾਂਦੇ ਹੋ। ਇਹ ਹੌਲੀ ਹੌਲੀ ਹੁੰਦਾ ਹੈ ਕਿਉਂਕਿ ਤੁਸੀਂ ਬਾਹਰ ਤਵੱਜਾ ਲਗਾਉਣ ਦੇ ਇੰਨੇ ਆਦੀ ਹੋ ਚੁੱਕੇ ਹੋ ਅਤੇ ਇਸ ਲਈ ਇਹ ਹੌਲੀ ਹੌਲੀ ਵਾਪਰਦਾ ਹੈ। ਹੌਲੀ ਹੌਲੀ ਤੁਸੀਂ ਭੁੱਲ ਜਾਓਗੇ ਕਿ ਤੁਹਾਡਾ ਸਰੀਰ ਕਿੱਥੇ ਹੈ। ਇਹ ਇੱਕੋ ਵਾਰ ਨਹੀਂ ਵਾਪਰਦਾ ਬਲਕਿ ਪੜਾਵਾਂ ਵਿੱਚ ਹੁੰਦਾ ਹੈ। ਇਹ ਸਰੀਰ ਦੇ ਬਾਹਰਲੇ ਹਿੱਸਿਆਂ, ਬਾਹਰਲੇ ਅੰਗਾਂ ਤੋਂ ਸ਼ੁਰੂ ਹੁੰਦਾ ਹੈ, ਪੈਰਾਂ ਅਤੇ ਹੱਥਾਂ ਤੋਂ। ਪਹਿਲਾਂ ਤੁਸੀਂ ਉਹਨਾਂ ਬਾਰੇ ਮਹਿਸੂਸ ਕਰਨਾ ਬੰਦ ਕਰ ਦਿੰਦੇ ਹੋ, ਫਿਰ ਬਾਹਾਂ ਅਤੇ ਲੱਤਾਂ ਬਾਰੇ ਭੁੱਲ ਜਾਂਦੇ ਹੋ, ਫਿਰ ਧੜ ਦੀ ਵਾਰੀ ਆਉਂਦੀ ਹੈ ਅਤੇ ਫਿਰ ਤੁਹਾਨੂੰ ਪਤਾ ਨਹੀਂ ਰਹਿੰਦਾ ਕਿ ਤੁਹਾਡਾ ਪੂਰਾ ਸਰੀਰ ਕਿੱਥੇ ਹੈ। ਇਹ ਹੌਲੀ ਹੌਲੀ ਵਾਧਾ ਹੋਇਆ ਫਿਰ ਸਿਰ ਤੱਕ ਪਹੁੰਚ ਜਾਂਦਾ ਹੈ। ਇਹ ਪ੍ਰਕਿਰਿਆ ਸਥੂਲ ਸਰੀਰ ਦੀ ਮੌਤ ਦੇ ਵਾਂਗੂ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਹ ਇਸ ਤਰੀਕੇ ਨਾਲ ਹੀ ਮਰਦਾ ਹੈ। ਜਦੋਂ ਕੋਈ ਵਿਅਕਤੀ ਮਰਦਾ ਹੈ, ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਿਆ ਹੋਵੇ ਜੋ ਟਰਮੀਨਲ ਹਾਲਤ ਵਿੱਚ ਆਪਣੀ ਮੌਤ ਆਉਣ ਤੱਕ ਲਗਾਤਾਰ ਗੱਲਬਾਤ ਕਰ ਸਕਦਾ ਹੈ, ਤਾਂ ਤੁਸੀਂ ਦੇਖੋਗੇ ਕਿ ਉਹ ਪਹਿਲਾਂ ਹੱਥਾਂ ਅਤੇ ਪੈਰਾਂ ਦੀ ਹੋਸ਼ ਗੁਆ ਬੈਠਦਾ ਹੈ, ਫਿਰ ਲੱਤਾਂ ਬਾਹਾਂ ਦੀ, ਫਿਰ ਧੜ ਦੀ, ਅਤੇ ਉਸ ਤੋਂ ਬਾਅਦ ਉਸਨੂੰ ਲੱਗਦਾ ਹੈ ਜਿਵੇਂ ਉਹ ਹਵਾ ਵਿੱਚ ਉੱਡ ਰਿਹਾ ਹੈ। ਅਜਿਹਾ ਹੋਣ ਦੇ ਨਾਲ ਨਾਲ ਉਹ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ। ਜਦੋਂ ਉਸਦੀ ਸਾਰੀ ਤਵੱਜੋ ਜਾਂ ਸੁਰਤ ਉਸਦੇ ਸਿਰ ਤੱਕ ਖਿੱਚ ਹੋ ਜਾਂਦੀ ਹੈ ਤਾਂ ਦਿਮਾਗ ਮਰ ਜਾਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। ਇਹੀ ਪ੍ਰਕਿਰਿਆ ਅਭਿਆਸ ਵੇਲੇ ਹੁੰਦੀ ਹੈ। ਕਈ ਵਾਰ ਅਭਿਆਸ ਨੂੰ ਜਿਉਂਦੇ ਜੀ ਮਰਨਾ ਵੀ ਕਿਹਾ ਜਾਂਦਾ ਹੈ। ਤੁਸੀਂ ਜਿਉਂਦੇ ਹੋਏ ਸਰੀਰ ਦੇ ਕੰਮ ਕਰਦੇ ਸਮੇਂ ਮਰਨ ਦਾ ਅਨੁਭਵ ਕਰ ਸਕਦੇ ਹੋ। ਇਸ ਲਈ ਇਹ ਇੱਕ ਅਨੋਖਾ ਅਨੁਭਵ ਹੁੰਦਾ ਹੈ ਅਤੇ ਕਈ ਵਾਰ ਨਵੇਂ ਲੋਕਾਂ ਲਈ ਕੁਛ ਕੁਛ ਡਰਾਉਣਾ ਵੀ। ਜੇ ਤੁਸੀਂ ਇਹ ਬਹੁਤ ਤੇਜ਼ੀ ਨਾਲ ਕਰਦੇ ਹੋ ਤਾਂ ਇਹ ਡਰਾਉਣਾ ਹੋ ਸਕਦਾ ਹੈ ਕਿਉਂਕਿ ਇਹ ਮੌਤ ਦੀ ਹੀ ਤਰ੍ਹਾਂ ਹੀ ਹੁੰਦਾ ਹੈ। ਪਰ ਜੇ ਤੁਸੀਂ ਹੌਲੀ ਹੌਲੀ ਅਤੇ ਸਥਿਰਤਾ ਨਾਲ ਚੱਲਦੇ ਹੋ, ਦਰਜਾ ਬੇਦਰਜਾ ਕਰਦੇ ਹੋ, ਤਾਂ ਇਹ ਬਹੁਤ ਮਜ਼ੇਦਾਰ ਜਾਪਦਾ ਹੈ। ਤਦ ਤੁਸੀਂ ਜਾਣ ਪਾਓਗੇ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਤਵੱਜੋ ਰਾਹੀਂ ਆਪਣੇ ਸਵੈ 'ਤੇ ਖਿੱਚ ਰਹੇ ਹੋ। ਤੁਸੀਂ ਜਾਣ ਪਾਓਗੇ ਕਿ ਤੁਸੀਂ ਕੌਣ ਹੋ। ਜਦੋਂ ਤੁਸੀਂ ਅਜਿਹੀ ਹਾਲਤ 'ਤੇ ਪਹੁੰਚਦੇ ਹੋ ਜਿੱਥੇ ਤੁਹਾਨੂੰ ਸਥੂਲ ਸਰੀਰ ਦੀ ਕੋਈ ਜਾਗਰੂਕਤਾ ਨਹੀਂ ਰਹਿੰਦੀ ਕਿਉਂਕਿ ਤੁਸਾਂ ਨੇ ਆਪਣੀ ਤਵੱਜੋ ਖਿੱਚ ਕੇ ਆਪਣੇ ਸਿਰ ਦੇ ਕੇਂਦਰ ਵਿੱਚ ਇੱਕ ਕਲਪਿਤ ਸਥਾਨ 'ਤੇ ਕੇਂਦਰਿਤ ਕਰ ਲਈ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਅਨੁਭਵਾਂ ਵਿੱਚੋਂ ਇੱਕ ਪਰਦਾ ਉਤਾਰ ਦਿੰਦੇ ਹੋ। ਇਹ ਸਥੂਲ ਪਰਦਾ ਹੁਣ ਤੁਹਾਡੇ ਅਨੁਭਵਾਂ ਨੂੰ ਨਹੀਂ ਰੋਕਦਾ ਅਤੇ ਤੁਸੀਂ ਰੋਸ਼ਨੀ, ਆਵਾਜ਼, ਗਿਆਨ, ਸੰਚਾਰ, ਟੈਲੀਪੈਥਿਕ ਸੰਚਾਰ ਆਦਿ ਨੂੰ ਅਨੁਭਵ ਕਰਦੇ ਹੋ। ਇਸ ਵੱਡੇ ਪਰਦੇ ਦੇ ਹੁੰਦਿਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਸੋਝੀ ਨਹੀਂ ਸੀ। ਤੁਹਾਨੂੰ ਆਪਣੇ ਅੰਦਰੂਨੀ ਇੰਦਰੀਆਂ ਵਾਲੇ ਸਰੀਰ, ਸੂਕਸ਼ਮ ਸਰੀਰ ਬਾਰੇ ਪਤਾ ਲੱਗਦਾ ਹੈ ਜੋ ਵੀ ਇੱਕ ਸਰੀਰ ਦੀ ਤਰ੍ਹਾਂ ਹੀ ਹੈ, ਇੱਕ ਹੋਰ ਪਰਦਾ, ਪਰ ਇਸ ਸਥੂਲ ਸਰੀਰ ਤੋਂ ਅਲੱਗ ਤਰ੍ਹਾਂ ਦਾ ਹੁੰਦਾ ਹੈ। ਇਹ ਇੱਕ ਪ੍ਰੈਕਟੀਕਲ ਅਨੁਭਵ ਹੈ ਜੋ ਕੋਈ ਵੀ ਕਰ ਸਕਦਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਦੁਬਾਰਾ ਆਪਣੇ ਸਰੀਰ ਵਿੱਚ ਵਾਪਸ ਆ ਸਕਦੇ ਹੋ। ਇਹ ਅਸਲ ਵਿੱਚ ਹਕੀਕਤ ਦੀ ਇੱਕ ਯਾਤਰਾ ਕਰਨ ਵਰਗਾ ਹੈ, ਅਸਲੀਅਤ ਦੇ ਇੱਕ ਪੜਾਅ ਦੀ ਯਾਤਰਾ। ਤੁਸੀਂ ਇਸੇ ਪ੍ਰਕਿਰਿਆ ਦੀ ਵਰਤੋਂ ਕਰਕੇ ਥੋੜ੍ਹਾ ਹੋਰ ਅੱਗੇ ਵੱਧ ਸਕਦੇ ਹੋ ਅਤੇ ਆਪਣੀਆਂ ਗਿਆਨ ਇੰਦਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਅੱਗੇ ਇੱਕ ਹੋਰ ਸਰੀਰ ਹੈ, ਉੱਥੇ ਤੁਹਾਨੂੰ ਇਹ ਪਤਾ ਲੱਗਦਾ ਹੈ
ਕਿ ਤੁਹਾਡੀ ਸੋਚਣ ਵਾਲੀ ਮਸ਼ੀਨ ਅਜੇ ਵੀ ਕੰਮ ਕਰ ਰਹੀ ਹੈ। ਵਿਚਾਰ ਅਜੇ ਵੀ ਚੱਲਦੇ ਹਨ ਅਤੇ ਤੁਸੀਂ ਅਜੇ ਵੀ ਕਾਰਜ ਕਰ ਰਹੇ ਹੋ, ਪਰ ਤੁਸੀਂ ਸੋਚਣ ਵਾਲੇ ਸਰੀਰ ਤੋਂ ਵੀ ਪਾਰ ਹੋ ਸਕਦੇ ਹੋ, ਅਤੇ ਇਹ ਸਾਰੇ ਪਰਦੇ ਦੂਰ ਕਰਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਅਸਲ ਵਿੱਚ ਕੌਣ ਹੋ। ਤੁਸੀਂ ਅਸਲ ਵਿੱਚ ਇੱਕ ਚੇਤਨਾ ਹੋ, ਜੀਵਨ ਸਰੋਤ, ਜਿਸ ਨੇ ਹੀ ਇਹ ਸਾਰੇ ਪਰਦਿਆਂ ਨੂੰ ਕਾਰਜਸ਼ੀਲ ਕੀਤਾ ਅਤੇ ਜੀਵਨ ਦਿੱਤਾ। ਤੁਸੀਂ ਇਹਨਾਂ ਪਰਦਿਆਂ ਨੂੰ ਜੀਵਨ ਦਿੱਤਾ ਅਤੇ ਇਸੇ ਕਰਕੇ ਹੀ ਤੁਹਾਨੂੰ ਵੱਖੋ ਵੱਖ ਤਰ੍ਹਾਂ ਦੇ ਅਨੁਭਵਾਂ ਦੇ ਵੱਖ ਵੱਖ ਮਾਤਰਾ ਦੇ ਤਜਰਬੇ ਹੁੰਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਪਰਦੇ ਪਾਏ ਹੋਏ ਹਨ। ਇਹਨਾਂ ਸਾਰੇ ਪਰਦਿਆਂ ਹੁੰਦੇ ਹੋਏ ਇਸ ਸਥੂਲ ਸਰੀਰ ਦੇ ਕਾਰਨ ਇਹ ਸਥੂਲ ਦੁਨੀਆ ਹੀ ਸਾਡੀ ਇੱਕੋ ਇੱਕ ਹਕੀਕਤ ਰਹਿ ਜਾਂਦੀ ਹੈ। ਸਥੂਲ ਸਰੀਰ ਕਰਕੇ ਸਥੂਲ ਦੁਨੀਆ ਹੀ ਅਸਲੀ ਲੱਗਦੀ ਹੈ। ਜੇਕਰ ਤੁਸੀਂ ਇਸ ਸਰੀਰ ਨੂੰ ਉਤਾਰ ਦਿੰਦੇ ਹੋ ਤਾਂ ਹੋਰ ਦੁਨੀਆ ਇੱਕੋ ਇੱਕ ਹਕੀਕਤ ਬਣ ਜਾਂਦੀ ਹੈ। ਤੁਸੀਂ ਅੱਗੇ ਵੱਧਦੇ ਹੋ, ਕਾਰਨ ਸਰੀਰ, ਮਾਨਸਿਕ ਸਰੀਰ, ਵਿਚਾਰਾਂ ਦੇ ਸਮੂਹ ਦਾ ਸਰੀਰ ਇੱਕੋ ਇੱਕ ਹਕੀਕਤ ਰਹਿ ਜਾਂਦੀ ਹੈ। ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਹਟਾ ਦਿੰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਕੋ ਇੱਕ ਅਸਲੀਅਤ ਸਿਰਫ ਤੁਹਾਡਾ ਆਪਾ ਜਾਂ ਸਵੈ ਹੀ ਸੀ। ਤੁਹਾਡੇ ਆਲੇ ਦੁਆਲੇ ਦੇ ਪਰਦੇ ਅਸਲੀਅਤ ਨਹੀਂ ਹਨ। ਇਸ ਨੂੰ ਆਪੇ ਜਾਂ ਸਵੈ ਦਾ ਗਿਆਨ ਜਾਂ ਸੈਲਫ ਰੀਅਲਾਈਜੇਸ਼ਨ ਕਿਹਾ ਜਾਂਦਾ ਹੈ। ਸਵੈ ਬੋਧ ਸਿਰਫ ਉੱਥੇ ਹੋਣ ਨਾਲ ਹੀ ਨਹੀਂ ਖਤਮ ਹੁੰਦਾ। ਇਹ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਤੁਸੀਂ ਇਹਨਾਂ ਪਰਦਿਆਂ ਤੋਂ ਅਣਜਾਣ ਹੋਣ ਦੇ ਯੋਗ ਹੋ ਸਕਦੇ ਹੋ। ਤੁਸੀਂ ਇਹ ਸਭ ਕੁਝ ਜਿਉਂਦੇ ਜੀ ਇਹਨਾਂ ਪਰਦਿਆਂ ਦੇ ਹੁੰਦੇ ਹੋਏ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਦੀ ਤਾਕਤ ਕਿਸੇ ਵੀ ਸਰੀਰਕ ਸ਼ਕਤੀ ਜਾਂ ਮਾਨਸਿਕ ਸ਼ਕਤੀ ਜਾਂ ਇੰਦਰੀਆ ਦੀ ਸ਼ਕਤੀ ਕਰਕੇ ਨਹੀਂ ਹੁੰਦੀ। ਇਹ ਜੀਵਨ ਦੀ ਸ਼ਕਤੀ, ਆਤਮਾ ਦੀ ਸ਼ਕਤੀ ਅਤੇ ਚੇਤਨਾ ਦੀ ਸ਼ਕਤੀ ਕਰਕੇ ਹੁੰਦਾ ਹੈ। ਇਹ ਚੇਤਨਾ ਇਸ ਕਲਪਨਾ ਅਤੇ ਤਵੱਜੋ ਦੇ ਅਨੁਭਵ ਨੂੰ ਪੈਦਾ ਕਰ ਸਕਦੀ ਹੈ ਅਤੇ ਇਹ ਇਹਨਾਂ ਦੋਵਾਂ ਨੂੰ ਇਕੱਠਾ ਵੀ ਕਰ ਸਕਦੀ ਹੈ। ਜੋ ਵੀ ਮੈਂ ਕਹਿ ਰਿਹਾ ਹਾਂ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ। ਇਹ ਸਾਡੇ ਸਾਰਿਆਂ ਕੋਲ ਹੈ। ਇੱਦਾਂ ਨਹੀਂ ਕਿ ਕੁਛ ਕੁਛ ਖਾਸ ਵਿਅਕਤੀ ਨੂੰ ਹੀ ਇਸ ਦਾ ਵਰਦਾਨ ਮਿਲਿਆ ਹੋਵੇ, ਉਸ ਇਨਸਾਨ ਨੂੰ ਇਸ ਦੀ ਦਾਤ ਮਿਲੀ ਹੋਵੇ, ਉਹ ਹੀ ਇੱਦਾਂ ਕਰ ਸਕਦਾ ਹੈ। ਨਹੀਂ, ਸਾਡੇ ਸਾਰਿਆਂ ਕੋਲ ਇਹ ਸਾਜੋ ਸਮਾਨ ਹੈ। ਸਾਨੂੰ ਸਭ ਨੂੰ ਇਸ ਦਾ ਵਰਦਾਨ ਮਿਲਿਆ ਹੋਇਆ ਹੈ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ। ਇਨਸਾਨਾਂ ਕੋਲ ਇਹ ਤਵੱਜੋ ਨੂੰ ਵਰਤਣ ਦਾ ਵਿਸ਼ੇਸ਼ ਤੋਹਫ਼ਾ ਹੁੰਦਾ ਹੈ। ਉਹ ਵਿਸ਼ੇਸ਼ ਤੋਹਫ਼ਾ ਕੀ ਹੈ ਕਿ ਅਸਾਂ ਤਾਂ ਆਪਣੀ ਤਵੱਜੋ ਨੂੰ ਵਰਤ ਸਕਦੇ ਹਾਂ, ਪਰ ਇੱਕ ਕੁੱਤਾ ਜਾਂ ਬਿੱਲੀ ਜਾਂ ਇੱਕ ਪੰਛੀ ਜਾਂ ਇੱਕ ਭੂਤ ਅਜਿਹਾ ਨਹੀਂ ਕਰ ਸਕਦੇ। ਇੱਦਾਂ ਕਿਵੇਂ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਖਾਸ ਤੋਹਫ਼ਾ ਹੈ ਪਰ ਉਹਨਾਂ ਕੋਲ ਨਹੀਂ? ਉਹਨਾਂ ਸਾਰਿਆਂ ਕੋਲ ਬ੍ਰਹਿਮੰਡ ਨੂੰ ਵੇਖਣ ਦੇ ਤੋਹਫ਼ੇ ਹਨ। ਉਹਨਾਂ ਸਾਰਿਆਂ ਕੋਲ ਜੀਵਨ ਜਿਉਣ ਦੀ ਦਾਤ ਹੈ। ਉਹ ਸਾਰੇ ਜਿਉਂਦੇ ਹਨ, ਚੇਤਨਾ ਰੱਖਦੇ ਹਨ, ਸਭ ਕੋਲ ਇੱਕ ਰੂਹ ਹੈ। ਤਾਂ ਫਿਰ ਇਹ ਅਨੋਖਾ ਤੋਹਫ਼ਾ ਕੀ ਹੋਇਆ? ਅਨੋਖਾ ਤੋਹਫ਼ਾ ਇਹ ਹੈ ਕਿ ਅਸੀਂ ਇਸ ਤੋਂ ਅਣਜਾਣ ਹਾਂ ਕਿ ਸਾਡੇ ਨਾਲ ਹੋਣ ਵਾਲਾ ਸਾਰਾ ਕੁਛ ਪਹਿਲਾਂ ਹੀ ਤੈਅ 'ਚ ਹੋ ਚੁੱਕਿਆ ਹੈ ਅਤੇ ਸਾਨੂੰ ਲੱਗਦਾ ਹੈ ਕਿ ਜੀਵਨ ਜਿਉਣ ਲਈ ਸਾਨੂੰ ਫੈਸਲੇ ਕਰਨੇ ਪੈਣਗੇ। ਸਾਡੇ ਕੋਲ ਸੁਤੰਤਰ ਮਰਜ਼ੀ ਜਾਂ ਫ੍ਰੀ ਵਿਲ ਦਾ ਅਨੁਭਵ ਹੈ। ਇਹ ਫ੍ਰੀ ਵਿਲ ਦਾ ਅਨੁਭਵ ਇੱਕ ਵਿਸ਼ੇਸ਼ ਕਿਸਮ ਦਾ ਤਜਰਬਾ ਪੈਦਾ ਕਰਦਾ ਹੈ ਅਤੇ ਸਾਨੂੰ ਸ਼ਕਤੀ ਦਿੰਦਾ ਹੈ। ਮੰਨ ਲਓ ਤੁਸੀਂ ਕਹਿੰਦੇ ਹੋ ਮੈਂ ਬੇਬਸ ਹਾਂ, ਤਾਂ ਤੁਹਾਡੇ ਵਿੱਚ ਕੋਈ ਸ਼ਕਤੀ ਨਹੀਂ ਰਹਿੰਦੀ। ਫਰਜ਼ ਕਰੋ ਤੁਸੀਂ ਕਹਿੰਦੇ ਹੋ ਨਹੀਂ ਮੈਂ ਇਹਨੂੰ ਕਰ ਸਕਦਾ ਹਾਂ, ਤਾਂ ਸ਼ਕਤੀ ਵਾਪਸ ਆ ਜਾਂਦੀ ਹੈ। ਫ੍ਰੀ ਵਿਲ ਨੂੰ ਅਨੁਭਵ ਕਰਨ ਦੀ ਸ਼ਕਤੀ, ਚਾਹੇ ਉਹ ਫ੍ਰੀ ਵਿਲ ਅਸਲੀ ਹੈ ਜਾਂ ਕਾਲਪਨਿਕ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਫੈਸਲਾ ਲੈ ਰਹੇ ਹੋ ਤਾਂ ਇਹ ਇੱਕ ਅਨੁਭਵ ਹੀ ਹੈ। ਤੁਸੀਂ ਇਸ ਨੂੰ ਚੁਣਿਆ, ਤੁਸੀਂ ਇਸ ਦਾ ਫੈਸਲਾ ਕੀਤਾ। ਇਹ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਅਤੇ ਸਿਰਫ ਮਨੁੱਖੀ ਸਰੀਰ ਵਿੱਚ ਸੰਭਵ ਹੈ। ਇਹ ਜਾਨਵਰਾਂ, ਪੌਦਿਆਂ, ਬੱਦਲਾਂ, ਵਸਤੂਆਂ ਨੂੰ ਉਪਲਬਧ ਨਹੀਂ ਹੈ, ਨਾ ਹੀ ਇਹ ਫਰਿਸ਼ਤਿਆਂ ਲਈ ਉਪਲਬਧ ਹੈ ਅਤੇ ਨਾ ਹੀ ਭੂਤ ਪ੍ਰੇਤਾਂ ਲਈ। ਇਹ ਉਹਨਾਂ ਲਈ ਸੰਭਵ ਨਹੀਂ ਕਿਉਂਕਿ ਉਹ ਜਾਣ ਸਕਦੇ ਹਨ ਕਿ ਅੱਗੇ ਕੀ ਹੋਣ ਵਾਲਾ ਹੈ ਅਤੇ ਸਾਨੂੰ ਇਸ ਦਾ ਕੋਈ ਪਤਾ ਨਹੀਂ ਹੁੰਦਾ। ਹੈ ਨਾ ਅਜੀਬ ਗੱਲ ਕਿ ਅਜਿਹੇ ਮਹੱਤਵਪੂਰਨ ਤੋਹਫ਼ੇ ਦਾ ਆਧਾਰ ਅਗਿਆਨਤਾ ਹੈ। ਮੈਂ ਕਿਸੇ ਨੂੰ ਕਹਿੰਦੇ ਸੁਣਿਆ ਅਗਿਆਨਤਾ ਵਿੱਚ ਆਨੰਦ ਹੈ। ਮੈਨੂੰ ਨਹੀਂ ਸੀ ਪਤਾ ਕਿ ਅਗਿਆਨਤਾ ਵਿੱਚ ਇਤਨੀ ਖੁਸ਼ੀ ਹੁੰਦੀ ਹੈ।
ਕੇਵਲ ਇਸ ਕਰਕੇ ਕਿ ਤੁਸੀਂ ਇਸ ਨੂੰ ਨਹੀਂ ਜਾਣਦੇ ਕਿ ਕੀ ਹੋਣ ਵਾਲਾ ਹੈ। ਜੇ ਸਾਡੇ ਨਾਲ ਬੈਠੇ ਕਿਸੇ ਵਿਅਕਤੀ ਨੂੰ ਪਤਾ ਹੋਵੇ ਕਿ ਅਸੀਂ ਕੀ ਫੈਸਲਾ ਕਰਨ ਜਾ ਰਹੇ ਹਾਂ, ਕਿਉਂਕਿ ਉਸ ਨੂੰ ਸਾਡੇ ਭਵਿੱਖ ਬਾਰੇ ਗਿਆਨ ਹੈ, ਤਾਂ ਉਹ ਚੁੱਪ ਰਹਿੰਦਾ ਹੈ, ਵੇਖਦਾ ਰਹਿੰਦਾ ਹੈ। ਮੈਂ ਕਹਿੰਦਾ ਹਾਂ, ਮੈਨੂੰ ਫੈਸਲਾ ਕਰਨਾ ਪਵੇਗਾ ਕਿ ਮੈਂ ਖੱਬੇ ਜਾਵਾਂ ਕਿ ਸੱਜੇ। ਮੈਂ ਸੱਜੇ ਨੂੰ ਜਾਵਾਂਗਾ। ਉਹ ਨਹੀਂ, ਮੈਨੂੰ ਜ਼ਰੂਰ ਸੱਜੇ ਜਾਣਾ ਚਾਹੀਦਾ ਹੈ। ਉਸ ਨੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਮੈਂ ਸੱਜੇ ਜਾਊਂਗਾ। ਉਹ ਦੇਖ ਚੁੱਕਾ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇਹ ਫੈਸਲਾ ਆਪਣੀ ਸੁਤੰਤਰ ਮਰਜ਼ੀ ਜਾਂ ਫ੍ਰੀ ਵਿਲ ਅਨੁਸਾਰ ਕੀਤਾ। ਇਸ ਫ੍ਰੀ ਵਿਲ ਨੇ ਮੇਰੀ ਚੇਤਨਾ 'ਤੇ ਕੀ ਅਸਰ ਕੀਤਾ? ਇਸ ਨੇ ਮੈਨੂੰ ਫੈਸਲਾ ਲੈਣ ਦੀ ਸ਼ਕਤੀ ਦਿੱਤੀ। ਇਸ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਦੇ ਅਜੀਬ ਅਨੁਭਵ ਨੂੰ ਸੁਤੰਤਰ ਮਰਜ਼ੀ ਜਾਂ ਫ੍ਰੀ ਵਿਲ ਕਿਹਾ ਜਾਂਦਾ ਹੈ। ਇਸ ਦਾ ਸਾਡੇ ਆਪਣੇ ਆਪ ਦੀ ਖੋਜ 'ਤੇ ਕੀ ਪ੍ਰਭਾਵ ਪੈਂਦਾ ਹੈ? ਇਹ ਫ੍ਰੀ ਵਿਲ ਸਾਨੂੰ ਜਗਿਆਸੂ ਬਣਾਉਂਦੀ ਹੈ। ਇਹ ਸਾਨੂੰ ਜਗਿਆਸੂ, ਖੋਜਕਰਤਾ ਅਤੇ ਅਭਿਆਸ ਕਰਨ ਵਾਲਾ ਬਣਾਉਂਦੀ ਹੈ। ਉਸ ਤੋਂ ਬਿਨਾਂ ਅਸੀਂ ਇਹ ਕੁਝ ਨਹੀਂ ਕਰ ਸਕਦੇ। ਅਸੀਂ ਅਭਿਆਸ ਇਸ ਕਰਕੇ ਨਹੀਂ ਕਰਦੇ ਕਿ ਇਹ ਲਾਜ਼ਮੀ ਹੈ, ਅਸੀਂ ਮਰਜ਼ੀ ਨਾਲ ਅਭਿਆਸ ਕਰਦੇ ਹਾਂ। ਜਦੋਂ ਅਸੀਂ ਅਭਿਆਸ ਕਰਨ ਦਾ ਫੈਸਲਾ ਕਰਦੇ ਹਾਂ ਤਾਂ ਅਸੀਂ ਇਸ ਫ੍ਰੀ ਵਿਲ ਦੇ ਅਨੁਭਵ ਨੂੰ ਵਰਤ ਰਹੇ ਹੁੰਦੇ ਹਾਂ। ਇਸ ਲਈ ਇਹ ਫ੍ਰੀ ਵਿਲ ਇੱਕ ਬਹੁਤ ਚੰਗੀ ਚੀਜ਼ ਹੈ। ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੰਨੀ ਅਸਲੀ ਜਾਂ ਨਕਲੀ ਹੈ। ਲੋਕ ਕਹਿੰਦੇ ਹਨ ਕਿ ਫ੍ਰੀ ਵਿਲ ਹੁੰਦੀ ਹੀ ਨਹੀਂ, ਕਿਉਂਕਿ ਭਵਿੱਖ ਪਹਿਲਾਂ ਤੋਂ ਹੀ ਤੈਅ ਹੈ। ਮੈਂ ਸਹਿਮਤ ਹਾਂ, ਪਰ ਸਾਨੂੰ ਅਜਿਹਾ ਅਨੁਭਵ ਨਹੀਂ ਹੁੰਦਾ। ਅਸੀਂ ਇਸ ਨੂੰ ਅਸਲ ਸਮਝਦੇ ਹਾਂ। ਅਸੀਂ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਾਰੀ ਦੁਨੀਆ ਹੀ ਝੂਠ ਹੈ, ਸਾਨੂੰ ਜਿਉਣਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਸੀਂ ਇਸ ਦੁਨੀਆ ਨੂੰ ਅਸਲੀ ਅਨੁਭਵ ਕਰਦੇ ਹਾਂ, ਇਸ ਲਈ ਅਸੀਂ ਇਸ ਵਿੱਚ ਜਿਉਂਦੇ ਹਾਂ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਸਰੀਰ ਝੂਠ ਹੈ, ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਪਰ ਫਿਰ ਜਦੋਂ ਦਰਦ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ, ਨਹੀਂ, ਇਹ ਅਸਲੀ ਹੈ। ਕੀ ਸਾਨੂੰ ਚੀਜ਼ਾਂ ਨੂੰ ਅਸਲੀ ਬਣਾਉਣ ਲਈ ਹਮੇਸ਼ਾ ਦਰਦ ਦੀ ਜ਼ਰੂਰਤ ਪੈਂਦੀ ਹੈ? ਇੱਕ ਵਿਅਕਤੀ ਨੇ ਇਸ ਬਾਰੇ ਇੱਕ ਕਿਤਾਬ ਲਿਖੀ ਹੈ, ਜਿਸ ਵਿੱਚ ਉਸਨੇ ਕਿਹਾ ਕਿ ਅਸਲੀਅਤ ਅਨੁਭਵ ਕਰਨ ਲਈ ਦਰਦ ਦਾ ਹੋਣਾ ਜ਼ਰੂਰੀ ਹੈ। ਹਕੀਕਤ ਦੀ ਸਾਡੀ ਧਾਰਨਾ ਉੱਤੇ ਇਹ ਇੱਕ ਬਹੁਤ ਉਦਾਸਹੀਨ ਟਿੱਪਣੀ ਹੈ ਕਿ ਸਾਨੂੰ ਕਿਸੇ ਚੀਜ਼ ਨੂੰ ਅਸਲੀ ਕਹਿਣ ਲਈ ਦਰਦ ਮਹਿਸੂਸ ਕਰਨਾ ਜ਼ਰੂਰੀ ਹੈ। ਨਹੀਂ ਤਾਂ ਅਸੀਂ ਕੁਝ ਦੇਰ ਲਈ ਇਸ ਨੂੰ ਝੂਠ ਸਮਝ ਸਕਦੇ ਹਾਂ ਕਿ ਇਹ ਅਸਲੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਅਸੀਂ ਇੱਕ ਸਮੇਂ 'ਤੇ ਇੱਕ ਹੀ ਹਕੀਕਤ ਘੜ ਸਕਦੇ ਹਾਂ, ਅਤੇ ਜਦੋਂ ਅਸੀਂ ਸਥੂਲ ਸਰੀਰ ਦੇ ਪਰਦੇ ਵਿੱਚ ਹੁੰਦੇ ਹਾਂ ਤਾਂ ਉਸ ਸਮੇਂ ਸਥੂਲ ਸੰਸਾਰ ਹੀ ਕੇਵਲ ਇੱਕੋ ਇੱਕ ਅਸਲੀਅਤ ਲੱਗਦਾ ਹੈ, ਬਾਕੀ ਸਭ ਕੁਝ ਖੋਜਣਾ ਪੈਂਦਾ ਹੈ। ਇਸ ਲਈ ਇਸ ਸਥੂਲ ਹਕੀਕਤ ਵਿੱਚ ਹੋਣ ਦੇ ਦੌਰਾਨ ਅਸੀਂ ਸਥੂਲ ਸਾਧਨਾਂ ਦੀ ਵਰਤੋਂ ਕਰਦੇ ਹਾਂ। ਇਹਨਾਂ ਸਥੂਲ ਸਾਧਨਾਂ ਵਿੱਚ ਫ੍ਰੀ ਵਿਲ ਦਾ ਅਨੁਭਵ ਵੀ ਸ਼ਾਮਲ ਹੈ। ਫ੍ਰੀ ਵਿਲ ਕਰਕੇ ਅਸੀਂ ਅਭਿਆਸ ਕਰਦੇ ਹਾਂ, ਫ੍ਰੀ ਵਿਲ ਕਰਕੇ ਅਸੀਂ ਕਲਪਨਾ ਕਰਦੇ ਹਾਂ, ਫ੍ਰੀ ਵਿਲ ਕਰਕੇ ਅਸੀਂ ਇਹ ਸਭ ਕੁਝ ਕਰਦੇ ਹਾਂ। ਆਓ, ਜਦੋਂ ਤੱਕ ਸਾਡੇ ਕੋਲ ਇਹ ਹੈ, ਇਸ ਦਾ ਇਸਤੇਮਾਲ ਕਰੀਏ। ਚਾਹੇ ਇਹ ਅਗਿਆਨਤਾ ਕਰਕੇ ਮਿਲੀ ਹੈ ਜਾਂ ਇਹ ਕਿਸੇ ਖਾਸ ਕਿਸਮ ਦੀ ਗੁੰਝਲਦਾਰ ਯੋਜਨਾ ਕਰਕੇ ਸਾਨੂੰ ਮਿਲੀ ਹੈ, ਖੈਰ, ਇਹ ਜਿਵੇਂ ਵੀ ਸਾਨੂੰ ਮਿਲੀ ਹੈ, ਇਹ ਸਾਡੇ ਕੋਲ ਹੈ। ਇਸ ਲਈ ਅਸੀਂ ਆਪਣੀ ਮਰਜ਼ੀ ਅਨੁਸਾਰ ਅਭਿਆਸ ਕਰਦੇ ਹਾਂ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਮਰਜ਼ੀ ਸੱਚ ਨਹੀਂ ਸੀ। ਕੋਈ ਫਰਕ ਨਹੀਂ ਪੈਂਦਾ, ਅਸੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਦੇ ਹਾਂ। ਇਸੇ ਕਰਕੇ ਇਹ ਫ੍ਰੀ ਵਿਲ ਬਹੁਤ ਡੂੰਘਾ ਵਿਸ਼ਾ ਹੈ ਜਿਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਮੈਂ ਕਦੀ ਬਾਅਦ ਵਿੱਚ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ, ਪਰ ਹੁਣ ਅਸੀਂ ਆਪਣੀ ਫ੍ਰੀ ਵਿਲ, ਜੋ ਵੀ ਉਹ ਹੈ, ਉਸ ਦੀ ਵਰਤੋਂ ਆਪਣੇ ਆਪ ਦਾ ਆਪਣੀਆਂ ਅੱਖਾਂ ਪਿੱਛੇ ਹੋਣ ਦੀ ਕਲਪਨਾ ਕਰਨ ਲਈ ਕਰਾਂਗੇ। ਅਜਿਹਾ ਕਰਨ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਵਿੱਚੋਂ ਕਿੰਨੇ ਜਾਣੇ ਪਹਿਲਾਂ ਮੇਰੇ ਨਾਲ ਇਸ ਤਰ੍ਹਾਂ ਦੀ ਵਰਕਸ਼ਾਪ ਲਗਾ ਚੁੱਕੇ ਹਨ। ਤੁਹਾਡੇ ਵਿੱਚੋਂ ਕਿੰਨੇ ਪਹਿਲੀ ਵਾਰ ਆਏ ਹਨ? ਠੀਕ ਹੈ, ਧੰਨਵਾਦ। ਕਿਉਂਕਿ ਬਹੁਤ ਸਾਰੇ ਲੋਕ ਪਹਿਲੀ ਵਾਰ ਆਏ ਹਨ, ਇਸ ਲਈ ਮੈਂ ਕੁਝ ਆਰੰਭਿਕ ਕਿਰਿਆਵਾਂ ਕਰਨ ਜਾ ਰਿਹਾ ਹਾਂ ਜੋ ਸਾਨੂੰ ਤਵੱਜੋ ਦੀ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਮਦਦ ਕਰਨਗੇ। ਇਹਨਾਂ ਨਾਲ ਸਾਨੂੰ ਪਤਾ ਲੱਗੂ ਕਿ ਤਵੱਜੋ ਕਿਸ ਤਰ੍ਹਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੀ ਹੈ। ਇਸ ਲਈ ਪਹਿਲਾਂ ਅਸੀਂ ਕੁਝ ਪ੍ਰਯੋਗ ਕਰਾਂਗੇ ਅਤੇ ਫਿਰ ਅਭਿਆਸ ਵੱਲ ਤੁਰਾਂਗੇ। ਪਹਿਲੇ ਪ੍ਰਯੋਗ ਨੂੰ ਸੰਤਰੇ ਦੇ ਜੂਸ ਵਾਲਾ ਪ੍ਰਯੋਗ ਕਿਹਾ ਜਾਂਦਾ ਹੈ। ਜਿਹੜੇ ਇਹ ਕਰ ਚੁੱਕੇ ਹਨ, ਤੁਹਾਡੇ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਇਹ ਚੰਗਾ ਲੱਗਾ?
वाह, चंगी राय है। किन्ने लोगों ने बिल्कुल पसंद नहीं आया? कोई नकारात्मक वर्ड नहीं। ये एक दिलचस्प प्रयोग है अते ये साडे शरीर अते साडी तवज्जो बारे एक तजर्बा है। असी हुण कल्पना करांगे कि साडा शरीर कच दा बनया है। ये शरीर एक शीशे दा गलास है, अंदरों खोखला है। असी इस विच कल्पना नाल संतरे दा जूस भरांगे। असी इस नूं अपने पैरां दीआं तलियां तों, पैरां दीआं उंगलां तों, शरीर दे हर हिस्से, हत्थां दीआं उंगलां, बाहवां तक, सिर तों उपर सिर दी चोटी तक भरांगे। ख्याल रखांगे कि कोई हिस्सा खाली ना रहे। जदों भर जावे तां मुड़ चैक करो कि शरीर दा हर हिस्सा जूस नाल भर गया है। अते फिर मैं तुहानूं निर्देश देऊंगा कि की करना है, क्योंकि इस गिलास दे शरीर विच हत्थां दीआं उंगलां ते कुछ वाल्व हन। जदों तुसीं इन्हां नूं दबोगे तां संतरे दा जूस बाहर निकलेगा। जे हल्का दबोगे तां तुपका तुपका करके निकलूगा, अते जे जोर नाल दबोगे तां तेज निकलेगा। इस तर्हां साडे पैरां दीआं उंगलियां विच वी वाल्व हन। जदों तुसीं पैरां दीआं उंगलियां नूं फर्श ते दबाओगे तां संतरे दा जूस बाहर निकल आवेगा। जदों तुसीं नहीं दबाओगे तां ये अंदर रहेगा। ये एक वधिया वाल्व है। ये संतरे दे जूस दे प्रवाह नूं रोकदा है। हुण मैं तुहानूं निर्देश देवांगा कि वाल्व नूं कदों दबना है। इस दौरान अपनी अखां बंद कर लो। बंद अखां नाल ये करना आसान हुंदा है। अपनियां अखां बंद करो अते कल्पना करो कि तुहाडा शरीर कच दा बनिया होया है। फिर कल्पना करो कि पैरां तों लै के सिर तक इस संतरे दे जूस नाल हौली हौली भर रहा है। इस जूस दे सतह नूं उत्ते जांदे होए देखो। संतरे दे जूस दी दुनिया तो बाद वापस इस वर्कशॉप विच तुहाडे विचों किन्ने इस प्रयोग नूं सफलता नाल कर सके? बहुत अच्छा। तुहाडे विचों किन्नियां नूं मुश्किल आई? बहुत ज़्यादा ने। इस नूं करन दा की मकसद सी? असी ये क्यों कीता? असी ये अपने आप नूं दर्शाउण लई कीता कि असी अपनी तवज्जो नूं अपने शरीर दे किसी भी भाग ते जिथे चाहिए उत्थे ले जा सकते हैं। असी अपनी तवज्जो नूं सिर तों पैर तक शरीर दे वक्ख वक्ख अंगां विच ले जा सकते हैं। असी अपनी तवज्जो नूं जिथे चाहिए उत्थे रख सकते हैं। साडे कोल अपने अंदर देखण दी शक्ति है। असी की वरत रहे सी? असी सिर्फ दो चीज़ां वरत रहे सी, कल्पना अते तवज्जो। बस यही दो चीज़ां। असरदार चंगे अभ्यास लई सानू इन्हां दोनों की लोड़ है। इस प्रयोग ने यह दर्शाया कि साडे कोल अभ्यास विच सफलता प्राप्त करन लई जरूरी साधन मौजूद हन। असी कल्पना कर सकते हाँ अते जिथे भी चाहिए उत्थे अपनी तवज्जो लगा सकते हाँ। चंगे अभ्यास लई इस तों इलावा होर कुछ भी नहीं चाहिए। इस लई इस नकली काल्पनिक संतरे दे यूस दे प्रयोग नाल यह सिट्टा निकलिया कि तुसी सारे अभ्यास करन दे समर्थ हो। प्रयोग दे अंत विच तुहाडे विचों किन्ने कोई जाणिया ने महसूस किया कि संतरे दा जूस अजे भी शरीर दे अंदर चिपकिया रह गया है? यह इस गल दा चंगा संकेत है कि स्थूल शरीर दे उस हिस्से जिथे जूस चिपकिया रह गया सी नूं डॉक्टरी सहायता दी जरूरत है। यह इस गल दा चंगा संकेत है कि स्थूल शरीर दे उस हिस्से जिथे जूस चिपकिया रह गया सी उस नूं डॉक्टरी सहायता की जरूरत है। ये स्वै जांच की भी विधि है जिस नाल तुहानूं पता लग सकता है कि तवज्जो कित्थे अटक रही है। मैं कोई डॉक्टरी सलाह नहीं दे रहा, मैं तो सिर्फ ये कह रहा हाँ कि होर विधियां तो अलावा यह भी एक वधिया जांच विधि है। एक बार जदों तुहानूं पता लग जाओ कि कल्पना किवें करनी है तां तुसीं जाण पाओगे कि अभ्यास विच इसे प्रकार की कल्पना वरतों जा सकती है। तुसीं किते नहीं सी गए, मैं कहा सी जे कुछ रह गया है तां अपने सिर नूं हिलाओ, अपने हत्थां नूं हिलाओ। तुसीं उन्हां नूं नहीं सी हिलाया, तुसीं महसूस किया सी कि तुसीं उन्हां नूं हिलाया। यह कल्पना अते तवज्जो की वरतों का एक बहुत वधिया प्रयोग सी। एक होर प्रयोग यह ज्ञान इंद्रिया का प्रयोग है। इस प्रयोग विच दोबारा असी अपनियां अखां बंद करांगे अते कल्पना करांगे। ये पहला किए हुए प्रयोग की वरतों शुरू करना है। असी कल्पना करांगे कि
ਕਿ ਅਸੀਂ ਆਪਣੇ ਸਿਰ ਵਿੱਚ ਬੈਠੇ ਹਾਂ। ਇਸ ਨੂੰ ਆਸਾਨ ਬਣਾਉਣ ਲਈ ਪਹਿਲਾਂ ਅਸੀਂ ਕਲਪਨਾ ਕਰਾਂਗੇ ਕਿ ਸਰੀਰ ਇੱਕ ਕੱਚ ਦਾ ਗਲਾਸ ਨਹੀਂ, ਬਲਕਿ ਇਸ ਸਮੇਂ ਇੱਕ ਘਰ ਹੈ। ਇਸ ਘਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਇਸ ਵਿੱਚ ਕੁਝ ਅਜੀਬ ਪ੍ਰਕਾਰ ਦੇ ਭਾਗ ਜੁੜੇ ਹੋਏ ਹਨ ਜਿਨ੍ਹਾਂ ਨੂੰ ਅਸੀਂ ਬਾਹਾਂ ਅਤੇ ਲੱਤਾਂ ਕਹਿੰਦੇ ਹਾਂ, ਪਰ ਮੁੱਖ ਘਰ ਸਾਡਾ ਧੜ ਹੈ ਜੋ ਇਸ ਸਮੇਂ ਕੁਰਸੀ 'ਤੇ ਜਾਂ ਕਿਧਰੇ ਫਰਸ਼ ਉੱਤੇ ਬੈਠਾ ਹੋਇਆ ਹੈ। ਇਹ ਧੜ ਹੈ ਜੋ ਸਿੱਧਾ ਬੈਠਾ ਹੈ। ਘਰ ਦੀਆਂ ਬਹੁਤ ਸਾਰੀਆਂ ਮੰਜ਼ਲਾਂ ਹਨ। ਇਸ ਦੀ ਇੱਕ ਹੇਠਲੀ ਮੰਜ਼ਲ ਹੈ, ਇੱਕ ਜ਼ਮੀਨੀ ਮੰਜ਼ਲ ਹੈ, ਇੱਕ ਬੇਸਮੈਂਟ ਹੈ, ਫਿਰ ਜਨਨ ਅੰਗਾਂ ਦੇ ਪੱਧਰ 'ਤੇ ਇੱਕ ਹੋਰ ਮੰਜ਼ਲ ਹੈ, ਨਾਭੀ ਦੇ ਪੱਧਰ 'ਤੇ ਇੱਕ ਹੋਰ ਮੰਜ਼ਲ ਹੈ, ਦਿਲ ਦੇ ਪੱਧਰ 'ਤੇ ਇੱਕ ਹੋਰ ਮੰਜ਼ਲ ਹੈ, ਗਲੇ ਦੇ ਪੱਧਰ 'ਤੇ ਇੱਕ ਹੋਰ ਮੰਜ਼ਲ ਹੈ, ਅੱਖਾਂ 'ਤੇ ਸਭ ਤੋਂ ਉੱਪਰਲੀ ਮੰਜ਼ਲ ਹੈ, 6ਵੀਂ ਮੰਜ਼ਲ। ਹੁਣ ਅਸੀਂ ਸਿਰਫ 6ਵੀਂ ਮੰਜ਼ਲ 'ਤੇ ਬੈਠਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸਾਰੀ ਜ਼ਿੰਦਗੀ ਦੂਜੀਆਂ ਮੰਜ਼ਿਲਾਂ ਵਿਚਕਾਰ ਕਾਫੀ ਸਫ਼ਰ ਕਰਦੇ ਰਹੇ ਹਾਂ, ਉੱਪਰ ਤੋਂ ਹੇਠਾਂ, ਹੇਠਾਂ ਤੋਂ ਉੱਪਰ, ਸਾਰੀ ਜ਼ਿੰਦਗੀ ਇਹੀ ਸਫ਼ਰ ਚੱਲਦਾ ਰਿਹਾ। ਤੁਸੀਂ ਦੇਖੋਗੇ ਕਿ ਸਾਡੀ ਤਵੱਜੋ ਹਰ ਸਮੇਂ ਇਹਨਾਂ ਵਿੱਚ ਹੀ ਘੁੰਮਦੀ ਰਹੀ। ਜੇ ਇਹ ਘਰ ਹੁੰਦਾ ਤਾਂ ਅਸੀਂ ਸਾਰਾ ਸਮਾਂ ਇਹਨਾਂ ਮੰਜ਼ਿਲਾਂ ਵਿੱਚ ਹੀ ਘੁੰਮਦੇ ਰਹੇ, ਉੱਪਰ ਤੋਂ ਹੇਠਾਂ, ਹੇਠਾਂ ਤੋਂ ਉੱਪਰ, ਕਦੇ ਸਾਹਮਣੇ ਦੀਆਂ ਪੌੜੀਆਂ ਰਾਹੀਂ, ਕਦੇ ਪਿੱਛੇ ਦੀ ਰੀੜ੍ਹ ਦੀ ਹੱਡੀ ਦੀ ਲਿਫਟ ਰਾਹੀਂ, ਪਰੰਤੂ ਅਸੀਂ ਇਹ ਕੁਝ ਹੀ ਕਰਦੇ ਆਏ ਹਾਂ। ਅਸੀਂ ਕਦੇ ਵੀ 6ਵੀਂ ਮੰਜ਼ਿਲ 'ਤੇ ਨਹੀਂ ਬੈਠੇ। ਇਹ 6ਵੀਂ ਮੰਜ਼ਿਲ ਅੱਖਾਂ ਦੇ ਪਿੱਛੇ ਹੈ ਅਤੇ ਅੱਖਾਂ ਤੋਂ ਉੱਪਰ ਸਿਰ ਦਾ ਸਾਰਾ ਭਾਗ ਇਸ 6ਵੀਂ ਮੰਜ਼ਿਲ ਦਾ ਹਿੱਸਾ ਹੈ। ਹੁਣ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਸ ਪ੍ਰਯੋਗ ਦੌਰਾਨ ਹੇਠਲੀਆਂ ਮੰਜ਼ਿਲਾਂ 'ਤੇ ਜਾਣ ਦੀ ਸਾਡੀ ਪੁਰਾਣੀ ਆਦਤ ਕਰਕੇ ਅਸੀਂ ਹੇਠਾਂ ਨਾਲ ਧੱਸ ਜਾਈਏ। ਇਸ ਲਈ ਅਸੀਂ ਆਪਣੀਆਂ ਅੱਖਾਂ ਦੇ ਪਿੱਛੇ ਇੱਕ ਬਹੁਤ ਮਜ਼ਬੂਤ ਫਰਸ਼ ਬਣਾਵਾਂਗੇ, ਜਿਵੇਂ ਸਟੀਲ ਜਾਂ ਕੌਂਕਰੀਟ ਜਾਂ ਕੋਈ ਵੀ ਮਜ਼ਬੂਤ ਵਸਤੂ, ਤਾਂ ਕਿ ਜਦੋਂ ਅਸੀਂ ਬੈਠੀਏ ਅਸੀਂ ਨੀਚੇ ਨਾ ਧੱਸ ਜਾਈਏ। ਮੈਂ ਪਿਛਲੀਆਂ ਆਦਤਾਂ ਨੂੰ ਦੇਖ ਕੇ ਕਹਿ ਸਕਦਾ ਹਾਂ ਕਿ ਇਹ ਨੀਚੇ ਜਾਣ ਦਾ ਝੁਕਾਅ ਬਹੁਤ ਤੇਜ਼ ਹੋਵੇਗਾ। ਜੇ ਅਸੀਂ ਮਜ਼ਬੂਤ ਫਰਸ਼ ਬਣਾ ਲਈਏ ਤਾਂ ਅੱਖਾਂ ਤੋਂ ਨੀਚੇ ਨਹੀਂ ਜਾਵਾਂਗੇ ਅਤੇ ਕਾਮਯਾਬ ਹੋਵਾਂਗੇ। ਹੁਣ ਉਸ ਮੰਜ਼ਿਲ 'ਤੇ ਅਸੀਂ ਇੱਕ ਆਰਾਮਦਾਇਕ ਕੁਰਸੀ ਲਵਾਂਗੇ। ਇਹ ਕੁਰਸੀ ਜਿਸ 'ਤੇ ਤੁਸੀਂ ਬੈਠੇ ਹੋ ਉਸ ਤੋਂ ਵੀ ਜ਼ਿਆਦਾ ਵਧੀਆ। ਇਹ ਕਾਲਪਨਿਕ ਕੁਰਸੀ ਹੈ, ਮੁਫਤ ਹੈ। ਕੋਈ ਵੀ ਕੁਰਸੀ ਲਓ, ਸਭ ਤੋਂ ਵਧੀਆ ਕੁਰਸੀ ਲਓ ਜਿਸ 'ਤੇ ਤੁਸੀਂ ਆਰਾਮ ਨਾਲ ਬੈਠ ਸਕੋ ਅਤੇ ਕਲਪਨਾ ਦੁਆਰਾ ਉਸ ਨੂੰ 6ਵੀਂ ਮੰਜ਼ਿਲ ਦੇ ਵਿਚਕਾਰ ਰੱਖੋ। ਅਤੇ ਫਿਰ ਅਸੀਂ ਇੱਕ ਛੋਟਾ ਜਿਹਾ ਸਾਈਡ ਟੇਬਲ ਲਵਾਂਗੇ ਜਿਵੇਂ ਮੇਰੇ ਕੋਲ ਹੈ, ਜਿਸ ਉੱਪਰ ਕੁਝ ਫੁੱਲ ਪਏ ਹਨ ਅਤੇ ਇੱਕ ਪਾਣੀ ਦਾ ਕੱਪ ਪਿਆ ਹੈ। ਹੁਣ ਆਪਣੇ ਇਸ ਕਾਲਪਨਿਕ ਟੇਬਲ ਨੂੰ ਅੰਦਰ ਆਪਣੀ ਕੁਰਸੀ ਦੇ ਇੱਕ ਪਾਸੇ ਰੱਖੋ। ਉਸ ਉੱਪਰ ਟੇਬਲ ਉੱਤੇ ਫੁੱਲਾਂ ਦਾ ਇੱਕ ਗੁੱਛਾ ਰੱਖੋ। ਜ਼ਰੂਰੀ ਨਹੀਂ ਕਿ ਇਹੋ ਜਿਹਾ ਫੁੱਲਦਾਨ, ਕੋਈ ਵੀ ਆਪਣੀ ਪਸੰਦ ਦਾ ਫੁੱਲਦਾਨ, ਇਹ ਸਭ ਕਾਲਪਨਿਕ ਹੈ। ਤੁਸੀਂ ਜਿੰਨਾ ਵਧੀਆ ਚਾਹੁੰਦੇ ਹੋ ਉਸ ਦੀ ਕਲਪਨਾ ਕਰ ਸਕਦੇ ਹੋ। ਵਧੀਆ ਫੁੱਲਦਾਨ, ਵਧੀਆ ਫੁੱਲ ਅਤੇ ਇੱਕ ਕੱਪ। ਜ਼ਰੂਰੀ ਨਹੀਂ ਕਿ ਉਸ ਕੱਪ ਵਿੱਚ ਪਾਣੀ ਹੋਵੇ, ਕੁਛ ਵੀ ਹੋ ਸਕਦਾ ਹੈ ਜੋ ਤੁਹਾਨੂੰ ਪਸੰਦ ਹੈ। ਫਿਰ ਇੱਕ ਛੋਟੀ ਜਿਹੀ ਪਲੇਟ ਮੇਜ਼ ਉੱਪਰ ਰੱਖੋ। ਮੇਰੇ ਮੇਜ਼ 'ਤੇ ਪਲੇਟ ਨਹੀਂ, ਪਰ ਤੁਸੀਂ ਆਪਣੇ ਮੇਜ਼ 'ਤੇ ਰੱਖੋ। ਉਸ ਵਿੱਚ ਇੱਕ ਸਨੈਕ ਰੱਖੋ, ਸਭ ਤੋਂ ਸਵਾਦੀ ਸਨੈਕ ਜਿਸ ਬਾਰੇ ਵੀ ਤੁਸੀਂ ਸੋਚ ਸਕਦੇ ਹੋ ਜਾਂ ਕਲਪਨਾ ਕਰ ਸਕਦੇ ਹੋ। ਇਹ ਸਾਡੇ ਪ੍ਰਯੋਗ ਨੂੰ ਸ਼ੁਰੂ ਕਰਨ ਦੀ ਚੰਗੀ ਸੈਟਿੰਗ ਹੈ। ਸੋ ਆਪਣੀ ਅੱਖਾਂ ਬੰਦ ਕਰੋ ਅਤੇ ਇਸ ਨੂੰ ਸਥਾਪਿਤ ਕਰੋ। ਮੈਨੂੰ ਦੱਸੋ ਕਿ ਤੁਸੀਂ ਇਸ ਪ੍ਰਯੋਗ ਨੂੰ ਸਫਲਤਾਪੂਰਵਕ ਕਰ ਸਕੇ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਉਹ ਫੁੱਲ ਦੇਖੇ ਜੋ ਕਲਪਨਾ ਕੀਤੇ ਫੁੱਲਾਂ ਤੋਂ ਵੱਖਰੇ ਸਨ? ਬਹੁਤ ਚੰਗਾ। ਕਿੰਨਿਆਂ ਨੇ ਨਵੇਂ ਫੁੱਲ ਦੇਖੇ ਜੋ ਉਹਨਾਂ ਨੇ ਪਹਿਲਾਂ ਕਦੇ ਨਹੀਂ ਸਨ ਵੇਖੇ? ਓ ਬਹੁਤ ਅੱਛਾ। ਘੱਟੋ ਘੱਟ ਕੋਈ ਨਵੀਂ ਚੀਜ਼ ਤਾਂ ਸਾਹਮਣੇ ਆਈ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਫੁੱਲਾਂ ਨੂੰ ਸੁੰਘਿਆ ਅਤੇ ਉਹਨਾਂ ਦੀ ਸੁਗੰਧ ਲਈ? ਬਹੁਤ ਅੱਛਾ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਇੱਕ ਅਜਿਹੀ ਸੁਗੰਧੀ ਲੱਤੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੀ ਲਈ? ਬਹੁਤ ਅੱਛਾ। ਤੁਹਾਡੇ ਵਿੱਚੋਂ ਕਿੰਨਾ ਲੋਕਾਂ ਨੇ ਐਸੀ ਚੀਜ਼ ਪੀਤੀ ਜਿਸ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਪੀਤਾ? ਨਵਾਂ ਡਰਿੰਕ, ਵਧੀਆ। ਤੁਹਾਡੇ ਵਿੱਚੋਂ ਕਿੰਨੇ ਕੁ ਜਾਣਿਆਂ ਨੇ ਦੇਖਿਆ ਕਿ ਜਦੋਂ ਤੁਸੀਂ ਇਹਨਾਂ ਨੂੰ ਦੇਖ ਰਹੇ ਸੀ ਤਾਂ ਕੋਈ ਚੀਜ਼ ਬਦਲ ਗਈ, ਫੁੱਲ ਜਾਂ ਡਰਿੰਕ? ਵਾਹ ਬਹੁਤ ਵਧੀਆ। ਸਥੂਲ ਸਰੀਰ ਵਿੱਚ ਇਹ ਨਹੀਂ ਬਦਲਦੇ, ਕੀ ਉੱਥੇ ਕੁਛ ਹੋਰ ਵੀ ਵਾਪਰਿਆ? ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਸਨੈਕ ਦਾ ਆਨੰਦ ਮਾਣਿਆ? ਬਹੁਤ ਚੰਗਾ।
ਤੁਹਾਡੇ ਵਿੱਚੋਂ ਕਿੰਨੇ ਜਾਣੇ ਦੇ ਮੂੰਹ ਵਿੱਚ ਹੱਲੇ ਵੀ ਸਨੈਕ ਦਾ ਸਵਾਦ ਕਾਇਮ ਹੈ? ਬਹੁਤ ਅੱਛਾ। ਅਸੀਂ ਇਹ ਪ੍ਰਯੋਗ ਕਿਉਂ ਕੀਤਾ? ਅਸੀਂ ਇਹ ਦਰਸਾਉਣ ਲਈ ਕੀਤਾ ਕਿ ਇਹ ਗਿਆਨ ਇੰਦਰੀਆਂ ਇਹਨਾਂ ਸਥੂਲ ਇੰਦਰੀਆਂ 'ਤੇ ਨਹੀਂ ਨਿਰਭਰ ਕਰਦੀਆਂ ਅਤੇ ਸੁਤੰਤਰ ਹਾਂ। ਤੁਸੀਂ ਇਹਨਾਂ ਅੱਖਾਂ ਨਾਲ ਫੁੱਲ ਨਹੀਂ ਦੇਖੇ, ਪਰ ਤੁਸੀਂ ਉਹਨਾਂ ਨੂੰ ਵੇਖਿਆ। ਤੁਸੀਂ ਫੁੱਲਾਂ ਨੂੰ ਨੱਕ ਨਾਲ ਨਹੀਂ ਸੁੰਘਿਆ, ਪਰ ਤੁਸੀਂ ਉਹਨਾਂ ਨੂੰ ਸੁੰਘਿਆ। ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਹੱਥਾਂ ਨਾਲ ਨਹੀਂ ਛੂਹਿਆ, ਪਰ ਤੁਸੀਂ ਉਹਨਾਂ ਨੂੰ ਛੂਹਿਆ। ਤੁਸੀਂ ਇਸ ਮੂੰਹ ਨਾਲ ਸਨੈਕ ਨਹੀਂ ਖਾਧਾ, ਪਰ ਤੁਸੀਂ ਖਾਧਾ। ਉਸ ਦਾ ਸਵਾਦ ਅਜੇ ਵੀ ਕਾਇਮ ਹੈ। ਤੁਸੀਂ ਕਿਸ ਤਰ੍ਹਾਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਨੂੰ ਇਸ ਸਥੂਲ ਸਰੀਰ ਦੀ ਵਰਤੋਂ ਕੀਤੇ ਬਿਨਾਂ ਵਰਤਿਆ? ਅਸੀਂ ਸਿੱਖਿਆ ਕਿ ਇਹ ਗਿਆਨ ਇੰਦਰੀਆਂ ਸਥੂਲ ਸਰੀਰ ਉੱਤੇ ਨਹੀਂ ਨਿਰਭਰ, ਉਹ ਸੁਤੰਤਰ ਰੂਪ ਵਿੱਚ ਕੰਮ ਕਰਦੀਆਂ ਹਨ। ਉਹ ਕਿੱਥੇ ਕੰਮ ਕਰਦੀਆਂ ਹਨ? ਉਹ ਉਸ ਸਰੀਰ ਵਿੱਚ ਕੰਮ ਕਰਦੀਆਂ ਹਨ ਜਿਸ ਨੂੰ ਅਸੀਂ ਇਸ ਪ੍ਰਯੋਗ ਵਿੱਚ ਵਰਤਿਆ। ਉਹ ਕਿਹੜਾ ਸਰੀਰ ਸੀ? ਤੁਸੀਂ ਉਹਨਾਂ ਚੀਜ਼ਾਂ ਦਾ ਕਿਸ ਸਰੀਰ ਨਾਲ ਸਵਾਦ ਲਿਆ? ਤੁਸੀਂ ਉਹਨਾਂ ਚੀਜ਼ਾਂ ਨੂੰ ਕਿਸ ਸਰੀਰ ਨਾਲ ਦੇਖਿਆ? ਤੁਸੀਂ ਉਹਨਾਂ ਨੂੰ ਇਸ ਸਥੂਲ ਸਰੀਰ ਨਾਲ ਨਹੀਂ ਸੀ ਦੇਖ ਰਹੇ। ਇਸ ਸਰੀਰ ਦੀ ਉਸ ਪ੍ਰਯੋਗ ਵਿੱਚ ਕੋਈ ਭੂਮਿਕਾ ਨਹੀਂ ਸੀ। ਫਿਰ ਉਹ ਸਭ ਚੀਜ਼ਾਂ ਕਿਸ ਸਰੀਰ ਨਾਲ ਸੰਭਵ ਹੋਈਆਂ? ਉਹ ਇਸ ਸਥੂਲ ਸਰੀਰ ਦਾ ਅੰਦਰੂਨੀ ਪਰਦਾ ਹੈ। ਅਸੀਂ ਇਸ ਨੂੰ ਸੂਖਸ਼ਮ ਸਰੀਰ ਕਹਿੰਦੇ ਹਾਂ। ਇੰਦਰੀਆਂ ਦਾ ਸਰੀਰ, ਗਿਆਨ ਇੰਦਰੀਆਂ ਬਣਾਉਣ ਵਾਲਾ ਸਰੀਰ, ਅਤੇ ਇਹ ਅਭਿਆਸ ਦਾ ਅਗਲਾ ਕਦਮ ਹੈ। ਜਦੋਂ ਤੁਸੀਂ ਤਵੱਜਾ ਨੂੰ ਇਸ ਸਥੂਲ ਸਰੀਰ ਤੋਂ ਖਿੱਚ ਲੈਂਦੇ ਹੋ ਤਾਂ ਤੁਸੀਂ ਉਸ ਸਰੀਰ ਨੂੰ ਹਰ ਸਮੇਂ ਵਰਤ ਸਕਦੇ ਹੋ। ਇਹ ਉਹ ਸਰੀਰ ਹੈ ਜੋ ਮੌਤ ਵੇਲੇ ਇੱਕ ਨਵੇਂ ਸਥੂਲ ਸਰੀਰ ਵਿੱਚ ਦਾਖਲ ਹੁੰਦਾ ਹੈ। ਇਹ ਉਹ ਸਰੀਰ ਹੈ ਜੋ ਦੁਬਾਰਾ ਜਨਮ ਲੈ ਸਕਦਾ ਹੈ। ਇਹ ਉਹ ਸਰੀਰ ਹੈ ਜਿਸ ਨੂੰ ਤੁਸੀਂ ਹੁਣੇ ਇਸਤੇਮਾਲ ਕੀਤਾ, ਅਤੇ ਇਸ ਦੀ ਉਮਰ ਇਸ ਸਥੂਲ ਸਰੀਰ ਦੀ ਉਮਰ ਤੋਂ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ। ਉਹ ਸਰੀਰ ਤੁਹਾਡੇ ਇਸ ਸਥੂਲ ਸਰੀਰ ਵਿੱਚ ਜੰਮਣ ਤੋਂ ਪਹਿਲਾਂ ਵੀ ਜਿੰਦਾ ਸੀ, ਅਤੇ ਉਹ ਸਰੀਰ ਇਸ ਸਥੂਲ ਸਰੀਰ ਦੀ ਮੌਤ ਤੋਂ ਬਾਅਦ ਵੀ ਜਿੰਦਾ ਰਹੇਗਾ। ਉਹ ਇਸ ਮਨ, ਦਿਮਾਗ ਜਾਂ ਇਸ ਸਰੀਰ ਦਾ ਨਹੀਂ ਬਣਿਆ ਹੁੰਦਾ। ਇਸ ਪ੍ਰਯੋਗ ਦਾ ਅਨੁਭਵ ਬਣਾਇਆ ਨਹੀਂ ਸੀ ਗਿਆ। ਇਸ ਪ੍ਰਯੋਗ ਦਾ ਅਨੁਭਵ ਤੁਹਾਡੀਆਂ ਯਾਦਾਂ 'ਤੇ ਨਹੀਂ ਸੀ ਆਧਾਰਿਤ। ਇਸ ਪ੍ਰਯੋਗ ਦੌਰਾਨ ਚੀਜ਼ਾਂ ਬਦਲ ਗਈਆਂ ਜੋ ਇਸ ਸਥੂਲ ਸੰਸਾਰ ਵਿੱਚ ਨਹੀਂ ਵਾਪਰਦਾ। ਤੁਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਇੱਥੇ ਮੌਜੂਦ ਹੀ ਨਹੀਂ ਹਨ। ਤੁਸੀਂ ਹੋਰ ਬਹੁਤ ਕੁਝ ਵੇਖ ਸਕਦੇ ਹੋ। ਉੱਥੇ ਪੂਰੀ ਦੁਨੀਆ ਵੱਸਦੀ ਹੈ। ਅਸੀਂ ਇਹ ਦਿਖਾਉਣ ਲਈ ਇੱਕ ਛੋਟਾ ਜਿਹਾ ਪ੍ਰਯੋਗ ਕੀਤਾ ਕਿ ਅੱਖਾਂ ਦੇ ਪਿੱਛੇ ਵੱਲ ਥੋੜ੍ਹੀ ਤਵੱਜੋ ਦੇਣ ਨਾਲ ਤੁਹਾਡੇ ਅੰਦਰੂਨੀ ਸਰੀਰ ਦਾ ਬਹੁਤ ਜ਼ਿਆਦਾ ਅਨੁਭਵ ਪ੍ਰਗਟ ਹੋ ਸਕਦਾ ਹੈ। ਇਹ ਸੂਖਮ ਸਵੈ ਦਾ ਅਨੁਭਵ ਸੀ। ਸੂਖਮ ਜਾਂ ਸੂਖਸ਼ਮ ਸਰੀਰ ਸਿਰਫ ਇਹ ਚੀਜ਼ ਨਹੀਂ ਕਿ ਤੁਸੀਂ ਬਸ ਸਥੂਲ ਸਰੀਰ ਤੋਂ ਬਾਹਰ ਤੁਰ ਸਕੋ। ਇਹ ਸੂਖਸ਼ਮ ਸਰੀਰ ਨਾਲ ਤੁਸੀਂ ਜਦੋਂ ਵੀ ਚਾਹੋ ਉਦੋਂ ਬਾਹਰ ਨਿਕਲ ਸਕਦੇ ਹੋ। ਇਹ ਤੁਹਾਡੀ ਕਲਪਨਾ ਵਾਲਾ ਸਰੀਰ ਹੈ। ਇਹ ਕਲਪਨਾ ਤੋਂ ਪੈਦਾ ਹੁੰਦਾ ਹੈ, ਅਤੇ ਕਲਪਨਾ ਇੰਨੀ ਕਾਲਪਨਿਕ ਨਹੀਂ ਜਿਵੇਂ ਅਸੀਂ ਸੋਚਦੇ ਹਾਂ। ਸਾਰੀ ਕਲਪਨਾ ਇਸ ਸੂਖਸ਼ਮ ਸਰੀਰ ਤੋਂ ਉਪਜਦੀ ਹੈ। ਸਾਰੀ ਦੀ ਸਾਰੀ ਕਲਪਨਾ ਇਸ ਤੋਂ ਆਉਂਦੀ ਹੈ, ਇੱਥੋਂ ਤੱਕ ਕਿ ਸਥੂਲ ਪ੍ਰਣਾਲੀ ਦੀ ਕਲਪਨਾ ਵੀ। ਹੁਣੇ ਤੁਸਾਂ ਨੇ ਅੰਦਰੂਨੀ ਸਰੀਰ ਦੇ ਨਾਲ ਇੱਕ ਨਜ਼ਦੀਕੀ ਸੰਪਰਕ ਕੀਤਾ। ਉਹ ਸਰੀਰ ਜੋ ਤੁਹਾਡੇ ਲਈ ਗਿਆਨ ਇੰਦਰੀਆਂ ਦਾ ਕੰਮ ਕਰਦਾ ਹੈ, ਅਤੇ ਇਹਨਾਂ ਗਿਆਨ ਇੰਦਰੀਆਂ ਨੂੰ ਇਸ ਸਥੂਲ ਸਰੀਰ ਵਿੱਚ ਪਹੁੰਚਾਉਂਦਾ ਹੈ। ਤੁਸੀਂ ਉਹਨਾਂ ਸਭ ਗਿਆਨ ਇੰਦਰੀਆਂ ਨੂੰ ਇਸ ਸਰੀਰ ਦੇ ਅੰਗਾਂ ਦੁਆਰਾ ਪ੍ਰਾਪਤ ਕੀਤਾ ਸਮਝਦੇ ਹੋ। ਤੁਸੀਂ ਸੋਚਦੇ ਹੋ ਕਿ ਜੋ ਵੀ ਤੁਸੀਂ ਬੰਦ ਅੱਖਾਂ ਨਾਲ ਦੇਖਿਆ ਉਹ ਇਹਨਾਂ ਖੁੱਲ੍ਹੀਆਂ ਅੱਖਾਂ ਨਾਲ ਵੇਖਣ ਤੋਂ ਵੱਖਰਾ ਸੀ। ਇਹ ਸਭ ਕੁਝ ਉਸ ਅੱਖ ਦੁਆਰਾ ਹੀ ਦੇਖਿਆ ਜਾ ਰਿਹਾ ਸੀ, ਪਰ ਤੁਸਾਂ ਨੇ ਉਸ ਅੱਖ ਨੂੰ ਇਹਨਾਂ ਅੱਖਾਂ ਨਾਲ ਸੰਬੰਧਿਤ ਸਮਝਿਆ, ਅਤੇ ਇਸ ਲਈ ਤੁਹਾਡੀ ਦ੍ਰਿਸ਼ਟੀ ਸੀਮਤ ਹੋ ਗਈ। ਅਸੀਂ ਆਪਣੇ ਅਨੁਭਵ ਨੂੰ ਸੀਮਤ ਕਰ ਲੈਂਦੇ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਸਥੂਲ ਸਰੀਰ ਦੁਆਰਾ ਹੀ ਚੈਨਲ ਕਰਦੇ ਹਾਂ। ਉਸ ਦੂਸਰੇ ਸਰੀਰ ਨਾਲ ਤੁਸੀਂ ਹਰ ਤਰ੍ਹਾਂ ਦੇ ਅਨੁਭਵ ਕਰ ਸਕਦੇ ਹੋ। ਥੋੜ੍ਹੇ ਹੀ ਸਮੇਂ ਬਾਅਦ ਅਸੀਂ ਆਕਾਸ਼ ਵਿੱਚ ਉੱਡਣ ਦਾ ਅਨੁਭਵ ਵੀ ਕਰਾਂਗੇ। ਅਸੀਂ ਜਿੱਥੇ ਵੀ ਚਾਹਵਾਂਗੇ ਉੱਥੇ ਜਾ ਪਾਵਾਂਗੇ। ਇਹ ਅਸੀਂ ਇਸ ਅਭਿਆਸ ਵਰਕਸ਼ਾਪ ਦੌਰਾਨ ਕਰਾਂਗੇ। ਸਾਡੇ ਕੋਲ ਅਸਲੀ ਥਾਵਾਂ 'ਤੇ ਜਾਣ ਦੀ ਵੀ ਸਮਰੱਥਾ ਹੈ, ਨਾ ਕਿ ਸਿਰਫ ਕਲਪਿਤ ਥਾਵਾਂ 'ਤੇ। ਸਾਰੀਆਂ ਉਹ ਥਾਵਾਂ ਜਿਨ੍ਹਾਂ ਨੂੰ ਅਸਲੀ ਸਮਝਦੇ ਹਾਂ ਅਸੀਂ ਉੱਥੇ ਜਾ ਸਕਦੇ ਹਾਂ। ਅਸਲੀਅਤ ਇੱਕ ਅਵਸਥਾ ਹੈ। ਸਾਡੇ ਉੱਤੇ ਸਥੂਲ ਸਰੀਰ ਦਾ ਪਰਦਾ ਹੈ,
ਸਥੂਲ ਸੰਸਾਰ ਹੀ ਸਾਡੇ ਲਈ ਅਸਲੀ ਹੈ। ਅਸੀਂ ਸਥੂਲ ਸਰੀਰ ਨੂੰ ਛੱਡ ਦਿੰਦੇ ਹਾਂ ਤਾਂ ਸੂਖਸ਼ਮ ਸੰਸਾਰ ਹੀ ਇੱਕੋ ਇੱਕ ਅਸਲੀਅਤ ਰਹਿ ਜਾਂਦੀ ਹੈ। ਉਦੋਂ ਸਥੂਲ ਸੰਸਾਰ ਇੱਕ ਸੁਪਨੇ ਵਾਂਗੂ ਬਣ ਜਾਂਦਾ ਹੈ। ਅਸੀਂ ਕਾਰਨ ਸਰੀਰ ਵਿੱਚ ਜਾਂਦੇ ਹਾਂ ਜੋ ਕਿ ਮਨ ਦਾ ਸਰੀਰ ਹੈ, ਵਿਚਾਰਾਂ ਦਾ ਸਰੀਰ, ਉਹ ਅਸਲੀਅਤ ਬਣ ਜਾਂਦਾ ਹੈ। ਇਸ ਤੋਂ ਵੀ ਪਰੇ ਜਾਂਦੇ ਹਾਂ ਤਾਂ ਰੂਹਾਨੀ ਸੰਸਾਰ ਹੀ ਇੱਕੋ ਇੱਕ ਅਸਲੀਅਤ ਲੱਗਦੀ ਹੈ। ਸਾਡੇ ਕੋਲ ਇੱਕ ਸਮੇਂ ਸਿਰਫ ਇੱਕ ਹੀ ਅਸਲੀਅਤ ਹੁੰਦੀ ਹੈ। ਮੈਂ ਵਰਕਸ਼ਾਪ ਦੇ ਅੰਤ ਵਿੱਚ ਤੁਹਾਨੂੰ ਇਹ ਵੀ ਸਮਝਾਵਾਂਗਾ ਕਿ ਤੁਸੀਂ ਇੱਕੋ ਸਮੇਂ ਸਾਰੀਆਂ ਅਸਲੀਅਤਾਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਅਤੇ ਕਿਸ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਕਿ ਉਹ ਇੱਕ ਹੀ ਸਮੇਂ ਅਸਲੀ ਅਤੇ ਉਸੇ ਸਮੇਂ ਨਕਲੀ ਹਨ। ਅਭਿਆਸ ਦੌਰਾਨ ਪ੍ਰਾਪਤ ਹੋਣ ਵਾਲਾ ਉਹ ਸਭ ਤੋਂ ਵੱਡਾ ਅਨੁਭਵ ਹੈ। ਇਹ ਭੂਮਿਕਾ ਇਹ ਦੱਸਣ ਲਈ ਸੀ ਕਿ ਕਲਪਨਾ ਕਿਵੇਂ ਕੰਮ ਕਰਦੀ ਹੈ ਅਤੇ ਤੁਸੀਂ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ। ਮੈਨੂੰ ਖੁਸ਼ੀ ਹੈ ਤੁਸੀਂ ਜਾਣ ਲਿਆ ਕਿ ਤਵੱਜੋ ਕਿਵੇਂ ਕੰਮ ਕਰਦੀ ਹੈ। ਪਹਿਲੇ ਪ੍ਰਯੋਗ ਵਿੱਚ ਦਰਸਾਇਆ ਗਿਆ ਸੀ ਕਿ ਤੁਸੀਂ ਆਪਣੀ ਤਵੱਜੋ ਨੂੰ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਲਗਾ ਸਕਦੇ ਹੋ। ਤੁਸੀਂ ਇਹ ਕੀਤਾ। ਦੂਜਾ ਪ੍ਰਯੋਗ ਸੀ ਕਿ ਤੁਸੀਂ ਕੁਝ ਵੀ ਕਲਪਨਾ ਕਰ ਸਕਦੇ ਹੋ। ਤੁਸੀਂ ਇਹ ਵੀ ਕੀਤਾ। ਹੁਣ ਤੁਸੀਂ ਅਭਿਆਸ ਕਰਨ ਲਈ ਤਿਆਰ ਹੋ। ਅਭਿਆਸ ਦੌਰਾਨ ਸਾਡੀ ਇਹ ਧਾਰਨਾ ਰਹੇਗੀ ਕਿ ਇਹ ਸਰੀਰ ਇੱਕ ਘਰ ਹੈ ਅਤੇ ਅਸੀਂ ਇਸ ਵਿੱਚ ਰਹਿ ਰਹੇ ਹਾਂ ਅਤੇ ਅਭਿਆਸ ਕਰਨ ਦਾ ਸਭ ਤੋਂ ਵਧੀਆ ਸਥਾਨ ਇਸ ਘਰ ਦੀ 6ਵੀਂ ਮੰਜ਼ਿਲ ਹੈ। ਇਸ ਲਈ ਬਾਕੀ ਇਸ ਅਭਿਆਸ ਵਰਕਸ਼ਾਪ ਦੌਰਾਨ ਅਸੀਂ ਇਸ ਘਰ ਦੀ 6ਵੀਂ ਮੰਜ਼ਿਲ 'ਤੇ ਹੀ ਰਹਾਂਗੇ। ਅਸੀਂ ਅੱਖਾਂ ਦੇ ਪਿੱਛੇ ਰਹਾਂਗੇ ਅਤੇ ਕਲਪਨਾ ਦੀ ਸ਼ਕਤੀ ਦੀ ਵਰਤੋਂ ਕਰਕੇ ਕਲਪਨਾ ਕਰਾਂਗੇ ਕਿ ਅਸੀਂ ਕੇਂਦਰ ਵਿੱਚ ਹਾਂ। ਅਸੀਂ ਆਪਣੇ ਆਪ ਵੱਲ ਨਹੀਂ ਦੇਖਾਂਗੇ, ਸਿਰਫ ਕਲਪਨਾ ਕਰਾਂਗੇ, ਮਹਿਸੂਸ ਕਰਾਂਗੇ ਕਿ ਅਸੀਂ ਉੱਥੇ ਹਾਂ। ਬਸ ਕਲਪਨਾ ਕਰੋ, ਮਹਿਸੂਸ ਕਰੋ ਕਿ ਅਸੀਂ ਉੱਥੇ ਹਾਂ। ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਉੱਥੇ ਹੋ ਤਾਂ ਤੁਸੀਂ ਜਾਣ ਜਾਓਗੇ ਕਿ ਸਥੂਲ ਅੱਖਾਂ ਤੁਹਾਡੇ ਸਾਹਮਣੇ ਹਨ, ਦੋਵੇਂ ਪਾਸੇ ਤੁਹਾਡੇ ਕੰਨ ਹਨ, ਤੁਹਾਡਾ ਸਿਰ ਉੱਪਰ ਹੈ, ਗਲਾ ਤੁਹਾਡੇ ਹੇਠਾਂ ਹੈ, ਠੋਡੀ ਹੇਠਾਂ ਹੈ। ਤੁਹਾਨੂੰ ਕਲਪਨਾ ਦੇ ਜ਼ਰੀਏ ਬਿਲਕੁਲ ਪਤਾ ਲੱਗ ਜਾਊ ਕਿ ਤੁਸੀਂ ਇਸ ਸਿਰ ਦੇ ਕੇਂਦਰ ਵਿੱਚ ਹੋ, ਹੋਰ ਕਿਤੇ ਵੀ ਨਹੀਂ, ਸਿਰਫ ਕੇਂਦਰ ਵਿੱਚ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਜੇ ਤੁਸੀਂ 10 ਮਿੰਟ ਲਈ ਵੀ ਆਪਣੇ ਆਪ ਨੂੰ ਉੱਥੇ ਰੱਖ ਸਕੋ ਤਾਂ ਰੋਸ਼ਨੀ ਨਾਲ ਭਰ ਜਾਵੋਗੇ। ਇਹ ਇੰਨਾ ਸਧਾਰਨ ਹੈ। ਜੇ ਤੁਸੀਂ ਸਿਰ ਦੇ ਕੇਂਦਰ ਵਿੱਚ ਕਲਪਨਾ ਦਾ ਇਹ ਅਨੁਭਵ ਕਾਇਮ ਰੱਖ ਸਕਦੇ ਹੋ ਤਾਂ ਤੁਸੀਂ ਰੋਸ਼ਨੀ ਅਤੇ ਕਈ ਅਜਿਹੀਆਂ ਚੀਜ਼ਾਂ ਦੇਖੋਗੇ ਜਿਹੜੀਆਂ ਤੁਸੀਂ ਪਹਿਲਾਂ ਕਦੇ ਨਹੀਂ ਸੀ ਦੇਖੀਆਂ। ਪਰ ਜੇਕਰ ਤੁਸੀਂ ਖਿੰਡ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹੋਰ ਚੀਜ਼ਾਂ ਬਾਰੇ ਸੋਚ ਰਹੇ ਸੀ। ਫਿਰ ਅਜਿਹਾ ਕਰਨ ਲਈ ਤੁਹਾਨੂੰ ਸਮਾਂ ਲੱਗੇਗਾ। ਇਸ ਦਾ ਭਾਵ ਹੈ ਕਿ ਅਭਿਆਸ ਵਿੱਚ ਇਹ ਮੁਸ਼ਕਲ ਨਹੀਂ ਕਿ ਸਾਨੂੰ ਪਤਾ ਨਹੀਂ ਕਿ ਅਭਿਆਸ ਲਈ ਕਿੱਥੇ ਬੈਠਣਾ ਹੈ। ਸਮੱਸਿਆ ਇਹ ਹੈ ਕਿ ਇਹਨਾਂ ਭਟਕਣਾ ਤੋਂ ਕਿਵੇਂ ਬਚਣਾ ਹੈ। ਇਸ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਕਿ ਚੰਗਾ ਅਭਿਆਸ ਕਰਨ ਲਈ ਇਹਨਾਂ ਭਟਕਣਾ ਤੋਂ ਕਿੱਦਾਂ ਬਚਣਾ ਹੈ। ਹੁਣ ਅਭਿਆਸ ਵਿੱਚ ਬੈਠਣ ਲਈ ਅਸੀਂ ਇੱਕ ਸ਼ੁਰੂਆਤੀ ਐਕਸਰਸਾਈਜ਼ ਕਰਾਂਗੇ ਕਿ ਕਿਸ ਤਰ੍ਹਾਂ ਕਲਪਨਾ ਨਾਲ ਅਸੀਂ ਸਥੂਲ ਸਰੀਰ ਦੇ ਸਿਰ ਦੇ ਕੇਂਦਰ ਵਿੱਚ ਬੈਠੇ ਹਾਂ। ਜੇਕਰ ਅਸੀਂ ਇਹ ਸਫਲਤਾਪੂਰਵਕ ਕਰ ਲੈਂਦੇ ਹਾਂ ਅਤੇ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਦੇ ਤਾਂ ਅਸੀਂ ਅਭਿਆਸ ਦੇ ਇਸ ਕੋਰਸ ਵੱਲ ਇੱਕ ਚੰਗੀ ਸ਼ੁਰੂਆਤ ਕਰ ਲਈ ਹੈ। ਸੋ ਇੱਕ ਵਾਰ ਫਿਰ ਅਸੀਂ ਘਰ ਅਤੇ 6ਵੀਂ ਮੰਜ਼ਿਲ 'ਤੇ ਵਾਪਸ ਚੱਲੀਏ। ਆਪਣੀਆਂ ਅੱਖਾਂ ਬੰਦ ਕਰ ਲਓ ਅਤੇ ਘਰ ਨੂੰ ਦੇਖੋ। ਯਾਦ ਰੱਖੋ, ਇਹ ਘਰ ਮਾਸ ਅਤੇ ਹੱਡੀਆਂ ਦਾ ਬਣਿਆ ਹੋ ਸਕਦਾ ਹੈ, ਪਰ ਹੈ ਇਹ ਇੱਕ ਘਰ ਹੀ। ਤੁਸੀਂ ਇਸ ਨੂੰ ਹਿਲਾ ਨਹੀਂ ਸਕਦੇ, ਹਿੱਲੋ ਜੁੱਲੋ ਨਾ, ਬਿਲਕੁਲ ਸਿੱਧੇ ਬੈਠੋ, ਝੁਕੋ ਨਾ। ਤੁਸੀਂ ਮੁੜਿਆ ਹੋਇਆ ਘਰ ਨਹੀਂ ਪਸੰਦ ਕਰੋਗੇ, ਤੁਸੀਂ ਝੁਕਿਆ ਹੋਇਆ ਘਰ ਨਹੀਂ ਚਾਹੋਗੇ। ਸਿੱਧੇ ਬੈਠੋ ਤਾਂ ਕਿ ਬਾਕੀ ਦੀਆਂ ਮੰਜ਼ਿਲਾਂ ਤੁਹਾਡੇ ਥੱਲੇ ਹੋਣ। ਅਸੀਂ 6ਵੀਂ ਮੰਜ਼ਿਲ 'ਤੇ ਹਾਂ। ਕਲਪਨਾ ਕਰੋ ਕਿ ਤੁਸੀਂ 6ਵੀਂ ਮੰਜ਼ਿਲ 'ਤੇ ਬੈਠੇ ਹੋ ਅਤੇ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਆਸਾਨੀ ਨਾਲ ਦੇਖ ਰਹੇ ਹੋ। ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਹੁਣ ਤੁਹਾਡੇ ਸਾਹਮਣੇ ਸਥੂਲ ਅੱਖਾਂ ਹਨ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਦੋਵੇਂ ਪਾਸੇ ਕੰਨ ਹਨ। ਕੇਵਲ ਕੇਂਦਰ ਵਿੱਚ ਰਹੋ ਅਤੇ ਸੋਚੋ, ਮੈਂ ਕੌਣ ਹਾਂ ਜੋ ਇਸ ਕਮਰੇ ਦੇ ਵਿਚਕਾਰ ਬੈਠਾ ਹਾਂ? ਕੀ ਮੈਂ ਅਜੇ ਵੀ ਕੁਰਸੀ 'ਤੇ ਬੈਠਾ ਹਾਂ? ਮੈਂ ਕਿਹੋ ਜਿਹਾ ਦਿਖਦਾ ਹਾਂ?
ਮੈਂ ਕੌਣ ਹਾਂ? ਕੀ ਮੈਂ ਆਪਣੇ ਹੱਥਾਂ ਨੂੰ ਦੇਖ ਸਕਦਾ ਹਾਂ? ਕੀ ਘੱਟੋ ਘੱਟ ਮੈਂ ਆਪਣੇ ਪੈਰਾਂ ਨੂੰ ਦੇਖ ਸਕਦਾ ਹਾਂ? ਮੈਂ ਆਪਣੀਆਂ ਅੱਖਾਂ ਨੂੰ ਨਹੀਂ ਦੇਖ ਸਕਦਾ, ਪਰ ਮੈਂ ਬਾਕੀ ਦੇ ਸਰੀਰ ਨੂੰ ਦੇਖ ਸਕਦਾ ਹਾਂ। ਇਹ ਕਿਹੋ ਜਿਹਾ ਦਿਸਦਾ ਹੈ? ਕੀ ਇਹ ਉਸ ਸਥੂਲ ਸਰੀਰ ਵਰਗਾ ਹੈ ਜਿਸ ਵਿੱਚ ਮੈਂ ਬੈਠਾ ਹਾਂ? ਇਹਨਾਂ ਸਵਾਲਾਂ ਦੀ ਪੜਚੋਲ ਕਰੋ, ਸਾਰੇ ਪ੍ਰਸ਼ਨ ਅਤੇ ਸਾਰੇ ਵਿਚਾਰ ਪੁੱਛੋ ਕਿ ਕੀ ਹੋ ਰਿਹਾ ਹੈ। ਬਾਹਰ ਕੁਝ ਨਹੀਂ, ਉੱਥੇ ਹੀ ਰਹੋ, ਕਿਤੇ ਹੋਰ ਨਾ ਜਾਓ, ਕੋਈ ਹੋਰ ਵਿਚਾਰ ਨਾ ਲਿਆਓ, ਉਹੀ ਸੋਚੋ ਜੋ ਉੱਥੇ ਹੋ ਰਿਹਾ ਹੈ। ਆਪਣੀਆਂ ਅੱਖਾਂ ਖੋਲ੍ਹੋ, ਤੁਹਾਡਾ ਵਾਪਸ ਆਉਣ 'ਤੇ ਸਵਾਗਤ ਹੈ। ਤੁਸੀਂ ਆਪਣੀਆਂ ਅੱਖਾਂ ਨੂੰ ਥੋੜ੍ਹਾ ਮਲ ਸਕਦੇ ਹੋ, ਆਪਣਾ ਚਿਹਰਾ, ਆਪਣੇ ਹੱਥ ਮਲ ਸਕਦੇ ਹੋ। ਜਿਵੇਂ ਜਿਵੇਂ ਅਸੀਂ ਹੋਰ ਅਭਿਆਸ ਕਰਾਂਗੇ, ਤੁਹਾਡੀ ਤਵੱਜੋ ਖਿੱਚੀ ਜਾਊਗੀ ਅਤੇ ਬਾਅਦ ਵਿੱਚ ਇਸ ਸਥੂਲ ਜਾਗਰੂਕਤਾ ਨੂੰ ਆਸਾਨੀ ਨਾਲ ਵਾਪਸ ਲਿਆਉਣ ਲਈ ਥੋੜ੍ਹਾ ਜਿਹਾ ਮਲਣਾ ਮਦਦਗਾਰ ਸਿੱਧ ਹੁੰਦਾ ਹੈ। ਤੁਹਾਡੇ ਵਿੱਚੋਂ ਕਿੰਨੇ ਜਾਣੇ ਇਸ ਤਰ੍ਹਾਂ ਆਪਣੇ ਆਪ ਨੂੰ ਸਿਰ ਦੇ ਕੇਂਦਰ ਵਿੱਚ ਬਿਠਾ ਸਕਣ ਵਿੱਚ ਕਾਮਯਾਬ ਹੋਏ? ਜਦੋਂ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਤਾਂ ਬਾਕੀ ਵੀ ਸਫਲ ਹੋ ਜਾਣਗੇ। ਤੁਹਾਡੇ ਵਿੱਚੋਂ ਕਈਆਂ ਨੇ ਕਲਪਨਾ ਰਾਹੀਂ ਆਪਣੇ ਆਪ ਨੂੰ ਸਿਰ ਦੇ ਕੇਂਦਰ ਵਿੱਚ ਸਥਾਪਿਤ ਕਰ ਲਿਆ ਸੀ। ਅਭਿਆਸ ਕਰਨ ਲਈ ਇਹ ਇੱਕ ਜ਼ਰੂਰੀ ਸ਼ੁਰੂਆਤ ਹੈ। ਅਸੀਂ ਲਗਭਗ ਅੱਧੇ ਕੁ ਘੰਟੇ ਲਈ ਇੱਕ ਬ੍ਰੇਕ ਲਵਾਂਗੇ ਅਤੇ ਫਿਰ ਦੁਬਾਰਾ ਇੱਥੇ ਮਿਲਾਂਗੇ।